ਸਤਿ ਸ੍ਰੀ ਅਕਾਲ ਦੋਸਤੋ, ਮੈਂ ਧਰਮਾ ਹਰਿਓ ਅਰੰਗ ਪੰਜਾਬ ਦੇ ਯੂਟਿਊਬ ਚੈਨਲ ਤੋਂ ਆਪ ਸਭ ਦਾ ਸਵਾਗਤ ਕਰਦਾ। ਸੋ ਜਿਸ ਤਰ੍ਹਾਂ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਪੁਰਾਣੇ ਕਬੱਡੀ ਦੇ ਖਿਡਾਰੀਆਂ ਦੇ, ਪ੍ਰਸਿੱਧ ਕਬੱਡੀ ਖਿਡਾਰੀਆਂ ਦੇ, ਪੁਰਾਣਿਆਂ ਦੇ ਨਵੇਂ ਦੇ ਰੂਬਰੂ ਕਰਵਾਉਂਦੇ ਹਾਂ। ਉਸੇ ਲੜੀ ਦੇ ਤਹਿਤ ਅੱਜ ਅਸੀਂ ਪੁੱਜੇ ਹੋਏ ਹਾਂ ਜ਼ਿਲ੍ਹਾ ਮੋਗਾ ਦੇ ਪਿੰਡ ਖੁਰਦ ਦੇ ਵਿੱਚ, ਕਿਉਂਕਿ ਅਨੇਕਾਂ ਕਬੱਡੀ ਦੇ ਖਿਡਾਰੀ ਨੇ ਜਿਹੜੇ ਜ਼ਿਲ੍ਹਾ ਮੋਗਾ ਦੀ ਧਰਤੀ ਨੇ ਦਿੱਤੇ ਆ, ਅਤੇ ਉਹਨਾਂ ਦੇ ਵਿੱਚੋਂ ਇੱਕ ਪਿੰਡ ਆਉਂਦਾ ਪਿੰਡ ਖੁਰਦ। ਉਹ ਇਸ ਧਰਤੀ ਨੇ ਵੀ ਅਨੇਕਾਂ ਕਬੱਡੀ ਖਿਡਾਰੀ ਨੇ ਜਿਹੜੇ ਉਹ ਸਾਡੀ ਮਾਂ ਖੇਡ ਕਬੱਡੀ ਨੂੰ ਦਿੱਤੇ ਆ, ਅਤੇ ਉਹਨਾਂ ਦੇ ਵਿੱਚੋਂ ਹੀ ਇੱਕ ਨਾਮ ਹੈ ਸਰਦਾਰ ਅੰਗਰੇਜ਼ ਸਿੰਘ ਜੀ, ਅਤੇ ਜਿਨ੍ਹਾਂ ਨੂੰ ਖੇਡ ਗਰਾਊਂਡਾਂ ਦੇ ਵਿੱਚ ਬਿੱਲਾ ਭਿੰਡਰਾਂ ਵਾਲਿਆਂ ਦੇ ਨਾਂ ਕਰਕੇ ਜਾਣਿਆ ਜਾਂਦਾ ਹੈ। ਆਓ ਫਿਰ ਅੱਜ ਆਪਾਂ ਮਾਂ ਖੇਡ ਕਬੱਡੀ ਦੇ ਇਸ ਪ੍ਰਸਿੱਧ ਧਾਵੀ ਦੇ ਨਾਲ ਕਰਦੇ ਹਾਂ ਗੱਲਬਾਤ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਾਰਿਆਂ ਤੋਂ ਪਹਿਲਾਂ ਧਰਮੇ ਵੀਰੇ ਰੰਗ ਪੰਜਾਬ ਦਾ ਅਤੇ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ, ਔਰ ਬਾਕੀ ਜਿਹੜੇ ਜਿੰਨੇ ਵੀ ਦਰਸ਼ਕ ਵੇਖ ਰਹੇ ਆ, ਵਾਚ ਕਰ ਰਹੇ ਆ, ਅਤੇ ਉਹਨਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਗੱਲਾਂ ਬਾਤਾਂ ਕਰਾਂਗੇ ਜੀ ਤੁਹਾਡੀ ਜ਼ਿੰਦਗੀ ਦੀਆਂ, ਕਿੰਨਾ ਸਮਾਂ ਕਬੱਡੀ ਖੇਡੀ ਅਤੇ ਕਿਸ ਤਰ੍ਹਾਂ ਦਾ ਰਿਹਾ ਤੁਹਾਡਾ ਕਬੱਡੀ ਦਾ ਸਫ਼ਰ, ਕਿਉਂਕਿ ਅੱਜ ਵੀ ਦੁਨੀਆ ਜਾਣਦੀ ਹੈ ਤੁਹਾਨੂੰ, ਬੜੇ ਫਖਰ ਦੇ ਨਾਲ ਗਰਾਊਂਡਾਂ ਦੇ ਵਿੱਚ ਤੁਹਾਡਾ ਨਾਮ ਲਿਆ ਜਾਂਦਾ। ਸੋ ਆਪਾਂ ਸ਼ੁਰੂਆਤ ਕਰਦੇ ਹਾਂ ਤੁਹਾਡੇ ਜਨਮ ਤੋਂ, ਤੁਹਾਡਾ ਜਨਮ ਕਦੋਂ ਹੋਇਆ ਸੀ? ਧਰਮੇ ਵੀਰ ਜੀ, ਮੇਰਾ ਜਨਮ 9 ਅਪ੍ਰੈਲ 1964 ਨੂੰ, ਅਤੇ ਇਸੇ ਪਿੰਡ ਦੇ ਵਿੱਚ ਸਾਡੇ ਮਾਤਾ ਬਸੰਤ ਕੌਰ ਅਤੇ ਸਾਡੇ ਪਿਤਾ ਜੀ ਸਰਦਾਰ ਰਾਜਨ ਸਿੰਘ ਸਵਰਗੀ, ਜਿਹੜੇ ਦੋਨੋਂ ਹੀ ਹੁਣ ਇਸ ਦੁਨੀਆ 'ਤੇ ਤਾਂ ਹੈ ਨਹੀਂ ਗੇ, ਅਤੇ ਇਸ ਪਿੰਡ ਦੇ ਵਿੱਚ ਉਹਨਾਂ ਮਾਤਾ ਬਸੰਤ ਕੌਰ ਦੀ ਕੁੱਖੋਂ ਮੇਰਾ ਜਨਮ ਹੋਇਆ ਜੀ। ਅਤੇ ਔਰ ਦੂਸਰਾ ਆਪਣਾ ਜਿਹੜਾ ਸਭ ਤੋਂ ਵੱਡਾ, ਮੈਂ ਜਿੱਦਾਂ ਜਿਹੜੀ ਚੀਜ਼ ਸਮਝਦਾ ਵੀ ਇਹ ਪਿੰਡ ਆ ਜਿਹੜਾ ਪਿੰਡਰ, ਹਾਂਜੀ, ਅਤੇ ਇੱਥੇ 21ਵੀਂ ਸਦੀ ਦੇ ਮਹਾਨ ਸ਼ਹੀਦ, ਹਾਂਜੀ, ਸੋ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ, ਹਾਂਜੀ, ਜਿਨ੍ਹਾਂ ਦਾ ਇਸ ਪਿੰਡ ਨਾਂ ਜਿਨ੍ਹਾਂ ਦਾ ਨਾਂ ਇਸ ਪਿੰਡ ਨਾਲ ਜੁੜਿਆ ਹੋਇਆ, ਉਹ ਇਸ ਧਰਤੀ ਤੋਂ ਇਸ ਪਿੰਡ 'ਚੋਂ ਛੋਟੇ ਹੁੰਦੇ ਇੱਥੋਂ ਪੜ੍ਹ ਕੇ ਅਤੇ ਦੁਨੀਆ ਦੇ ਵਿੱਚ ਉਹਨਾਂ ਦਾ ਨਾਂ ਹੋਇਆ, ਹਾਂਜੀ, ਠੀਕ ਆ, ਉਹਨਾਂ ਦਾ ਨਾਂ ਵੱਡਾ, ਅਸੀਂ ਛੋਟੇ ਹਾਂ ਜੀ, ਅਤੇ ਅਸੀਂ ਜਿੱਦਾਂ ਮੈਂ ਇਹ ਫਖਰ ਮਹਿਸੂਸ ਕਰਦਾ ਕਿਤੇ ਵੀ ਅਸੀਂ ਬਾਹਰ ਹੋਈਏ, ਹਾਂਜੀ ਹਾਂਜੀ, ਅਤੇ ਕਿਤੇ ਵੀ ਜੇਕਰ ਕੋਈ ਕਈ ਵਾਰੀ ਬੰਦੇ ਪੁੱਛਦੇ ਹੁੰਦੇ ਵੀ ਤੁਹਾਡਾ ਪਿੰਡ ਕਿਹੜਾ, ਹਾਂਜੀ, ਹੈ ਨਾ, ਅਤੇ ਜੇ ਕਈ ਵਾਰੀ ਕਿਸੇ ਨੂੰ ਨਾਂ ਸਮਝ ਲੱਗੇ ਵੀ ਇਹ ਕਿੱਥੇ ਕਾ ਯਾਰ ਪਿੰਡ ਹੈ, ਹਾਂਜੀ, ਅਤੇ ਅਸੀਂ ਫਿਰ ਸਾਨੂੰ ਇੰਨਾ ਕੀ ਕਹਿਣ ਦੀ ਲੋੜ ਵੀ ਅਸੀਂ ਉਹ ਜਿਹੜਾ ਬਾਬਾ ਭਿੰਡਰਾਂ ਵਾਲਾ, ਜਰਨੈਲ ਸਿੰਘ ਜੀ ਦੇ ਪਿੰਡ ਹੋਈ, ਹਾਂਜੀ, ਜਿਹੜਾ ਉਹ ਬਾਬਾ ਜਰਨੈਲ ਸਿੰਘ ਆ ਉਹ ਪਿੰਡ ਭਿੰਡਰ ਆ ਜੀ, ਹਾਂਜੀ, ਅਤੇ ਇਸ ਕਰਕੇ ਬਹੁਤ ਅਸੀਂ ਫਖਰ ਮਹਿਸੂਸ ਕਰਦੇ ਹਾਂ, ਹਾਂਜੀ, ਬਿਲਕੁਲ ਜੀ, ਬਿਲਕੁਲ, ਕਿਉਂਕਿ ਉਹਨਾਂ ਦੇ ਮਤਲਬ ਕਿ ਇੱਥੇ ਰਹਿਣ ਕਰਕੇ, ਇੱਥੋਂ ਪੜ੍ਹਾਈ ਕਰਨ ਕਰਕੇ, ਮਤਲਬ ਕਿ ਉਹਨਾਂ ਦਾ ਨਾਮ ਜਿਹੜਾ ਬਾਬਾ ਜਰਨੈਲ ਸਿੰਘ ਦੇ ਨਾਲ ਭਿੰਡਰਾਂ ਵਾਲੇ ਪਿਆ ਜੀ, ਹਾਂਜੀ, ਉਹ ਧਰਮੇ ਵੀਰ ਜੀ ਇੱਥੇ ਨਾ ਛੋਟੇ ਹੁੰਦੇ ਆਏ, ਹਾਂਜੀ, ਇੱਥੇ, ਅਤੇ ਇਸ ਟਕਸਾਲ 'ਚੋਂ ਉਹ ਜਿੱਦਾਂ ਪੜ੍ਹ ਕੇ, ਹਾਂਜੀ, ਅਤੇ ਉਹ ਫਿਰ ਅੱਗੇ ਗਏ ਜੀ, ਅਤੇ ਇਸ ਕਰਕੇ ਫਿਰ ਉਹਨਾਂ ਦਾ ਅਸਲੀ ਪਿੰਡ ਉਹਨਾਂ ਦਾ ਰੋਡੇ ਆ, ਹਾਂਜੀ, ਬਾਘੇ ਪੁਰਾਣੇ ਕੋਲ, ਹਾਂਜੀ, ਅਤੇ ਪਰ ਉਹ ਅਸਲੀ ਜਿੱਥੇ ਜਵਾਕ ਜਿੱਦਾਂ ਪੜ੍ਹ ਕੇ ਵੱਡਾ ਹੁੰਦਾ, ਹਾਂਜੀ, ਹੈ ਨਾ, ਫਿਰ ਉਹਦਾ ਕਈ ਵਾਰੀ ਉਸ ਪਿੰਡ ਦੇ ਨਾਲ ਨਾਂ ਜੁੜ ਜਾਂਦਾ, ਹਾਂਜੀ, ਉਹਨਾਂ ਦਾ ਨਾਮ ਸੀ ਜਿਹੜਾ ਉਹਨਾਂ ਦੇ ਨਾਮ ਦੇ ਨਾਲ ਉਹ ਭਿੰਡਰਾਂ ਜੁੜ ਗਿਆ, ਭਿੰਡਰਾਂ ਜੁੜ ਗਿਆ, ਹਾਂਜੀ ਜੀ, ਅੱਛਾ, ਤੁਸੀਂ ਕਿੰਨੇ ਭੈਣ ਭਰਾ ਜੀ? ਅਸੀਂ ਤਿੰਨ ਭੈਣਾਂ ਅਤੇ 2 ਭਰਾ ਜੀ, ਅਤੇ ਜਿਨ੍ਹਾਂ ਦੇ ਵਿੱਚੋਂ ਮੈਂ ਛੋਟਾ ਸਾਰਿਆਂ ਤੋਂ ਜੀ। ਅਤੇ ਪੜ੍ਹਾਈ ਕਿੱਥੋਂ ਤੱਕ ਕੀਤੀ ਸੀ ਤੁਸੀਂ? ਪੜ੍ਹਾਈ ਮੈਂ ਆਪਣਾ ਜਿਹੜੀ ਮੈਟ੍ਰਿਕ ਆ ਪਿੰਡ, ਇਹ ਪਿੰਡ ਹੀ ਮੈਂ ਪਾਸ ਕੀਤੀ ਆ, ਅਤੇ ਉਦੋਂ ਬਾਅਦ ਫਿਰ ਮੈਂ ਗੁਰੂ ਨਾਨਕ ਕਾਲਜ ਮੋਗਾ ਦੇ ਵਿੱਚ ਐਡਮਿਸ਼ਨ ਲਈ, ਅਤੇ ਉੱਥੋਂ ਮੈਂ ਆਪਣਾ BA ਪਾਰਟ 1 ਦੇ ਪੇਪਰ ਦੇਣੇ ਸੀ, ਜਿੱਦਾਂ ਤੁਸੀਂ ਕਹਿ ਲਓ ਵੀ ਅਜੇ ਮੈਂ 12ਵੀਂ ਦੇ ਪੇਪਰ ਦੇਣੇ ਸੀ, ਹਾਂਜੀ, ਅਤੇ ਉਦੋਂ ਬਾਅਦ ਫਿਰ ਮੈਂ ਪੁਲਿਸ ਦੇ ਵਿੱਚ ਚਲਿਆ ਗਿਆ ਜੀ, ਹਾਂਜੀ, ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਈ, ਹਾਂਜੀ ਜੀ। ਕਬੱਡੀ ਦੀ ਸ਼ੁਰੂਆਤ ਹੈ ਤੁਹਾਡੀ, ਉਹ ਕਦੋਂ ਹੋਈ ਸੀ, ਕਿੰਨੀ ਕੁ ਤੁਹਾਡੀ ਉਮਰ ਸੀ, ਅਤੇ ਕਿੰਨਾ ਤੋਂ ਪ੍ਰਭਾਵਿਤ ਹੋ ਕੇ ਤੁਸੀਂ ਗਰਾਊਂਡਾਂ ਵੱਲ ਆਏ? ਜਿਹੜੀ ਕਬੱਡੀ ਦੀ ਸ਼ੁਰੂਆਤ ਆ ਉਹ ਜਿਵੇਂ ਆਮ ਰੈਗੂਲਰ ਪਿੰਡਾਂ 'ਚ ਜਵਾਕ ਖੇਡਦੇ ਹੁੰਦੇ ਆ, ਹਾਂਜੀ, ਅਤੇ ਅਸਲੀ ਤਾਂ ਮੇਰਾ ਸਫ਼ਰ ਜਿੱਦਾਂ ਉੱਥੋਂ ਸ਼ੁਰੂ ਹੋਇਆ, ਜਿਵੇਂ ਆਮ ਜਵਾਕ ਪਿੰਡਾਂ 'ਚ ਖੇਡਦੇ, ਅਤੇ ਹੌਲੀ ਅਸਲੀ ਸਾਡੇ ਨਾ ਪਿੰਡ ਜਿਹੜਾ ਭਾਦੋਂ ਦੇ ਵਿੱਚ ਟੂਰਨਾਮੈਂਟ ਹੁੰਦਾ, ਹਾਂਜੀ, ਅਤੇ ਉਹ ਤੁਸੀਂ ਕਹਿ ਲਓ ਵੀ ਉਸ ਟਾਈਮ ਦੇ ਵਿੱਚ ਕਬੱਡੀ ਦਾ ਮਹਾਂਕੁੰਭ ਵੀ ਕਿਹਾ ਜਾਂਦਾ ਸੀ, ਭਾਦੋਂ ਦੇ ਵਿੱਚ ਹੁੰਦਾ ਸੀਗਾ ਸੰਤਾਂ ਦੀ ਯਾਦ 'ਚ, ਅਤੇ ਉਹ ਜਿਵੇਂ ਅਸੀਂ ਛੋਟੇ ਛੋਟੇ ਜਵਾਕ ਜਦੋਂ ਅਸੀਂ ਉੱਥੇ ਉਹ ਟੂਰਨਾਮੈਂਟ ਦੇਖਣਾ, ਹੈ ਨਾ, ਬਹੁਤ ਗੌਰ ਨਾਲ ਮੈਂ ਦੇਖਿਆ ਉਹ, ਅਤੇ ਉਹ ਦੇਖਦੇ ਦੇਖਦੇ ਜਿੱਦਾਂ ਸਾਨੂੰ ਇੰਨਾ ਸ਼ੌਂਕ ਹੋ ਗਿਆ ਵੀ ਅਸੀਂ ਯਾਰ
ਪਲੇਅਰ ਦੇਖ ਕੇ ਅਸੀਂ ਮੈਂ ਫਲਾਨਾ ਪਲੇਅਰ ਬਣੀਏ ਹੈ ਨਾ। ਕਿਹੜੇ ਖਿਡਾਰੀ ਵੇਖੇ ਤੁਸੀਂ? ਤਾਂ ਉਸ ਟਾਈਮ ਦੇ ਵਿੱਚ ਸਾਡੇ ਪਿੰਡ ਦਾ ਹੀ ਜਿਹੜਾ ਹੀਰੋ ਉੱਠਿਆ ਸੀਰਾ ਭਿੰਡਰਾਂ, ਹਾਂਜੀ, ਅਤੇ ਜਿਹੜਾ ਉਹਦਾ ਪੂਰਾ ਨਾਂ ਸੀ ਉਹ ਜਗਸੀਰ ਸਿੰਘ ਸੀ, ਅਤੇ ਨਿਕਨੇਮ ਜਿੱਦਾਂ ਸੀਰੇ ਦੇ ਨਾਲ ਨਾਲ ਜਾਣਦੇ ਸੀ। ਅਤੇ ਉਹ ਤੋਂ ਜਿੱਦਾਂ ਅਸੀਂ, ਕਿਉਂਕਿ ਉਹ ਜਦੋਂ ਇੰਗਲੈਂਡ ਗਿਆ, ਠੀਕ ਆ, ਅਤੇ ਵੀ ਉਹ ਕਹਿੰਦੇ ਬਾਹਰੋਂ ਖੇਡ ਕੇ ਆਇਆ ਸੀਰਾ, ਹਾਂਜੀ, ਅਤੇ ਉਹਨੂੰ ਵੇਖ ਕੇ ਜਿੱਦਾਂ ਸਭ ਤੋਂ ਜ਼ਿਆਦਾ ਅਸੀਂ ਪ੍ਰਭਾਵਿਤ ਹੋਏ। ਫਿਰ ਉਹਦੇ ਨਾਲ ਨਾਲ ਹੀ ਫਿਰ ਇੱਕ ਜਾਫੀ ਮੁੰਡਾ ਹੋਇਆ ਸਾਡੇ ਪਿੰਡੋਂ ਚਰਨਾ, ਅਤੇ ਹੁਣ ਇਸ ਟਾਈਮ ਇੰਗਲੈਂਡ 'ਚ ਆ, ਅਤੇ ਉਹ ਵੀ ਉਸ ਸਮੇਂ ਦਾ ਬਹੁਤ ਵਧੀਆ ਜਿੱਦਾਂ ਉਹ ਜਾਫੀ ਸੀਗਾ। ਫਿਰ ਕੁਛ ਕੁ ਅਸੀਂ ਜਿੱਦਾਂ ਅਸੀਂ ਉਹਦੇ ਨਾਲ ਫਰੈਂਡਸ਼ਿਪ ਸੀ, ਉਹ ਜਿੱਦਾਂ ਸਾਨੂੰ ਬਹੁਤ ਜਿਹਦੇ ਛੋਟੇ ਸੀਗੇ ਸਾਨੂੰ ਬਹੁਤ ਪਿਆਰ ਕਰਦਾ ਸੀ ਉਹ ਬੰਦਾ ਉਸ ਟਾਈਮ 'ਚ, ਅਤੇ ਉਹ ਫਿਰ ਇੱਦਾਂ ਲਗਨ ਲੱਗਦੀ ਅਤੇ ਫਿਰ ਜਿੱਦਾਂ ਅਸੀਂ ਇਸ ਚੀਜ਼ ਦੇ ਵੱਲ ਕਾਫੀ ਖਿੱਚੇ ਗਏ, ਅਤੇ ਉੱਥੋਂ ਫਿਰ ਅਸੀਂ ਜਿੱਦਾਂ ਕਬੱਡੀ ਖੇਡਣੀ ਸ਼ੁਰੂ ਕੀਤੀ ਜੀ। ਅਤੇ ਕਿਹੜਾ ਵਜਨ ਖੇਡਿਆ ਸੀ ਪਹਿਲਾਂ ਜਾਂ ਫਿਰ ਓਪਨ ਦੇ ਵਿੱਚ ਹੀ ਖੇਡੇ ਸੀ? ਨਹੀਂ, ਸਭ ਤੋਂ ਪਹਿਲਾਂ ਅਸੀਂ 35 ਕਿਲੋ, ਉਦੋਂ ਬਾਅਦ ਫਿਰ 42 ਕਿਲੋ ਜੀ, ਅਤੇ 42 ਤੋਂ ਇੱਕ ਤਾਂ ਅਸੀਂ 52 ਖੇਡੇ ਹੋਵਾਂਗੇ, ਫਿਰ 57-62, ਅਤੇ ਇਹ ਸਫ਼ਰ ਤੱਕ ਜਿੱਦਾਂ 62 ਕਿਲੋ ਫਿਰ ਮੈਂ 2 ਸਾਲ ਖੇਡਿਆ ਹੋਊਂਗਾ, ਅਤੇ ਸਾਲ ਜਾਂ 2 ਸਾਲ ਇਹ ਛੋਟੇ ਵੇਟਾਂ 'ਚ ਜਿੱਦਾਂ ਜਵਾਕ ਖੇਡਦੇ ਆ, ਹਾਂਜੀ, ਅਤੇ ਉਹ ਉਦੋਂ ਫਿਰ ਜਿੱਦਾਂ ਸਟਾਰਟਿੰਗ 'ਚ ਕੀ ਹੋਇਆ, ਅਸੀਂ ਇੱਥੇ ਮੈਚ ਹੋਏ ਸਿੱਧਵਾਂ ਬਿਲਕੁਲ ਵਾਲੇ ਪਿੰਡ ਆ ਛੋਟਾ ਜਿਹਾ ਸਲੇਮਪੁਰ ਜੀ, ਅਤੇ ਉੱਥੇ ਅਸੀਂ 42 ਕਿਲੋ ਦੀ ਟੀਮ ਲੈ ਗਏ, ਅਤੇ ਉੱਥੇ ਅਸੀਂ ਫਸਟ ਆਏ। ਉਹ ਫਸਟ ਜਦੋਂ ਆਏ ਅਤੇ ਉਹਨਾਂ ਨੇ ਸਾਨੂੰ ਜਿੱਦਾਂ ਥੋੜ੍ਹੇ ਘਣੇ ਪੈਸੇ ਵੀ ਦਿੱਤੇ, ਅਤੇ ਪੈਸਿਆਂ ਦੇ ਨਾਲ ਨਾਲ ਉਹਨਾਂ ਭਾਂਡੇ ਦਿੱਤੇ ਸਾਨੂੰ, ਜਿੱਦਾਂ ਸਟੀਲ ਦੀਆਂ ਕੁਗਲੀਆਂ, ਗਲਾਸ, ਹੈ ਨਾ, ਅਤੇ ਉਹ ਜਿੱਦਾਂ ਸਾਡੇ ਵਾਸਤੇ ਉਸ ਟਾਈਮ 'ਚ ਜਿੱਦਾਂ ਬਹੁਤ ਵੱਡੀ ਚੀਜ਼, ਅਤੇ ਪੂਰਾ ਮਤਲਬ ਐਨਰਜੀ ਮਿਲੀ ਤੁਹਾਨੂੰ? ਹਾਂਜੀ, ਉਸ ਚੀਜ਼ ਨੇ ਫਿਰ ਸਾਨੂੰ ਬਹੁਤ ਐਨਰਜੀ ਦਿੱਤੀ। ਉਹ ਫਿਰ ਉਸ ਚੀਜ਼ ਨਾਲ ਹੌਲੀ ਹੌਲੀ ਚੱਲਦਾ ਚੱਲਦਾ ਜਿੱਦਾਂ ਹੋਰ ਜਿਵੇਂ ਨਾ ਕਿਸੇ ਨੂੰ ਲਾਲਚ ਪੈ ਜਾਂਦਾ, ਹਾਂਜੀ, ਅਤੇ ਸ਼ੌਕ ਪੈ ਜਾਂਦਾ, ਹਾਂਜੀ, ਅਤੇ ਉਸ ਫਿਰ ਜਦੋਂ ਜਿੱਦਾਂ ਉਹ ਜਨੂੰਨ ਇੱਕ ਤਰ੍ਹਾਂ ਦਾ ਸਾਨੂੰ ਸ਼ੁਰੂ ਹੋ ਗਿਆ ਕਬੱਡੀ ਦਾ ਜੀ। ਜੀ, ਅਤੇ ਫਿਰ ਤੁਸੀਂ ਪਿੰਡ ਦੀ ਟੀਮ 'ਚ ਹੀ ਖੇਡੇ ਓਪਨ ਜੀ? ਸਟਾਰਟਿੰਗ ਦੇ ਵਿੱਚ ਜਦੋਂ ਮੈਂ 10ਵੀਂ ਜਿੱਦਾਂ ਕਰ ਲਈ ਜੀ, ਅਤੇ ਉਦੋਂ ਤੱਕ ਤਾਂ ਮੈਂ ਜਿੱਦਾਂ ਸਕੂਲ 'ਚ ਸੀ, ਜਦੋਂ ਵੈਸੇ ਸਕੂਲ ਦੇ ਵਿੱਚ ਅਸੀਂ ਹਾਕੀ ਅਤੇ ਫੁੱਟਬਾਲ ਖੇਡਦੇ ਸੀ, ਉਦੋਂ ਸਕੂਲ ਦੀ ਕਬੱਡੀ ਦੀ ਟੀਮ ਹੈਨੀ ਸੀ, ਅਤੇ ਪਰ ਸਾਡੇ ਉੱਥੇ ਸਕੂਲ 'ਚ ਸ਼ਾਮ ਨੂੰ ਜਿਹੜੀ ਕਬੱਡੀ ਦੀ ਟ੍ਰੇਨਿੰਗ ਕਰਦੇ ਸੀਗੇ ਮੁੰਡੇ ਸਾਰੇ, ਹਾਂਜੀ, ਅਤੇ ਉਦੋਂ ਫਿਰ ਅਸੀਂ ਕਬੱਡੀ ਜਿੱਦਾਂ ਸਕੂਲ ਦੇ ਵਿੱਚ ਆਪਣਾ ਫੁੱਟਬਾਲ ਅਤੇ ਹਾਕੀ ਚੱਲਦੀ ਸੀ, ਅਤੇ ਨਾਲ ਨਾਲ ਫਿਰ ਅਸੀਂ ਕਬੱਡੀ ਵੀ ਜਿੱਦਾਂ ਖੇਡਣ ਲੱਗ ਗਏ, ਅਤੇ ਉਹ ਫਿਰ ਕਬੱਡੀ ਖੇਡਦੇ ਖੇਡਦੇ ਫਿਰ ਮੈਂ ਜਦੋਂ 10ਵੀਂ ਪਾਸ ਕੀਤੀ, ਉਦੋਂ ਬਾਅਦ ਫਿਰ ਉਦੋਂ ਹੁੰਦਾ ਸੀਗਾ ਵੀ ਯਾਰ ਮੁੰਡਾ ਤਾਂ ਝਾਕਦਾ ਵੀ ਉਹ ਕਿਤੇ ਬਾਹਰ ਕਿਸੇ ਕਾਲਜ ਦੇ ਵਿੱਚ ਜਾਵੇ, ਹੈ ਨਾ, ਅਤੇ ਉਹ ਫਿਰ ਮੈਂ ਮੋਗੇ ਗੁਰੂ ਨਾਨਕ ਕਾਲਜ ਦੇ ਵਿੱਚ ਐਡਮਿਸ਼ਨ ਲਈ ਜਾ ਕੇ, ਹਾਂਜੀ, ਅਤੇ ਉੱਥੋਂ ਫਿਰ ਸਾਡੀ ਜਿੱਦਾਂ ਇਹ ਹੈਗੀ ਆ 83 ਦੇ ਵਿੱਚ, 83 ਦੇ ਵਿੱਚ ਸ਼ੁਰੂਆਤ ਹੋਈ ਫਿਰ ਸਾਡੀ ਮੇਰੀ ਕਬੱਡੀ ਦੀ, ਅਤੇ ਉੱਥੇ ਮੈਂ ਜਦੋਂ ਜਾ ਕੇ ਐਡਮਿਸ਼ਨ ਲਈ ਉਦੋਂ ਫਿਰ ਜਿਹੜਾ ਇੱਕ ਤਰ੍ਹਾਂ ਦਾ ਸਵਾਬ ਹੀ ਬਣਿਆ ਸਾਡਾ, ਹੈ ਨਾ, ਸਾਰੇ ਹੀ ਵਧੀਆ ਪਲੇਅਰ ਉਦੋਂ ਰੱਜੀ ਵਾਲੇ ਦੇ, ਪੱਪੀ ਪਿੰਦਰ ਅਤੇ ਆਪਣਾ ਪੱਪੀ ਪਿੰਦਰ ਅਤੇ ਬਿੰਦਰ ਰੱਜੀ ਵਾਲੀ ਹੈ, ਤਿੰਨੇ ਹੀ ਉਹ ਆ ਗਏ ਉੱਥੇ, ਅਤੇ ਸਵਰਨਾ ਬਾਰੇ ਵਾਲੀ ਆ ਉਹ ਆ ਗਿਆ, ਅਤੇ ਮੇਜਰ ਚੜੈਕ ਉਹ ਕੁਦਰਤੀ ਜਿੱਦਾਂ ਸਵਾਬਾਂ ਨਾਲ ਆਉਂਦਾ ਸੀ, ਜਿੱਦਾਂ ਇਕੱਠੇ 1 ਸਾਲ ਜਾ ਕੇ ਉੱਥੇ ਐਡਮਿਸ਼ਨ ਜਿੱਦਾਂ ਲਈ ਕਾਲਜ ਦੇ ਵਿੱਚ, ਅਤੇ ਜਿੱਥੋਂ ਸਾਡੀ ਅਸਲੀ ਕਬੱਡੀ ਦੀ ਜਿੱਦਾਂ ਸਾਡਾ ਮੁੱਢ ਵੱਜਦਾ, ਹਾਂਜੀ, ਜਿੱਥੋਂ ਅਸੀਂ ਬਾਹਰ ਨੂੰ ਜਿੱਦਾਂ ਸਾਡੀ ਜਾਣ ਪਛਾਣ ਸ਼ੁਰੂ ਹੁੰਦੀ, ਹਾਂਜੀ, ਮਤਲਬ ਜਿੱਥੋਂ ਤੁਸੀਂ ਅਗਲਾ ਜਿਹੜਾ ਜਿਵੇਂ ਸ਼ੁਰੂਆਤ ਕਰਕੇ ਉਦੋਂ ਵਧੀਆ ਸਫ਼ਰ ਜਿਹੜਾ ਤੁਹਾਡਾ ਉੱਥੋਂ ਆ ਕੇ ਸ਼ੁਰੂ ਹੋਇਆ, ਹਾਂਜੀ, ਜਦੋਂ ਅਸੀਂ ਜਿੱਦਾਂ ਇੱਕ ਸਟੈਪ ਅਸੀਂ ਜਿੱਦਾਂ ਨਹੀਂ ਪਲੇਟਫਾਰਮ ਤੁਹਾਨੂੰ ਮਿਲ ਜਾਂਦਾ, ਹੈ ਨਾ, ਹਾਂਜੀ, ਅਤੇ ਪਲੇਟਫਾਰਮ ਜਿੱਦਾਂ ਫਿਰ ਸਾਨੂੰ ਇਹੋ ਜਿਹਾ ਮਿਲਿਆ ਸ਼ੋਅ ਹੋਣ ਦਾ, ਠੀਕ ਆ ਕਿ ਨਹੀਂ, ਅਤੇ ਉਹ ਉੱਥੇ ਜਾ ਕੇ ਸਾਡੀ ਸ਼ੁਰੂ, ਉੱਥੇ ਫਿਰ ਇੱਕ ਸਾਡਾ ਇਹ ਵੀ ਸਵਾਬ ਬਣਿਆ ਵੀ ਉਹ ਜਿਹੜਾ ਜਿਹਦੇ ਕੋਲ ਅਸੀਂ ਗਏ ਉਹ ਜਸਵੰਤ ਸਿੰਘ ਗਰਿਆਲ ਉਸ ਟਾਈਮ 'ਚ ਉੱਥੇ DP ਸੀਗਾ ਜੀ, ਅਤੇ ਨਿਕਨੇਮ ਉਹਦਾ ਉਹਦੇ ਜਿੱਦਾਂ ਜਿਹੜੇ ਫਰੈਂਡ ਸੀ ਉਹਨੂੰ ਬੰਤੀ ਵੀ ਕਹਿੰਦੇ ਹੁੰਦੇ ਸੀ, ਉਹ ਹਾਕੀ ਦਾ ਬਹੁਤ ਵਧੀਆ ਪਲੇਅਰ ਸੀ ਜੀ, ਅਤੇ ਪਰ ਉਹਨੂੰ ਕਬੱਡੀ ਦਾ ਬਹੁਤ ਸ਼ੌਂਕ ਸੀ ਜੀ, ਕਿਉਂਕਿ ਉਦੋਂ ਸਾਡੇ ਤੋਂ ਪਹਿਲਾਂ ਉੱਥੇ ਕਬੱਡੀ ਦੀ ਟੀਮ ਰਹਿ ਚੁੱਕੀ ਸੀ, ਸੀਰਾ ਮੰਦਰ ਡਰੋਲੀ ਵਾਲਾ ਗਰਿਆਲ, ਹਾਂਜੀ, ਅਤੇ ਆਪਣਾ ਕਰਮਾ ਦਸਾਂਝਾਂ ਵਾਲਾ ਅਤੇ ਹੋਰ ਕਈ ਮੁੰਡੇ ਸੀਗੇ, ਇਸ ਕਰਕੇ ਉਹਨੂੰ ਜਿੱਦਾਂ ਕਬੱਡੀ ਨਾਲ ਬਹੁਤ ਲਗਾਅ ਸੀ, ਉਹ ਜਦੋਂ ਫਿਰ ਅਸੀਂ ਗਏ ਅਤੇ ਉਹਨੇ ਦੇਖਿਆ
ਅਤੇ ਉਹ ਫਿਰ ਜਿੱਦਾਂ ਜਿੱਦਾਂ ਨਹੀਂ ਸਾਨੂੰ ਇੱਕ ਤਰ੍ਹਾਂ ਨਾਲ ਵੀ ਲੱਭ ਪਿਆ ਹੁੰਦਾ ਕੁਛ, ਅਤੇ ਉਹਨੂੰ ਵੀ ਜਿੱਦਾਂ ਹੋ ਗਿਆ ਵੀ ਹਾਂ ਵੀ ਯਾਰ ਮੁੰਡੇ ਵਾਕਈ ਹੈਗੇ ਆ ਕਲਾਕਾਰ, ਹਾਂਜੀ, ਅਤੇ ਵੀ ਮੇਰੇ ਆਖੇ ਲੱਗਦੇ ਆ, ਉੱਥੋਂ ਫਿਰ ਸਾਡੀ ਆਪਣਾ ਸ਼ੁਰੂ ਹੁੰਦੀ ਹੈ। ਫਿਰ ਉਹਦੇ ਨਾਲ ਨਾਲ ਹੀ ਕਈ ਵਾਰੀ ਉਹਨੇ ਆਪਣਾ ਸੱਦਣਾ ਉੱਥੋਂ ਚੜਕ ਵਾਲੇ ਡੀ ਪੀ ਨੂੰ ਟ੍ਰੇਨ ਕਰਾਉਣ, ਕਿਉਂਕਿ ਉਹ ਫਿਜੀਕਲ ਐਜੂਕੇਸ਼ਨ ਦਾ ਟੀਚਰ ਸੀਗਾ, ਡੀ ਪੀ ਲੱਗਿਆ ਹੋਇਆ ਸੀ, ਅਤੇ ਉਹਨੂੰ ਵੀ ਕਬੱਡੀ ਦਾ ਜਿੱਦਾਂ ਬਹੁਤ ਸ਼ੌਂਕ ਸੀਗਾ, ਉਹ ਆਪ ਵੀ ਇੱਕ ਪਲੇਅਰ ਸੀਗਾ ਸਾਡੇ ਨਾਲ, ਤਾਂ ਖੈਰ ਉਹ ਸੀਨੀਅਰ ਸੀ, ਹਾਂਜੀ, ਅਤੇ ਉਹਨੂੰ ਫਿਰ ਕਈ ਵਾਰੀ ਜਿੱਦਾਂ ਉਹ ਸਾਦਾ ਹੁੰਦਾ ਸੀਗਾ ਵੀ ਯਾਰ ਵੀ ਮੁੰਡਿਆਂ ਨੂੰ ਟ੍ਰੇਨ ਦੇ ਆ ਕੇ, ਅਤੇ ਇੱਦਾਂ ਫਿਰ ਸਾਡਾ ਉੱਥੋਂ ਉਹ ਸਫ਼ਰ ਜਿਹੜਾ ਕਬੱਡੀ ਦਾ ਸ਼ੁਰੂ ਹੁੰਦਾ ਜੀ। ਅਤੇ ਫਿਰ ਕਿਹੜੀਆਂ ਕਿਹੜੀਆਂ ਟੀਮਾਂ ਦੇ ਵਿੱਚ ਖੇਡੇ ਤੁਸੀਂ, ਕਿੱਥੇ ਕਿੱਥੇ ਖੇਡੇ ਸ਼ੁਰੂਆਤੀ ਦੌਰ? ਹਾਂਜੀ, ਉਹ ਪਹਿਲਾਂ ਤਾਂ ਸਟਾਰਟਿੰਗ ਸਾਡੀ ਜਿਹੜੀ ਕਾਲਜ ਦੇ ਵਿੱਚ ਜਿਹੜੀ ਸਾਡੀ ਹੁੰਦੀ ਆ, ਉਦੋਂ ਅਸੀਂ ਤੁਸੀਂ ਇਹ ਦੇਖ ਲਓ ਵੀ ਅਸੀਂ 83, 84 ਅਤੇ 85 ਅਤੇ ਜਿਹੜੇ ਆਪਣੇ ਐਂਟਰ ਜੋਨ ਹੁੰਦੇ ਆ ਕਾਲਜਾਂ ਦੇ, ਅਤੇ ਅਸੀਂ ਉਹ ਇੱਕ ਸਾਲ ਤਾਂ ਨੈਸ਼ਨਲ ਸਟਾਈਲ ਦੀ ਵੀ ਨਾਲ ਜਿੱਤ ਗਏ ਸੀ ਜੀ, ਉਹ ਅਸੀਂ 3 ਸਾਲ ਹੀ ਉਹ ਚੈਂਪੀਅਨਸ਼ਿਪ ਜਿੱਤੀ, ਅਤੇ ਉਹ ਚੈਂਪੀਅਨਸ਼ਿਪ ਇੱਕ ਇਹ ਵੀ ਉਹਦੇ ਨਾਲ ਸੀਗਾ ਵੀ ਸਾਡਾ ਕਿਸੇ ਨਾ ਕੰਪੀਟੀਸ਼ਨ ਹੀ ਨਹੀਂ ਹੋਇਆ 3 ਸਾਲ ਜੀ, ਜੇ ਹੋਇਆ ਕਿਸੇ ਦਾ ਤਾਂ ਮੇਰਾ ਖਿਆਲ ਹਾਫ ਟਾਈਮ ਤੱਕ ਜਿੱਦਾਂ ਹੁੰਦਾ ਰਿਹਾ ਜੀ, ਅਤੇ ਜਿੱਦਾਂ ਟੀਮ ਹੀ ਸਾਡੀ ਹੈ ਇੰਨੀ ਵਧੀਆ ਬਣ ਗਈ। ਫਿਰ ਇੱਕ ਇਹਦੇ ਨਾਲ ਨਾਲ ਹੀ ਕੀ ਹੋਇਆ, 83 ਦੇ ਵਿੱਚ ਅਸੀਂ ਐਡਮਿਸ਼ਨ ਲੈਂਦੇ ਹਾਂ, ਅਤੇ ਉਦੋਂ ਸਿੱਧਮਾਲਾ ਚੈਨਾ ਉਹ ਵੀ ਵਧੀਆ ਹੋ ਗਿਆ ਸੀ ਜੀ, ਅਤੇ ਫਿਰ ਸਾਨੂੰ ਉਹਦਾ ਪਤਾ ਲੱਗਾ ਸੀ, ਡੀ ਪੀ ਨਾਲ ਗੱਲ ਕੀਤੀ ਵੀ ਇੱਦਾਂ ਮੁੰਡਾ ਸਿੱਧਮਾਲਾ ਚੈਨਾ ਇੱਕ ਹਨਾ ਵੀ ਉੱਠਿਆ, ਅਤੇ ਉਹ ਕਹਿੰਦਾ ਲਿਆਓ। ਫਿਰ ਅਸੀਂ ਜਿੱਦਾਂ ਸਾਡੀ ਜਾਣ ਪਛਾਣ ਸੀਗੀ ਪਹਿਲਾਂ ਮਾੜੀ ਮੋਟੀ ਮੇਰੀ ਸੀ ਜਿੱਦਾਂ, ਅਤੇ ਫਿਰ ਮੈਂ ਅਤੇ ਸਵਰਨਾ ਉਹਦੇ ਕੋਲ ਗਏ, ਅਤੇ ਅਸੀਂ ਕਿਹਾ ਯਾਰ ਵੀ ਆਹ ਗੱਲ, ਅਤੇ ਵੀ ਚੱਲ ਤੂੰ, ਉਹਨੂੰ ਵੀ ਜਿੱਦਾਂ ਜਿੱਦਾਂ ਲੱਭਦਾ ਹੀ ਫਿਰਦਾ ਸੀ ਹਨਾ ਵੀ ਯਾਰ ਕੋਈ ਮਿਲੇ ਪਲੇਟਫਾਰਮ, ਫਿਰ ਉਹ ਆ ਗਿਆ ਨਾਲ ਸਾਡੇ, ਉਹ ਬਹੁਤ ਵਧੀਆ ਰੇਡਰ ਸੀਗਾ, ਅਤੇ ਇਸ ਕਰਕੇ ਫਿਰ ਜਿੱਦਾਂ ਸਾਡੀ ਸ਼ੁਰੂਆਤ ਹੀ ਇੱਦਾਂ ਦੀ ਹੋਈ। 3 ਸਾਲ ਅਸੀਂ ਸਾਡਾ ਕੰਪੀਟੀਸ਼ਨ ਹੀ ਨਹੀਂ ਹੋਇਆ ਕਾਲਜਾਂ 'ਚ ਕਿਸੇ ਨਾਲ, ਅਤੇ ਉਹ ਫਿਰ 1 ਸਾਲ ਜਿੱਦਾਂ ਅਸੀਂ ਨੈਸ਼ਨਲ ਸਟਾਈਲ ਵੀ ਜਿੱਤ ਗਏ ਸੀਗੇ, ਅਤੇ ਫਿਰ ਮੈਂ ਜਿੱਦਾਂ ਆਪਣਾ ਯੂਨੀਵਰਸਿਟੀ ਵੀ ਖੇਡ ਕੇ ਆਇਆ ਜੀ ਨੈਸ਼ਨਲ ਸਟਾਈਲ, ਉਦੋਂ ਬੰਗਾਲ ਦੇ ਵਿੱਚ ਹੋਈ ਸੀ ਵਰਧਮਾਨ ਜੀ ਜੀ, ਅਤੇ ਉਹ ਫਿਰ ਇੱਦਾਂ ਦੌਰ ਸਾਡਾ ਸ਼ੁਰੂ ਸ਼ੁਰੂ ਹੁੰਦਾ ਹੁੰਦਾ, ਅਤੇ ਫਿਰ ਅਸੀਂ ਜਿੱਦਾਂ ਵੀ ਪਿੰਡਾਂ ਦੇ ਵਿੱਚ ਵੀ ਜਿੱਥੇ ਸੰਸਥਾ ਹੁੰਦੀ ਸੀ ਉੱਥੇ ਵੀ ਜਿੱਦਾਂ ਜਾਣਾ ਸ਼ੁਰੂ ਕਰਤਾ ਸੀ ਜੀ, ਮਤਲਬ ਸ਼ੋਅ ਮੈਚ ਵਗੈਰਾ ਵੀ ਖੇਡੇ? ਹਾਂਜੀ, ਉਹ ਉਦੋਂ ਹੀ ਫਿਰ ਨਾਲ ਦੀ ਨਾਲ ਹੀ ਜਿੱਦਾਂ ਸ਼ੋਅ ਮੈਚ ਵੀ ਸੀ ਆਪਣਾ ਸ਼ੁਰੂ ਹੋ ਗਿਆ ਹੌਲੀ ਹੌਲੀ ਜੀ। ਅਤੇ ਸ਼ੋਅ ਮੈਚ ਦੇ ਵਿੱਚ ਕਿਹੜੀ ਟੀਮ ਹੁੰਦੀ ਤੁਹਾਡੀ? ਜਿਹੜੇ ਉਦੋਂ ਸ਼ੋਅ ਮੈਚ ਅਸਲੀ ਸਾਡੀ ਹੁੰਦੀ ਸੀ ਗੁਰੂ ਨਾਨਕ ਕਾਲਜ ਮੋਗਾ ਦੀ ਟੀਮ ਸੀ, ਜੇ ਕਿਤੇ ਜਦੋਂ ਸੰਸਥਾ ਜਿਵੇਂ ਕਿਤੇ ਐਂਟਰ ਹੋਣੀ ਆ ਅਤੇ ਗੁਰੂ ਨਾਨਕ ਕਾਲਜ ਮੋਗਾ ਵੱਲੋਂ, ਅਤੇ ਜਿਵੇਂ ਹੋਰ ਤੋਂ ਉਦੋਂ ਮਹਿਲ ਦੀ ਟੀਮ ਹੁੰਦੀ ਸੀ ਜਾਂ ਬਰਜਿੰਦਰਾ ਕਾਲਜ ਫਰੀਦਕੋਟ ਦੀ ਵੀ ਸੀਗੀ ਟੀਮ ਕਾਲਜ ਦੀ, ਹਾਂਜੀ, ਅਤੇ ਉਹਦੇ 'ਚ ਇਹ ਇਹਨਾਂ ਦੀ ਵੀ ਟੀਮ ਠੀਕ ਸੀ, ਅਤੇ ਜਿੱਦਾਂ ਸਾਡੀ ਤਾਂ ਜ਼ਿਆਦਾ ਵਧੀਆ ਸੀ, ਅਤੇ ਉਹਦੇ 'ਚ ਇਹ ਮੁੰਡਾ ਬਸੰਤ ਸੀ ਹਰਾਜਾਂ ਵਾਲਾ ਜਾਫੀ, ਅਤੇ ਦੀਸ਼ ਹੁੰਦਾ ਸੀ ਇੱਕ ਮੁੰਡਾ ਉਹ ਹੁਣ ਆਸਟ੍ਰੇਲੀਆ ਦੇ ਵਿੱਚ ਆ, ਅਤੇ ਕੇਵਲ ਆ ਬੂਈਆਂ ਵਾਲੇ ਵਾਲਾ ਉਹ ਵੀ ਉਹ ਇੰਗਲੈਂਡ 'ਚ ਸੈੱਟ ਆ ਇਸ ਵੇਲੇ, ਬਾਘਾ ਸੀਗਾ ਨਾਲ ਇਹਨਾਂ ਦਾ, ਅਤੇ ਇੱਕ ਇਹਨਾਂ ਦੀ ਟੀਮ ਹੁੰਦੀ ਸੀ ਇੱਕ ਮਿਲ ਦੀ ਹੋ ਜਾਣੀ ਟੀਮ ਮਿਲ ਆਪਣੇ ਜੀਰਾ, ਹਾਂਜੀ, ਅਤੇ ਜੇ ਕਿਤੇ ਜਿੱਦਾਂ ਸੰਸਥਾ ਜਿਵੇਂ ਜਿੱਥੇ ਕਿਤੇ ਸੰਸਥਾ ਹੁੰਦੀ ਸੀ, ਜਾਂ ਕਈ ਵਾਰ ਕਿਤੇ ਤਾਂ ਕੀ ਹੁੰਦਾ ਸੀ ਵੀ ਪਿੰਡਾਂ ਦੇ ਵਿੱਚ ਵੀ ਸੰਸਥਾ ਐਂਟਰ ਹੋ ਜਾਂਦੀ ਸੀ ਵੀ ਪਿੰਡਾਂ ਦੀਆਂ ਟੀਮਾਂ, ਅਤੇ ਉਦੋਂ ਜੇ ਕਿਤੇ ਦੂਰ ਨੇੜੇ ਹੁੰਦਾ ਸੀਗਾ ਉਦੋਂ ਅਸੀਂ ਫਿਰ ਉਹਦੇ ਤਾਂ ਗੁਰੂ ਨਾਨਕ ਕਾਲਜ ਦੇ ਨਾਂ 'ਤੇ ਐਂਟਰ ਕਰਦੇ ਸੀ ਜੀ, ਅਤੇ ਨਾਲ ਨਾਲ ਫਿਰ ਕਿਤੇ ਜਿਹਦੀ ਚੈਂਪੀਅਨਸ਼ਿਪ ਹੋਣੀ ਫਿਰ ਡਿਸਟ੍ਰਿਕਟ ਫਰੀਦਕੋਟ ਵੱਲੋਂ ਉਦੋਂ ਮੱਲੀ ਸਾਨੂੰ ਲੈ ਕੇ ਜਾਂਦਾ ਹੁੰਦਾ ਸੀ ਜੀ। ਚੈਂਪੀਅਨਸ਼ਿਪ ਕਿੰਨੀਆਂ ਖੇਡੀਆਂ ਤੁਸੀਂ? ਚੈਂਪੀਅਨਸ਼ਿਪ ਅਸੀਂ ਆਪਣਾ ਧਰਮੇ ਵੀਰੇ 85 ਤੋਂ ਲੈ ਕੇ ਜੀ, ਅਤੇ 85 ਤੋਂ ਲੈ ਕੇ ਤੁਸੀਂ ਦੇਖ ਲਓ ਵੀ ਅਸੀਂ ਤਕਰੀਬਨ ਸਾਰੀਆਂ ਹੀ ਚੈਂਪੀਅਨਸ਼ਿਪਾਂ ਉਦੋਂ ਖੇਡੀਆਂ ਜੀ, ਅਤੇ ਉਦੋਂ ਫਿਰ ਅਸੀਂ ਫਰੀਦਕੋਟ ਵੱਲੋਂ ਅਤੇ ਪੈਪਸੂ ਫਰੀਦਕੋਟ ਜੀ, ਹਾਂਜੀ, ਇਸ ਨਾਂ 'ਤੇ ਟੀਮ ਜਿਹੜੀ ਐਂਟਰ ਕਰਦੇ ਹੁੰਦੇ ਸੀਗੇ ਜੀ, ਅਤੇ ਉਹਦੇ 'ਚ ਜਿਹੜੀਆਂ ਚੈਂਪੀਅਨਸ਼ਿਪਾਂ ਅਸੀਂ ਗੜ੍ਹਦੀ ਵਾਲੇ ਜਿੱਤੀ, ਅਤੇ ਫਿਰ ਖੈੜੇ ਦੋਨੇ ਹੋਈ ਚੈਂਪੀਅਨਸ਼ਿਪ ਕਪੂਰਥਲੇ ਕੋਲ ਪਿੰਡ ਆ ਖੈੜਾ ਦੋਨਾਂ, ਅਤੇ ਉੱਥੇ ਆਪਣਾ ਉੱਥੇ ਮੇਰਾ ਹਾਲ ਸ਼ਾਇਦ ਅਸੀਂ 2 ਸਾਲ ਉੱਥੇ ਚੈਂਪੀਅਨਸ਼ਿਪ ਹੋਈ ਜੀ, ਅਤੇ ਦੋਨੋਂ ਸਾਲ ਹੀ ਜਿੱਤੀ ਆ ਤੁਹਾਡੇ ਨਾਲ ਕਿਹੜਾ ਕਿਹੜੇ? ਅਤੇ ਉਸ ਟਾਈਮ 'ਚ ਜਿਹੜੀ ਉੱਥੇ ਜਿਹੜੀ ਉਹ ਚੈਂਪੀਅਨਸ਼ਿਪ ਹੋਈ ਉਦੋਂ ਉਸ ਟਾਈਮ 'ਚ ਜਿਹੜੀ ਕਪੂਰਥਲੇ ਦੀ ਟੀਮ ਵਧੀਆ ਸੀ। ਕਿਹੜੇ ਸਨ 'ਚ ਇਹ ਗੱਲ ਹੈਗੀ ਆ? 91-92 ਦੀ, 90 ਦੀ, ਇਸ ਦੌਰ ਦੀ ਗੱਲ ਆ। ਅਤੇ ਉਦੋਂ ਆਪਣਾ ਜਿਹੜਾ ਫਾਈਨਲ ਮੈਚ ਸਾਡਾ ਕਪੂਰਥਲੇ ਨਾਲ ਹੋਇਆ, ਉਦੋਂ ਕਪੂਰਥਲੇ ਦੇ ਵਿੱਚ ਕਪੂਰਥਲੇ ਦੀ ਜਿੱਦਾਂ ਟੀਮ ਵਧੀਆ ਸੀ, ਲੁਧਿਆਣੇ ਦੀ ਵਧੀਆ ਹੁੰਦੀ ਸੀ, ਅਤੇ
ਉਦੋਂ ਕਪੂਰਥਲੇ ਦੇ ਵਿੱਚ ਫਿੱਡੂ ਸੀ ਰੇਡਰਾਂ ਦਾ, ਮੰਗੀ ਸੀਗਾ, ਅਤੇ ਇੱਕ ਮੁੰਡਾ ਹੋਰ ਸੀ, ਅਤੇ ਜਾਫੀ ਵੀ ਵਧੀਆ ਸੀ ਉਹਨਾਂ ਦੇ ਸਾਰੇ। ਅਤੇ ਅਸੀਂ ਉਹ ਕਪੂਰਥਲੇ ਨੂੰ ਜਿੱਦਾਂ ਉਹ ਹਰਾ ਤਾ, ਅਤੇ ਉਹ ਜਿੱਦਾਂ ਤੁਸੀਂ ਕਹਿ ਲਓ ਬਈ ਇੱਕ ਤੇਰਾ ਨਾਂ ਸਾਰੀ ਦੁਨੀਆ ਨੂੰ ਜਿੱਤਣ ਵਾਲੀ ਗੱਲ ਸੀ ਉਸ ਟਾਈਮ ਦੇ। ਉਸ ਟਾਈਮ 'ਤੇ ਹਾਂਜੀ, ਉਦੋਂ ਨਿੱਕਾ ਵਧੀਆ ਜਾਫੀ ਸੀਗਾ, ਅਤੇ ਕਪੂਰਥਲੇ ਦੀ ਵਧੀਆ ਟੌਪ ਦੀ ਟੀਮ ਸੀ, ਉਹਦੇ ਬਲਕਾਰਾ, ਗਿਆਨੀ ਹੈ ਨਾ, ਉਸ ਏਰੀਏ ਦੇ ਸੀ ਆਪਣਾ ਧੀਰਾ, ਸਾਰੇ ਵਧੀਆ ਪਲੇਅਰ ਸੀਗੇ। ਤੁਹਾਡੇ ਕਿਹੜੇ ਸੀ ਉਦੋਂ? ਅਸੀਂ ਸੀਗੇ ਆਪਣਾ, ਮੈਂ ਸੀਗਾ, ਰਾਜਾ ਸੀਗਾ ਕਾਲੇ ਦਾ ਭਰਾ, ਹਾਂਜੀ ਗਾਜੇ, ਹਾਂਜੀ, ਅਤੇ ਹਰਜੀਤ ਸੀਗਾ, ਹਰਜੀਤ ਉਦੋਂ ਠੀਕ ਹੋ ਗਿਆ ਸੀਗਾ, ਅਤੇ ਆਪਣਾ ਸੀਗਾ ਗਾਗੋ ਸੀਗਾ, ਜਾਫੀ ਸੀਗੇ ਕਾਲਾ ਘੋਲੀਆ, ਅਤੇ ਭੀਮਾ ਹੁੰਦਾ ਸੀਗਾ, ਅਤੇ ਬਾਜ ਵੀ ਸੀਗਾ ਸ਼ਾਇਦ, ਉਦੋਂ ਬਾਜ ਵੀ ਆ ਗਿਆ ਸੀਗਾ। ਹਾਂਜੀ, ਹਾਂਜੀ, ਇਹ ਟੀਮ ਸੀ ਉਦੋਂ। ਪਹਿਲਾਂ ਫਿਰ ਅਸੀਂ ਜਿੱਦਾਂ ਕਰਨਪੁਰ ਵੀ, ਜਿੱਦਾਂ ਕਰਨਪੁਰ ਹੋਈ ਸੀਗੀ, ਉਦੋਂ ਪਹਿਲਾਂ ਕਰਨਪੁਰ ਹੋਈ ਆ, ਉਦੋਂ ਜਦੋਂ ਪਹਿਲੀ ਵਾਰ ਉੱਥੇ ਹਰਜੀਤ ਸਾਡੇ ਨਾਲ ਜਿੱਦਾਂ ਖੇਡਣ ਗਿਆ ਕਰਨਪੁਰ, ਅਤੇ ਕਰਨਪੁਰ ਫਿਰ ਵਾਂਦਰ ਡੋਡ, ਹੋਰ ਕਈ ਤਾਂ ਫਿਰ ਲੁਧਿਆਣੇ ਆਪਣਾ ਵੀ ਹੋਈ ਆ, ਕਾਫੀ ਜਿੱਦਾਂ ਅਸੀਂ ਉਹ ਚੈਂਪੀਅਨਸ਼ਿਪਾਂ ਜਿੱਦਾਂ ਖੇਡੀਆਂ ਜੀ, ਅਤੇ ਨਾਲ ਦੀ ਨਾਲ ਫਿਰ ਉਦੋਂ ਸ਼ੋਅ ਮੈਚ ਵੀ ਚੱਲਦੇ ਸੀਗੇ, ਸ਼ੋਅ ਮੈਚ ਵੀ ਖੇਡਦੇ ਸੀ। ਅਤੇ ਇਹਦੇ ਨਾਲ ਫਿਰ ਢੇਰੀ ਵਾਲੇ ਮੈਚ ਵੀ ਖੇਡੇ ਤੁਸੀਂ? ਹਾਂਜੀ, ਢੇਰੀ ਵਾਲੇ ਮੈਚ ਵੀ ਸਾਨੂੰ ਬਹੁਤੇ ਤਾਂ ਨਹੀਂ ਜਿੱਦਾਂ ਮੌਕਾ ਮਿਲਿਆ ਖੇਡਣ ਦਾ, ਅਤੇ ਪਰ ਖੇਡੇ ਅਸੀਂ ਆਪਣਾ ਮੈਂ ਜਿੱਦਾਂ ਪਿੰਡ ਵੱਲੋਂ ਅਸੀਂ, ਸਾਨੂੰ ਚੂਸਲੇਵੜ ਸੀ ਉਹ ਸ਼ਿੰਦਾ ਪੱਟੀ ਵਾਲਾ, ਉਹਦਾ ਲਾਗੇ ਪਿੰਡ ਆ ਉੱਥੇ, ਅਤੇ ਉਹ ਜਿੱਦਾਂ ਬਹੁਤ ਤਕੜਾ ਭਲਵਾਨ ਰਿਹਾ, ਅਤੇ ਉਹਨੇ ਸੱਦੇ ਉਦੋਂ, ਉਹ ਰਾਜੂ ਲੈ ਕੇ ਗਿਆ ਸਾਨੂੰ, ਅਤੇ ਉੱਥੇ ਢੇਰੀ ਵਾਲਾ ਅਸੀਂ ਮੈਚ ਖੇਡੇ ਹਾਂ, ਅਤੇ ਉਦੋਂ ਜਿੱਦਾਂ ਅਸੀਂ ਜਾ ਕੇ, ਅਤੇ ਉਹ ਕਹਿੰਦੇ ਵੀ ਲਾਓ ਕੱਪੜੇ, ਅਤੇ ਅਸੀਂ ਜਿੱਦਾਂ ਤਿਆਰ ਹੋਣ ਲੱਗ ਗਏ, ਅਤੇ ਉਹ ਸਾਹਮਣੇ ਹੀ ਆਪਣਾ ਉਹ ਕੱਪੜੇ ਲਾਉਣ ਲੱਗ ਗਿਆ, ਅਤੇ ਤੇਲ ਲਾਈ ਜਾਵੇ ਮੁੰਡਾ ਹੈ ਨਾ, ਅਤੇ ਅਸੀਂ ਮੇਰੇ ਨਾਲ ਸੀਗਾ ਮੁੰਡਾ, ਉਹਨੇ ਇਤਰਾਜ਼ ਕਹਿੰਦਾ ਯਾਰ ਆਖੇ ਬਈ, ਮੈਂ ਕਿਹਾ ਤੂੰ ਕਹਿ ਦੇਖ ਤਾਂ, ਅਤੇ ਉਹ ਕਮੇਟੀ ਵਾਲੇ ਨੂੰ ਮਾੜਾ ਜਿਹਾ ਕਿਹਾ ਵੀ ਉਹ ਯਾਰ ਤੇਲ ਲਾਈ ਜਾਂਦੇ, ਉਹ ਕਹਿੰਦਾ ਕੋਈ ਗੱਲ ਨਹੀਂ ਵੀ ਮਲ ਲਾਉਂਦੇ ਤੁਸੀਂ ਲਾ ਲਓ ਆਖੇ ਹੈ ਨਾ, ਅਤੇ ਵੀ ਅਸੀਂ ਤਾਂ ਚੱਲ ਕਾਹਦਾ ਤੇਲ ਲਾਉਣਾ ਸੀ, ਪਰ ਉਦੋਂ ਜਿੱਦਾਂ ਸਾਡੇ ਵਾਸਤੇ ਇਹ ਅਜੀਬ ਗੱਲ ਸੀ ਵੀ ਯਾਰ ਸਾਹਮਣੇ ਤੇਲ ਲਾਈ ਜਾਂਦਾ, ਅਤੇ ਉਦੋਂ ਜਿੱਦਾਂ ਸਾਡੀ ਢੇਰੀ ਵਾਲੀ ਉਦੋਂ ਕਬੱਡੀ ਅਸੀਂ ਪਹਿਲੀ ਵਾਰੀ ਖੇਡੇ ਹਾਂ ਜਾ ਕੇ, ਅਤੇ ਉਦੋਂ ਅਸੀਂ ਜਿੱਦਾਂ ਇੱਕ ਅੱਧੇ ਨੰਬਰ 'ਤੇ ਜਿੱਤੇ ਸੀ ਮਸਾਂ ਜੀ, ਉਹ ਖੁੱਲ੍ਹਾ ਵਾਹਣ ਸੀਗਾ, ਅਤੇ ਉਦੋਂ ਬਾਅਦ ਫਿਰ ਬਾਅਦ ਵੀ ਅਸੀਂ ਜਿੱਦਾਂ ਜਾਂਦੇ ਰਹੇ ਹਾਂ ਸਰਕਲ ਸਟਾਈਲ ਵੀ ਜਿੱਦਾਂ, ਪਰ ਬਹੁਤਾ ਨਹੀਂ ਜਿੱਦਾਂ ਉੱਧਰ ਢੇਰੀ ਵਾਲੀ। ਫਿਰ ਇੱਕ ਵਾਰ ਅਸੀਂ ਢੋਟੀਆਂ ਗਏ ਹਾਂ ਖੇਡਣ, ਉਦੋਂ ਅਸੀਂ ਅਜੇ ਕਾਲਜ ਪੜ੍ਹਦੇ ਸੀ ਨਵੇਂ ਨਵੇਂ ਸੀ, ਅਤੇ ਉਦੋਂ ਸਾਨੂੰ ਬਲਕਾਰਾ ਲੈ ਕੇ ਗਿਆ ਸਰਪੰਚ ਹਿਰਦਿਆਲ ਵਾਲਾ, ਉਹਦੀ ਉੱਥੇ ਰਿਸ਼ਤੇਦਾਰੀ ਸੀ, ਅਤੇ ਕਹਿੰਦਾ ਯਾਰ ਵੀ ਆ ਕੇ ਉੱਥੇ ਵੀ ਰਾਣੇ ਨੇ ਆਉਣਾ ਹੈ ਨਾ, ਅਤੇ ਉਹ ਜਿੱਦਾਂ ਸਾਡੇ ਬੰਦੇ ਕਹਿੰਦੇ ਯਾਰ ਵੀ ਰਾਣੇ ਨਾਲ ਅਸੀਂ ਕਿਤੇ ਖੇਡੇ ਨਹੀਂ ਗਏ ਹੈ ਨਾ, ਵੀ ਚੱਲ ਲਖੇ, ਅਤੇ ਉਹ ਧਰਮੀ ਵੀਰੇ ਅਸੀਂ ਚਲੇ ਗਏ, ਗਰਮੀਆਂ ਦੇ ਦਿਨ ਸੀ, ਅਤੇ ਚਲੇ ਗਏ, ਅਤੇ ਅਸੀਂ ਇੱਦਾਂ ਉਹਨਾਂ ਨੇ ਪਹਿਲਾਂ ਅਸੀਂ ਜਾ ਕੇ ਗਰਾਊਂਡ ਦੇਖਿਆ, ਅਤੇ ਅਸੀਂ ਪੁੱਛਿਆ ਵੀ ਕਿਵੇਂ ਆ, ਵੀ ਬਾਹਣ ਆ ਜਾਂ ਵੀ ਕਿਵੇਂ, ਉਹ ਕਹਿੰਦਾ ਵੀ ਨਹੀਂ ਆਖੇ ਵੀ ਪੱਕਾ ਹੀ ਆ, ਅਤੇ ਫਿਰ ਅਸੀਂ ਕਿਹਾ ਵੀ ਫਿਰ ਨਹੀਂ ਕੋਈ ਗੱਲ ਨਹੀਂ, ਫਿਰ ਨਹੀਂ ਅਸੀਂ ਰਾਣੇ ਨੂੰ ਕੁਛ ਲਈ ਬੈਠੇ ਹੈ ਨਾ, ਜਿੱਦਾਂ ਅਸੀਂ ਆਸ ਵਿੱਚ ਗੱਲਾਂ, ਉਹ ਜਦੋਂ ਅਸੀਂ ਉਹ ਕਹਿੰਦੇ ਵੀ ਓਕੇ ਚਲੋ ਹੋਵੋ ਤਿਆਰ, ਅਤੇ ਅਸੀਂ ਇੱਦਾਂ ਬਾਹਰੋਂ ਜਾ ਕੇ ਤੁਰੇ ਆਉਂਦੇ ਹਾਂ, ਅਤੇ ਸਾਹਮਣੇ ਰਾਣਾ ਤੁਰਿਆ ਆਉਂਦਾ, ਅਤੇ ਰਾਣਾ ਕਹਿੰਦਾ ਕਿ ਉਹ ਕਾਲਜੀ ਜੀ ਵਾਲੇ ਤੁਸੀਂ ਕਿੱਧਰ ਫਸ ਗਏ ਆ ਹੈ ਨਾ, ਅਤੇ ਉਹ ਸਾਡੇ ਨਾਲ ਮੁੰਡਾ ਸੀਗਾ ਪਿੰਦਰ, ਉਹ ਕਹਿੰਦਾ ਕੋਈ ਨਾ ਭਾਅ ਜੀ, ਕਹਿੰਦਾ ਵੀ ਉੱਥੇ ਉੱਥੇ ਸਾਨੂੰ ਤੁਹਾਨੂੰ ਦੱਸਦੇ ਹਾਂ ਕਿ ਫਸਿਆਂ ਦਾ, ਅਤੇ ਉੱਥੇ ਧਰਮੀ ਵੀਰੇ ਸਾਡਾ ਮੈਚ ਇਹਨਾਂ ਨੂੰ ਹੋਇਆ, ਅਤੇ ਉਹ ਰਾਣਾ ਫਿਰ ਉਦੋਂ ਰੇਡਾਂ ਹੀ, ਰਾਣੇ ਨੇ ਰੇਡਾਂ ਹੀ ਪਾਈਆਂ, ਜੱਫਿਆਂ 'ਤੇ ਨਹੀਂ ਗਿਆ, ਹਾਂਜੀ, ਉੱਧਰੋਂ ਫਿਰ ਸਾਨੂੰ ਨਹੀਂ ਕੋਈ ਜੱਫਾ ਲੱਗਾ, ਅਤੇ ਰਾਣੇ ਨੂੰ ਨਹੀਂ ਕੋਈ ਜੱਫਾ ਲੱਗਾ, ਫਿਰ ਐਂਡ 'ਤੇ ਜਾ ਕੇ ਰਾਣੇ ਨੇ ਸਾਡੇ ਇੱਕ ਬੰਦੇ ਨੂੰ ਜੱਫਾ ਲਾਇਆ ਜਾ ਕੇ, ਅਤੇ ਉਹਦੇ 'ਤੇ ਉਦੋਂ ਫਿਰ ਸਾਨੂੰ ਜਿੱਦਾਂ ਮੇਰੇ ਇੱਕ ਡੇਢ ਨੰਬਰ 'ਤੇ ਜੀ ਰਾਣਾ ਵੱਜਣੇ ਉਹਦੇ ਰੇਡਾਂ ਪਾਈਆਂ, ਹਾਂਜੀ ਜੀ, ਅਤੇ ਮਿਲਿਆ ਸਾਨੂੰ ਕਾਫੀ ਮੌਕਾ, ਮੈਂ ਜਿੱਦਾਂ ਬਹੁਤਾ ਤਾਂ ਨਹੀਂ, ਪਰ ਇੱਧਰ ਜਿੱਦਾਂ ਮਾਲਵੇ 'ਚ ਅਸੀਂ ਕਾਫੀ ਵਾਰ ਜਿੱਦਾਂ ਰਾਣੇ ਨਾਲ ਖੇਡੇ ਹਾਂ ਜੀ। ਮੇਨ ਉਦੋਂ ਇਹ ਸੀਗਾ ਉਦੋਂ ਨਾ ਕੋਈ ਡਰਨ ਵਾਲੀ ਨਹੀਂ ਸੀ ਗੱਲ, ਜਿਵੇਂ ਕਈ ਵਾਰੀ ਡਰਦੇ ਹੁੰਦੇ ਆ, ਸਾਨੂੰ ਉਦੋਂ ਇਹ ਸੀ ਵੀ ਯਾਰ ਵੀ ਜੇ ਅਸੀਂ ਤਕੜੇ ਨਾਲ ਖੇਡਾਂਗੇ ਤਾਂ ਅਸੀਂ ਸ਼ੋਅ ਹੋਵਾਂਗੇ, ਫਿਰ ਸ਼ੋਅ ਹੋਵਾਂਗੇ, ਬਿਲਕੁਲ ਜੀ ਬਿਲਕੁਲ, ਸਟਾਰ ਨਾਲ ਖੇਡ ਕੇ ਨਵਾਂ ਬੰਦਾ ਸਟਾਰ ਬਣਦਾ ਜੀ, ਹਾਂਜੀ, ਕਿਉਂਕਿ ਉਦੋਂ ਕੀ ਸੀ ਮਾਲਵੇ ਦੇ ਵਿੱਚ ਮੈਚ ਬਹੁਤ ਹੁੰਦੇ ਸੀ, ਹਾਂਜੀ, ਉਸ ਟਾਈਮ ਦੇ ਵਿੱਚ ਹੁੰਦੇ ਤਾਂ ਇੱਧਰ ਵੀ ਸੀ ਦੁਆਬੇ 'ਚ, ਅਤੇ ਮਾਝੇ ਦੇ ਵਿੱਚ ਮੇਲੇ ਹੀ ਹੁੰਦੇ ਸੀ, ਹਾਂਜੀ, ਅਤੇ ਦੁਆਬੇ 'ਚ ਇੰਨੇ ਮੈਚ ਨਹੀਂ ਸੀ ਹੁੰਦੇ, ਇਸ ਕਰਕੇ ਕਿਉਂਕਿ
ਇੱਧਰ ਮੈਚ ਬਹੁਤ ਹੁੰਦੇ ਸੀ ਸਾਨੂੰ, ਜਿੱਦਾਂ ਇੱਧਰ ਜ਼ਿਆਦਾ ਅਸੀਂ ਖੇਡਦੇ ਸੀਗੇ, ਹਾਂਜੀ, ਇਸ ਕਰਕੇ ਸਾਨੂੰ ਹੁੰਦਾ ਸੀ ਯਾਰ ਬਈ ਬਾਹਰ ਜਾ ਕੇ ਵੀ ਕਿਤੇ ਤਕੜੇ ਬੰਦੇ ਨਾਲ ਨਾ ਖੇਡੀਏ, ਹਾਂਜੀ, ਅਤੇ ਇਸ ਕਰਕੇ ਫਿਰ ਜਿੱਦਾਂ ਤਾਂਘ ਹੁੰਦੀ ਸੀ ਉਦੋਂ ਮਨ 'ਚ ਵੀ ਕੋਈ ਡਰ ਡੁਰ ਨਾਲ ਹੀ ਨਹੀਂ ਸੀ, ਵੀ ਆਪਾਂ ਇਹ ਸੀਗਾ ਵੀ ਅਸੀਂ ਸਟਾਰ ਬੰਦੇ ਨਾਲ ਖੇਡੀਏ ਅਤੇ ਸਾਡਾ ਵੀ ਨਾਮ ਵੀ, ਹਾਂਜੀ ਜੀ ਬਿਲਕੁਲ ਜੀ। ਅਤੇ ਉਸ ਤੋਂ ਬਾਅਦ ਫਿਰ ਬਾਹਰਲੇ ਮੁਲਕ ਪਹਿਲੀ ਵਾਰੀ ਕਦੋਂ ਗਏ? ਅਸੀਂ ਅਤੇ ਕਿਹੜੀ ਟੀਮ ਦੇ ਵਿੱਚ ਖੇਡੇ? ਹਾਂਜੀ ਅਸਲੀ ਨਾ ਉਦੋਂ ਪਹਿਲਾਂ 87 ਦੇ ਵਿੱਚ ਕੈਂਪ ਲੱਗਿਆ ਕਪੂਰਥਲੇ, ਅਤੇ ਉਦੋਂ ਉੱਥੇ ਟੀਮ ਉਹਨਾਂ ਨੇ ਲੈ ਕੇ ਜਾਣੀ ਸੀ ਆਪਣਾ, ਅਸਲੀ ਤਾਂ ਇੰਗਲੈਂਡ ਵਾਸਤੇ ਕੈਂਪ ਲੱਗਿਆ, ਅਤੇ ਉਦੋਂ ਸਾਰੇ ਇਹ ਆਪਣੇ ਕਪੂਰਥਲੇ ਵਾਲੇ ਸੀਗੇ, ਗਿਆਨੀ ਬਲਕਾਰ ਅਤੇ ਇਹ ਧੀਰੇ ਹੋਣੀ ਸਾਰੇ, ਅਤੇ ਇੱਧਰੋਂ ਅਸੀਂ ਸਾਰੇ ਸੀਗੇ ਕਾਲਜ ਵਾਲੇ, ਮੱਖਣ ਚੜਕ ਸਾਡੇ ਨਾਲ ਸੀਗਾ, ਹੋਰ ਸੀ ਕਈ, ਹੈ ਨਾ, ਅਤੇ ਉਹ ਫਿਰ ਕੀ ਹੋਇਆ ਉਦੋਂ ਵੀਜ਼ੇ ਨਾਲ ਲੱਗੇ ਇੰਗਲੈਂਡ ਦੇ, ਅਤੇ ਉਹ ਫਿਰ ਉਦੋਂ ਸਿੰਗਾਪੁਰ ਟੀਮ ਲੈ ਕੇ ਗਏ, ਫਿਰ ਉਦੋਂ 87 ਦੇ ਵਿੱਚ ਫਿਰ ਸਿੰਗਾਪੁਰ ਦਾ ਅਸੀਂ ਟੂਰ ਲਾਇਆ, ਫਿਰ 88 ਦੇ ਵਿੱਚ ਪਹਿਲੀ ਵਾਰੀ ਅਸੀਂ ਇੰਗਲੈਂਡ ਗਏ, ਅਤੇ ਉਦੋਂ ਫਿਰ ਸਾਨੂੰ ਇਹਨਾਂ ਨੇ ਆਪਣਾ ਸੁਰਜਣ ਝੱਠਾ, ਅਤੇ ਅਸੀਂ ਉਹਨੂੰ ਅੰਕਲ ਕਹਿ ਕੇ ਬੁਲਾਉਂਦੇ ਹਾਂ, ਹਾਂਜੀ, ਉਹਦੇ ਗੋਡੇ ਵੀ ਹੱਥ ਲਾਉਂਦੇ ਹਾਂ, ਹੁਣ ਵੀ ਅੰਕਲ ਹੀ ਕਹਿੰਦੇ ਸਾਰੇ, ਹਾਂਜੀ, ਅਤੇ ਉਹ ਉਦੋਂ ਫਿਰ ਅਸੀਂ ਸਾਊਥ ਹਲ ਕਲੱਬ ਵੱਲੋਂ ਗਏ ਹਾਂ, ਉਦੋਂ ਪਹਿਲੀ ਵਾਰੀ ਮੈਂ ਆਪਣਾ ਗਿਆ ਅਤੇ ਸਵਰਨਾ ਬਾਰੇ ਵਾਲ ਗਿਆ, ਹਾਂਜੀ, ਅਤੇ ਸਿੱਧਮਾਲਾ ਚੈਨ, ਤਿੰਨ ਬੰਦੇ ਅਸੀਂ ਉਦੋਂ ਅਤੇ ਪਹਿਲੀ ਵਾਰੀ ਇੰਗਲੈਂਡ 'ਚ ਗਏ, ਫਿਰ ਉਦੋਂ 88 ਤੋਂ ਲੈ ਕੇ ਅਤੇ 94 ਤੱਕ ਫਿਰ ਜਿੱਦਾਂ ਕੈਨੇਡਾ ਅਮੈਰੀਕਾ ਜਿੱਦਾਂ ਬੈਕ ਐਂਡ ਫੋਰਥ ਚੱਲਦਾ ਰਿਹਾ ਸਾਡਾ ਜੀ। ਔਰ ਦੇਖੋ ਇੱਕ ਰਿਕਾਰਡ ਬੋਲਦਾ ਤੁਹਾਡੇ ਨਾਲ, ਜਦੋਂ ਪਹਿਲਾਂ ਟੋਰਾਂਟੋ ਵਿਸ਼ਵ ਕਬੱਡੀ ਕੱਪ ਦੀ ਜਿਹੜੀ ਸ਼ੁਰੂਆਤ ਹੋਈ 1991 ਦੇ ਵਿੱਚ, ਹਾਂਜੀ, ਉਸ ਕਬੱਡੀ ਕੱਪ ਦੇ ਤੁਸੀਂ ਬੈਸਟ ਰੇਡਰ ਬਣੇ, ਹਾਂਜੀ, ਅਤੇ ਕਿਸ ਤਰ੍ਹਾਂ ਦਾ ਸੀਗਾ ਉਸ ਟਾਈਮ 'ਤੇ, ਕਿੰਨੀਆਂ ਕਬੱਡੀਆਂ ਪਾਈਆਂ ਸੀ ਤੁਸੀਂ? ਉਸ ਟਾਈਮ 'ਚ ਇੱਕ ਤਾਂ ਧਰਮਵੀਰ ਅਸੀਂ ਪਹਿਲਾਂ ਜਿੱਦਾਂ ਸਾਡਾ ਉਦੋਂ ਪਹਿਲਾਂ ਤਾਂ ਇੰਗਲੈਂਡ ਖੇਡਦੇ ਹੁੰਦੇ ਸੀ, ਅਤੇ ਜਿਹੜਾ ਕੈਨੇਡਾ ਕੱਪ ਸੀਗਾ ਉਹ ਜਿੱਦਾਂ ਸੀਜ਼ਨ ਦੇ ਐਂਡ 'ਤੇ ਸੀ, ਜਦੋਂ ਇੰਗਲੈਂਡ ਦੇ ਵਿੱਚ ਖਤਮ ਹੋ ਜਾਂਦੇ ਸੀ ਮੈਚ, ਹਾਂਜੀ, ਉੱਥੇ ਸਟਾਰਟ ਹੋਣੇ ਸੀ ਜੀ, ਅਤੇ ਇੱਕ ਤਾਂ ਜਿੱਦਾਂ ਪਹਿਲਾਂ ਹੀ ਸਾਡਾ ਅਸੀਂ ਪੂਰੇ ਫਿੱਟ ਹੋ ਗਏ ਸੀ ਇੰਗਲੈਂਡ 'ਚ, ਫਿੱਟ ਤਾਂ ਚਲੋ ਪਹਿਲਾਂ ਹੀ ਸੀ ਇੱਥੇ ਹੀ ਸੀ, ਅਤੇ ਉਦੋਂ ਉੱਥੇ ਪਹਿਲੀ ਵਾਰੀ ਸਾਨੂੰ ਮੌਕਾ ਮਿਲਿਆ ਜਾ ਕੇ ਵੀ ਕੈਨੇਡਾ ਕੱਪ, ਕੈਨੇਡਾ ਕੱਪ 'ਤੇ ਜਾ ਰਹੇ ਸੀ, ਹਾਂਜੀ, ਅਤੇ ਉਹ ਫਿਰ ਅਸੀਂ ਆਪਣਾ ਟ੍ਰੇਨਿੰਗ ਵੀ ਜਿੱਦਾਂ ਕਾਫੀ ਕੀਤੀ ਪਹਿਲਾਂ ਹੀ, ਹੈ ਨਾ, ਅਤੇ ਉੱਥੇ ਜਾ ਕੇ ਫਿਰ ਜਿੱਦਾਂ 91 ਦੇ ਵਿੱਚ ਮੈਨੂੰ ਮੌਕਾ ਮਿਲਿਆ, ਹਾਂਜੀ, ਅਤੇ ਉਦੋਂ ਫਿਰ ਕੀ ਹੋਇਆ ਆਪਣਾ ਮੈਚ ਅਸੀਂ ਸਾਰੇ ਜਿੱਤ ਗਏ, ਫਾਈਨਲ ਮੈਚ ਸਾਡਾ ਫਿਰ ਅਮੈਰੀਕਾ ਨਾਲ ਹੋਇਆ ਜੀ, ਅਤੇ ਅਮੈਰੀਕਾ ਦੀ ਵਧੀਆ ਟੀਮ ਸੀਗੀ, ਇਹ ਆਪਣਾ ਫਿੱਡੂ ਸੀ, ਮੰਗੀ ਸੀ, ਅਤੇ ਹੋਰ ਸੀ ਇਹਨਾਂ ਨੇ, ਜਾਫੀ ਵਧੀਆ ਸੀ ਇਹਨਾਂ ਦੇ, ਹਾਂਜੀ, ਅਤੇ ਉੱਥੇ ਫਿਰ ਜਦੋਂ ਫਾਈਨਲ ਮੈਚ ਹੋਇਆ ਅਤੇ ਅਸੀਂ ਤਿੰਨ ਰੇਟਰ ਸੀਗੇ, ਮੈਂ ਸੀਗਾ ਅਤੇ ਟੋਨੀ ਸੀਗਾ, ਪੱਪੂ ਸੀਗਾ ਅਤੇ ਸ਼ਹਿਤੀਰਾ ਵੀ ਸੀਗਾ ਉਦੋਂ ਨਾਲ, ਅਤੇ ਉਹ ਫਿਰ ਇਹ ਜਦੋਂ ਫਾਈਨਲ ਮੈਚ ਦੇ ਵਿੱਚ ਇਹਨਾਂ ਨੂੰ ਜਿੱਦਾਂ ਇੱਕ ਇੱਕ ਦੋ ਦੋ ਜੱਫੇ ਪੈ ਗਏ ਸਾਰਿਆਂ ਨੂੰ, ਅਤੇ ਮੈਂ ਫਿਰ ਉਦੋਂ ਡਬਲ ਰੇਟਾਂ ਵੀ ਪਾਈਆਂ, ਈਵਨ ਕਈ ਵਾਰੀ ਮੈਂ ਜਿੱਦਾਂ ਤਿੰਨ ਤਿੰਨ ਵੀ ਰੇਟ ਜਦੋਂ ਨਹੀਂ ਜੋ ਲੱਗਣਾ ਤਿੰਨ ਰੇਟਾਂ, ਹੈ ਨਾ, ਜਿੰਨੀਆਂ ਜਿੱਦਾਂ ਮੇਥੋਂ ਪੈਂਦੀਆਂ ਸੀ, ਹਾਂਜੀ, ਅਤੇ ਇਸ ਕਰਕੇ ਉਦੋਂ ਮੈਂ ਫਿਰ ਉੱਥੇ ਬੈਸਟ ਨਿਕਲਿਆ 91 ਦੇ ਵਿੱਚ ਉਦੋਂ, ਅਤੇ ਨਿੱਕਾ ਸਿੱਧਮਾਲਾ ਉਹ ਬੈਸਟ ਜਾਫੀ ਨਿਕਲਿਆ ਉਦੋਂ ਜੀ, ਨੇਕੀ ਜੀ, ਹਾਂਜੀ, ਨੇਕੀ ਸਿੱਧਮਾਲਾ, ਹਾਂਜੀ, ਕਿੰਨੀਆਂ ਕਬੱਡੀਆਂ ਪਾਈਆਂ ਤੁਹਾਡੇ ਯਾਦ ਹੈ ਕੁਛ? ਨਹੀਂ ਇੰਨਾ ਤਾਂ ਨਹੀਂ, ਆਪਣਾ ਧਰਮਵੀਰ ਯਾਦ, ਪਰ ਉਹ ਮੰਗੀ ਸੱਚ ਮੈਂ ਮੈਨੂੰ ਪਤਾ ਲੱਗਿਆ ਸੀ ਮੰਗੀ ਕਹਿੰਦਾ ਹੁੰਦਾ ਕਿ ਵੀ ਮੈਂ ਸੀਗਾ ਬੈਸਟ ਰੇਟਰ, ਉਹ ਜਿੱਦਾਂ ਸਾਰੇ ਟੂਰਨਾਮੈਂਟ ਦੀ ਮੇਰਾ ਗੱਲ ਕਰਦਾ ਜੀ ਜੀ, ਅਤੇ ਪਰ ਉਦੋਂ ਜਿਹੜਾ ਬੈਸਟ ਕੱਢਿਆ ਸੀ ਉਹ ਕੱਢਿਆ ਸੀ ਇਕੱਲੇ ਮੈਚ ਦਾ ਕੱਢਿਆ ਸੀ ਇਕੱਲੇ, ਹਾਂਜੀ, ਮਤਲਬ ਉਹ ਇਸ ਕਰਕੇ ਕਹਿੰਦੇ ਹੋਣੇ ਵੀ ਸਾਰੇ ਜੇ ਆਪਾਂ ਮੈਨ ਆਫ ਦੀ ਸੀਰੀਜ਼ ਕੱਢੀਏ, ਹਾਂਜੀ, ਵੀ ਤਾਂ ਉਹ ਸਾਹਿਬ ਉਹ ਹਿਸਾਬ ਨਾਲ ਉਹ ਬਣਦਾ ਹੋਣਾ ਜੀ, ਹਾਂਜੀ, ਮੈਂ ਇਹ ਵੀ ਨਹੀਂ ਮੈਨੂੰ ਸ਼ੋਰ ਵੀ ਉਹ ਸਾਰੇ ਰੇਟਾਂ ਗਿਣ ਕੇ ਬਣਦਾ ਜਾਂ ਨਹੀਂ ਬਣਦਾ, ਹੈ ਨਾ, ਚਲੋ ਉਹ ਕਹਿੰਦਾ ਕਈ ਵਾਰੀ ਬੰਦੇ ਨੂੰ ਹੁੰਦਾ ਹੀ ਆ ਵੀ ਮੈਂ ਸਾਰੇ ਟੂਰਨਾਮੈਂਟ ਦੇ ਵਿੱਚ ਵੱਧ ਕਬੱਡੀਆਂ ਪਾਈਆਂ ਨੇ, ਪਰ ਉੱਥੇ ਕੱਢਿਆ ਗਿਆ ਸੀਗਾ ਜਿਹੜਾ ਉਹ ਸਿਰਫ ਇੱਕ ਫਾਈਨਲ ਮੈਚ ਦੇ ਵਿੱਚ, ਹਾਂਜੀ, ਫਾਈਨਲ ਮੈਚ ਦੇ ਵਿੱਚ ਜੀ ਜੀ। ਅਤੇ ਫਿਰ ਇਸ ਤੋਂ ਇਲਾਵਾ ਤੁਹਾਡੇ ਹੋਰ ਕੀ ਰਿਕਾਰਡ ਰਹੇ ਆ, ਅਤੇ ਨਾਲ ਹੀ ਗਰਾਊਂਡਾਂ ਦੇ ਨਾਲ ਜੁੜੀਆਂ ਹੋਈਆਂ ਯਾਦਾਂ, ਅਤੇ ਜਿਵੇਂ ਤੁਸੀਂ ਇਹ ਬੈਸਟ ਦੀ ਗੱਲ ਹੋਈ ਹੈ ਇਸੇ ਤਰ੍ਹਾਂ ਤੁਸੀਂ ਬੈਸਟ ਵੀ ਰਹੇ ਹੋ, ਅਤੇ ਉਹ ਮੈਚਾਂ ਦਾ ਜ਼ਿਕਰ ਹੈ ਜਿਹੜਾ ਉਹ ਵੀ ਸਾਡੇ ਦਰਸ਼ਕਾਂ ਦੇ ਨਾਲ ਜ਼ਰੂਰ ਕਰੋ। ਹਾਂਜੀ, ਇਹ ਆਪਣਾ ਬੈਸਟ ਤਾਂ ਤਕਰੀਬਨ ਮੈਂ ਜਦੋਂ ਇੱਥੇ 85-86 ਦੇ ਵਿੱਚ, ਜਿੱਦਾਂ 86 ਦੇ ਵਿੱਚ ਜਦੋਂ ਪਿੰਡ ਦੀ ਟੀਮ ਸੀ ਸਾਡੀ, ਅਤੇ ਉਦੋਂ ਮੈਂ ਇੱਥੇ ਜਿੱਦਾਂ ਆਲ ਇਨ ਆਲ ਜਿੱਦਾਂ ਕਹਿ ਲਓ ਵੀ ਮੈਂ ਮੇਨ ਰੇਡਰ ਹੋ ਗਿਆ ਸੀ ਪਿੰਡ ਦੀ ਟੀਮ ਦਾ ਜੀ, ਠੀਕ ਹੈ ਕਿ ਨਹੀਂ, ਅਤੇ ਮੇਰਾ ਖਿਆਲ ਵੀ ਅਸੀਂ ਇਹ ਸਾਡੀ ਆਪਣਾ ਧਰਮਵੀਰ ਹਿਸਟਰੀ ਮੈਂ ਇੱਕ ਹੋਰ ਇਹਦੇ ਨਾਲ ਐਡ ਕਰਦੇ ਹਾਂ, ਇਹ ਜਿਹੜੀ ਸਾਡੇ ਪਿੰਡ ਦੀ ਟੀਮ ਆ ਭਿੰਡਰਾਂ ਦੀ ਜੀ, ਇਹ ਤੁਸੀਂ ਕਹਿ ਲਓ ਵੀ 79-80 ਤੋਂ ਸ਼ੁਰੂ ਹੋ ਕੇ 79 ਦੇ ਵਿੱਚ
ਜਿੱਦਾਂ ਟੌਪ ਦੀ ਟੀਮ ਸੀ ਭਿੰਡਰਾਂ ਦੀ ਉਦੋਂ, ਇੱਕ ਪਿੰਡ ਦੀ, ਜਿਹਦੇ 'ਚ ਕੋਈ ਬਾਹਰਲਾ ਪਲੇਅਰ ਨਹੀਂ ਸੀ ਖੇਡਦਾ, ਅਤੇ ਸਾਰੇ ਪੰਜਾਬ ਦੇ ਵਿੱਚੋਂ ਨਹੀਂ ਹਰੀ ਕਿਤੇ ਵੀ ਜੀ। ਸਾਡੇ ਗੁਆਂਢ 'ਚ ਇੱਥੇ ਆ ਕੋਕਰੀ ਦੀ ਟੀਮ ਹੁੰਦੀ ਸੀਗੀ, ਅਤੇ ਉਦੋਂ ਬਾਅਦ ਫਿਰ ਹੋਰ ਜਿੱਦਾਂ ਘੱਲਾਂ ਦੀ ਟੀਮ ਬਹੁਤ ਵਧੀਆ ਹੁੰਦੀ ਸੀ, ਅਤੇ ਫਿਰ ਮਹਿਲ ਦੀ ਟੀਮ ਹੁੰਦੀ ਸੀ। ਈਵਨ ਕਈ ਵਾਰੀ ਮਹਿਲ ਦੀ ਟੀਮ ਆ ਜਿਹੜੀ ਉਹ ਸਾਰੀ ਅਤੇ ਸਾਡਾ ਇਕੱਲਾ ਪਿੰਡ ਜੀ ਸ਼ੋਅ ਮੈਚ ਹੁੰਦਾ ਹੁੰਦਾ ਸੀ, ਜਿਹਦੇ ਵਿੱਚ ਕਈ ਵਾਰੀ ਇਕੱਲਾ ਮੱਖਣ ਡੀਪੀ ਨੂੰ ਇਹ ਰੇਡਰ ਲੈਂਦੇ ਹੁੰਦੇ ਸੀ। ਅਤੇ ਹੁਣ ਤੁਸੀਂ ਇਹ ਦੇਖ ਲਓ ਵੀ ਇੱਕ ਪਾਸੇ ਪੂਰੀ ਬਣੀ ਤਣੀ ਜਿੱਦਾਂ ਮਹਿਲ ਦੀ ਟੀਮ ਉਸ ਟਾਈਮ 'ਚ ਜਿਹੜੀ ਟੌਪ ਦੀ ਟੀਮ ਸੀ, ਅਤੇ ਇੱਕ ਪਾਸੇ ਇੱਕ ਪਿੰਡ ਦੀ ਟੀਮ, ਅਤੇ ਇਹ ਕਿਤੇ ਹਰੇ ਨਹੀਂ ਸੀ ਜੀ। ਅੱਛਾ, ਇਹ 80 ਤੋਂ 79-80 ਤੋਂ ਇਹ ਸ਼ੁਰੂ ਹੋ ਕੇ ਸੀਰੇ ਉਹਨਾਂ ਤੋਂ ਬਾਅਦ ਫਿਰ ਅਸੀਂ ਆ ਗਏ ਜੀ, ਅਤੇ ਇਹ ਕੰਟੀਨਿਊ ਜੀ ਅਸੀਂ, ਮੇਰਾ ਖਿਆਲ ਨਹੀਂ ਵੀ ਅਸੀਂ ਕਿਤੇ ਹਰੇ ਹਾਂ, ਜੇ ਹਰੇ ਹਾਂ ਮੈਨੂੰ ਜਿੱਦਾਂ ਅਸੀਂ 2-3 ਥਾਈਂ ਹਰੇ ਹਾਂ ਮੈਨੂੰ ਯਾਦ ਵੀ ਆ ਜੀ। ਅਤੇ ਖਿਡਾਰੀ ਕਿਹੜੇ ਤੁਹਾਡੇ ਨਾਲ ਪਿੰਡ ਦੇ? ਉਦੋਂ ਪਿੰਡ ਦੇ ਜਿਹੜੇ ਸੀਗੇ ਮੇਰੇ ਨਾਲ ਕਲੱਬ ਦੇ ਵਿੱਚ, ਮੇਰੇ ਨਾਲ ਸੀਗਾ ਬੰਤਾ ਹੁੰਦਾ ਸੀਗਾ, ਅਤੇ ਪਰ ਉਹ ਬਹੁਤ ਉਹ ਵੀ ਜਿੱਦਾਂ ਉਸ ਟਾਈਮ 'ਚ ਤੁਸੀਂ ਕਹਿ ਲਓ ਵੀ ਟੌਪ ਸੀਗਾ, ਪਰ ਉਹ ਥੋੜ੍ਹਾ ਚਿਰ ਖੇਡਿਆ, ਅਤੇ ਉਹ ਫਿਰ ਮੈਨੂੰ ਜਿੱਦਾਂ ਜ਼ਿਆਦਾ ਮੌਕਾ ਮਿਲਿਆ ਕਿਤੇ ਵੀ, ਹੈ ਨਾ, ਜਿੱਦਾਂ ਮੈਨੂੰ ਡਬਲ ਰੇਡਾਂ ਪਾਉਣੀਆਂ ਪੈਣੀਆਂ, ਉਹ ਮੇਰਾ ਹੋਰ ਜਦੋਂ ਮੈਂ ਫਿੱਟ ਹੋ ਗਿਆ। ਹਾਂਜੀ, ਅਤੇ ਬੰਤਾ ਸੀਗਾ, ਫਿਰ ਜੱਗਾ ਰਿਹਾ, ਉਦੋਂ ਬਾਅਦ ਫਿਰ ਜਾਫੀ ਜਿਹੜੇ ਸਾਡੇ ਜਿਹੜੇ ਸੀਗੇ ਪੱਪੂ ਸੀ ਮੁੰਡਾ, ਅਤੇ ਆਪਣਾ ਦੀਪਾ ਸੀ ਉਹ ਹੁਣ ਇਸ ਟਾਈਮ ਇੰਗਲੈਂਡ 'ਚ ਆ ਰਾਜਾ, ਅਤੇ ਉਦੋਂ ਫਿਰ ਬਾਅਦ 'ਚ ਨਵੇਂ ਮੁੰਡੇ ਆਉਂਦੇ ਆ, ਰਾਜਿੰਦਰ ਆਉਂਦਾ, ਰਾਜਿੰਦਰ ਅਤੇ ਕੇ ਵੀ ਹੁੰਦਾ ਸੀਗਾ, ਥੱਲਿਓਂ ਬਹੁਤ ਵਧੀਆ ਲੱਗਦੇ ਸੀ। ਹਾਂਜੀ, ਅਤੇ 2 ਨੰਬਰ ਤੋਂ ਬਗਲਾਂ ਜਿੱਦਾਂ ਭਰਦੇ ਸੀ, ਅਤੇ ਬਹੁਤ ਵਧੀਆ ਸੀ, ਟੌਪ ਦੇ ਸੀਗੇ ਬੰਦੇ। ਫਿਰ ਉਸ ਟਾਈਮ ਫਿਰ ਸਾਡੇ ਨਾਲ ਚਰਨਾ ਵੀ ਖੇਡਿਆ, ਬਹੁਤ ਵਧੀਆ ਸੀਗਾ ਜਿਹੜਾ ਟੌਪ ਸੀਗਾ ਉਸ ਟਾਈਮ 'ਚ, ਅਤੇ ਉਹ ਤੋਂ ਆਮ ਰੇਟਰ ਤੋਂ ਵੀ ਡਰਦੇ ਹੁੰਦੇ ਸੀਗੇ ਪਹਿਲਾਂ ਤਾਂ, ਜਿੱਦਾਂ ਉਹ ਜਦੋਂ ਨਾਲ ਖੜਾ ਹੁੰਦਾ ਸੀ ਅਤੇ ਉਹ ਜਿੱਦਾਂ ਉਹ ਰੇਟਰ ਕਈ ਆਈ ਜੱਫੇ ਇੱਦਾਂ ਹੀ ਜੱਫੇ ਖਾ ਜਾਂਦੇ ਸੀ, ਉਹ ਚਰਨੇ ਵੱਲ ਝਾਕਦੇ ਰਹਿੰਦੇ ਸੀ ਅਤੇ ਦੂਜੇ ਬੰਦੇ ਫੜ ਲੈਂਦੇ ਸੀ। ਤੁਹਾਨੂੰ ਮੇਰੇ ਇੱਕ ਵਾਰ ਮੈਚ ਹੋਏ ਉੱਥੇ ਲੁਧਿਆਣੇ ਯੂਨੀਵਰਸਿਟੀ 'ਚ, ਇਹ ਗੱਲ ਹੈਗੀ ਆ 90 ਦੀ ਹੋਊ ਜਾਂ 91 ਦੀ, ਹੈ ਨਾ, ਐਗਜੈਕਟਲੀ ਤਾਂ ਜਿੱਦਾਂ ਮੈਨੂੰ ਯਾਦ ਨਹੀਂ ਗਾ। ਅਤੇ ਉੱਥੇ ਸਾਰਿਆਂ ਡਿਸਟ੍ਰਿਕਾਂ ਦੀਆਂ ਟੀਮਾਂ ਜਿੱਦਾਂ ਪਹੁੰਚੀਆਂ ਸੀ, ਹੈ ਨਾ, ਸਾਰੇ ਵਧੀਆ ਵਧੀਆ ਪਲੇਅਰ ਉਦੋਂ ਜਿੱਦਾਂ ਉੱਥੇ ਆਏ ਸੀ ਡਿਸਟ੍ਰਿਕਾਂ, ਅਤੇ ਸਾਡਾ ਮੈਚ ਅਸੀਂ ਫਰੀਦਕੋਟ ਵੱਲੋਂ ਖੇਡੇ ਹਾਂ, ਸੈਮੀਫਾਈਨਲ ਮੈਚ ਸਾਡਾ ਹੋਇਆ ਕਪੂਰਥਲੇ, ਅਤੇ 20-25 ਦਾ ਟਾਈਮ ਸੀ, ਅਤੇ ਉਹਨਾਂ ਦੀ ਟੀਮ ਵਧੀਆ ਸੀ ਸਾਡੀ ਵਧੀਆ ਸੀ, ਹੈ ਨਾ, ਅਤੇ 20-25 ਦਾ ਟਾਈਮ ਸੀ, ਅਤੇ ਜਦੋਂ ਖਤਮ ਹੋਇਆ ਅਤੇ ਨੰਬਰ ਦੋਨਾਂ ਟੀਮਾਂ ਦੇ ਬਰਾਬਰ। ਉਦੋਂ ਕੀ ਹੁੰਦਾ ਸੀ ਕਈ ਵਾਰੀ ਚੈਂਪੀਅਨਸ਼ਿਪਾਂ 'ਤੇ ਜਿੱਦਾਂ ਪਹਿਲਾ ਨੰਬਰ ਆ ਜਿੱਦਾਂ 1.5 ਨੰਬਰ ਹੀ ਸੀ ਲਿਖਦੇ ਹੁੰਦੇ, ਅਤੇ ਉਹ ਪਤਾ ਨਹੀਂ ਜਿੱਦਾਂ ਕੀ, ਹੈ ਨਾ, ਕਾਰਨ ਹੋਇਆ, ਅਤੇ ਉਹ ਨੰਬਰ ਸਾਡੇ ਬਰਾਬਰ 20-20 ਮਿੰਟ ਦੇ ਤੇ ਉਹਨਾਂ ਨੂੰ, 20-25 ਦਾ ਟਾਈਮ ਅਤੇ ਨੰਬਰ ਬਰਾਬਰ। ਅੱਛਾ, ਉਦੋਂ ਬਾਅਦ ਫਿਰ ਉਹਨਾਂ ਨੇ ਕੀ ਕੀਤਾ, 5 ਮਿੰਟ ਹੋਰ ਦਿੱਤੇ, ਫਿਰ ਨੰਬਰ ਬਰਾਬਰ। ਅਤੇ ਅੱਛਾ, ਤੀਜੀ ਵਾਰ ਜਦੋਂ ਉਹਨਾਂ ਨੇ ਪਤਾ ਨਹੀਂ 5 ਰੇਡਾਂ ਦਿੱਤੀਆਂ ਜਾਂ 5 ਮਿੰਟ ਦਿੱਤੇ, ਅਤੇ ਉਹਦੇ 'ਤੇ ਹਰਜੀਤ ਨੇ ਪਤਾ ਨਹੀਂ ਜੱਫਾ ਕਰਦਾ, ਪਤਾ ਨਹੀਂ ਕਾਮਨ ਹੋਇਆ, ਅਤੇ ਉਹ ਸਾਨੂੰ ਉਸ ਨੰਬਰ 'ਤੇ ਜਿੱਦਾਂ ਜਿੱਤੇ। ਅਤੇ ਉਹ ਤੁਸੀਂ ਦੇਖ ਲਓ ਬਈ, ਉਹ ਹਜੇ ਵੀ ਜਿੱਦਾਂ ਸਾਨੂੰ ਯਾਦ ਆ, ਅਤੇ ਕਿਉਂਕਿ ਉਹਨਾਂ ਦੀ ਵੀ ਟੀਮ ਵਧੀਆ ਸੀ ਨਾ, ਟੌਪ ਸੀਗੀ। ਕਿਹੜੇ ਖਿਡਾਰੀ ਸੀ ਉਹਨਾਂ ਦੇ, ਤੁਹਾਡੇ ਕਿਹੜੇ ਸੀ? ਸਾਡੇ ਉਦੋਂ ਸੀਗੇ ਕਾਲਾ ਅਤੇ ਘੋਰੀਆ ਜਾਫੀ ਸੀਗੇ, ਅਤੇ 2 ਬੰਦੇ ਹੋਰ ਸੀ ਸਾਡੇ ਨਾਲ, ਉਹ ਨਹੀਂ ਐਗਜੈਕਟਲੀ, ਹੈ ਨਾ, ਜਿੱਦਾਂ ਮੈਨੂੰ ਯਾਦ, ਜਾਂ ਭੀਮਾ ਸੀਗਾ ਜਾਂ ਸ਼ਾਇਦ ਬੱਸੀ ਵਾਲਾ ਦੀਸ਼ਾ ਹੋਵੇ, ਹੈ ਨਾ, ਉਦੋਂ ਕਿਉਂਕਿ ਇਹ ਕਈ ਕਈ ਵਾਰੀ ਆ ਜਾਂਦੇ ਹੁੰਦੇ ਸੀ ਨਾਲ, ਜਾਂ ਸਾਡੇ ਪਿੰਡ ਵਾਲਾ ਕੋਈ ਬੰਦਾ ਪੱਪੂ ਜਾਂ ਕੋਈ ਹੋਰ, ਹੈ ਨਾ, ਅਤੇ ਰੇਡਰ ਸੀਗੇ ਅਸੀਂ, ਮੈਂ ਸੀ, ਹਰਜੀਤ ਸੀਗਾ ਅਤੇ ਰਾਜਾ ਸੀ ਜੀ, ਸ਼ਾਇਦ ਗਾਗੋ ਵੀ ਸੀਗਾ ਉਸ ਟਾਈਮ 'ਚ, ਹੈ ਨਾ, ਕਿਉਂਕਿ ਉਦੋਂ ਜੀ ਉੱਠ ਇਹ ਨਵੇਂ ਸੀ, ਉੱਠਦੇ ਸੀਗੇ, ਸ਼ੁਰੂਆਤ ਸੀ ਇਹਨਾਂ ਦੀ, ਅਤੇ ਉੱਧਰੋਂ ਸੀਗੇ ਮੰਗੀ ਸੀਗਾ, ਅਤੇ ਉਹਦੇ ਨਾਲ ਸੀਗਾ ਪਿੱਤਾ ਵਡਾਲੇ ਫੜਕ ਵਾਲਾ, ਅਤੇ ਉਹ ਬਹੁਤ ਵਧੀਆ ਸੀਗਾ ਮੁੰਡਾ, ਨਵਾਂ ਉੱਠਿਆ ਸੀ, ਉਦੋਂ ਸ਼ਾਇਦ ਉਹਦੇ ਸੱਟ ਲੱਗੀ, ਉਦੋਂ ਬਾਅਦ ਫਿਰ ਮੈਂ ਦੇਖਿਆ ਨਹੀਂ, ਉਦੋਂ ਉੱਥੇ ਸੱਟ ਲੱਗੀ ਹੈ ਸ਼ਾਇਦ। ਅਤੇ ਜਾਫੀ ਉਹਨਾਂ ਦੇ ਸੀਗੇ, ਨਿੱਕਾ ਸੀਗਾ, ਖਾਨੋ ਵਾਲੀਆ ਸੀਗਾ, 2 ਹੋਰ ਸੀ ਸ਼ਾਇਦ, ਦੇਬਾ ਸੀ ਜਾਂ ਹੋਰ ਪਤਾ ਨਹੀਂ ਕਿਹੜੇ ਸੀਗੇ ਬੰਦੇ। ਅਤੇ ਜਿੱਦਾਂ ਦੋਨੋਂ ਟੌਪ ਦੀਆਂ ਟੀਮਾਂ ਸੀ ਉਸ ਟਾਈਮ, ਲਾਸਟ ਦੇ ਜੱਫੇ 'ਤੇ ਹਾਰ ਹੋਈ। ਹਾਂਜੀ ਜੀ, ਅਤੇ ਤੁਹਾਡੀ ਰੇਡ 'ਤੇ ਪੈਸੇ ਵੀ ਲੱਗੇ ਜੀ?
ਰੇਟ ਤੇ ਉਹਨਾਂ ਟਾਈਮਾਂ 'ਚ ਬਹੁਤਾ ਨਹੀਂ ਸੀ ਜਿਵੇਂ ਅੱਜ ਵਾਂਗੂ ਬਈ ਜਿੱਦਾਂ ਬਈ 1000 ਰੁਪਈਆ ਲੱਗ ਗਿਆ ਜਾਂ 500 ਲੱਗ ਗਿਆ ਜਾਂ 1500 ਉਦੋਂ ਲੱਗਦੇ ਸੀਗੇ ਹੈ ਨਾ ਪਰ ਇਹਨਾਂ ਜਿੱਦਾਂ 100 ਜਿਵੇਂ 100 ਲਾਤਾ ਜਾਂ 50 ਰੁਪਈਏ ਲਾਤੇ ਹਾਂਜੀ ਉਦੋਂ ਇਹ 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 ਥੁੰਗ ਤੱਕ ਹੁੰਦਾ ਸੀਗਾ ਹਾਂਜੀ ਅਤੇ ਅੱਛਾ ਫਿਰ ਜਿਹੜੀ ਸਾਡੀ ਟੀਮ ਆ 90 ਮੈਂ 94 ਤੱਕ ਜਿੱਦਾਂ ਖੇਡਿਆ ਮੈਂ 94 'ਚ ਮੇਰੇ ਜਿੱਦਾਂ 60 ਲੱਗ ਜਾਂਦੀ ਹੈ ਇਹ ਤੁਸੀਂ ਇਹ ਦੇਖ ਲਓ ਵੀ 80 ਤੋਂ ਲੈ ਕੇ ਅਤੇ 94 'ਚ ਵੀ ਮੈਂ ਖੇਡਿਆ ਪਰ ਉਸ ਜਿੱਦਾਂ ਮੈਂ ਪੁਰਾਣੀ ਝੰਡੀ 'ਤੇ ਖੇਡਿਆ ਫਿਰ ਇਹ ਨਵੇਂ ਮੁੰਡੇ ਆ ਗਏ ਸੀ ਕਈ ਵਾਰੀ ਮੈਨੂੰ ਕਹਿੰਦੇ ਸੀ ਵੀ ਨਹੀਂ ਤੂੰ ਨਾਲ ਚੱਲ ਅਤੇ ਉਦੋਂ ਵੀ ਖੈਰ ਅਸੀਂ ਜਿੱਦੇ ਜੁੱਦੇ ਰਹੇ ਹਾਂ ਅਤੇ 80 ਤੋਂ ਲੈ ਕੇ ਅਤੇ 93-94 ਤੱਕ ਕੰਟੀਨਿਊਜ਼ ਜਿਹੜੀ ਸਾਡੇ ਪਿੰਡ ਦੀ ਟੀਮ ਆ ਮੇਰਾ ਖਿਆਲ ਵੀ ਅਸੀਂ ਗਿਣਤੀ ਦੇ ਮੈਚ ਜਿਹੜੇ ਅਸੀਂ ਹਾਰੇ ਹਾਂ ਅਤੇ ਇਹ ਸਾਰੇ ਪੰਜਾਬ 'ਚ ਠੀਕ ਆ ਨਾ ਅਤੇ ਉਦੋਂ ਜ਼ਿਆਦਾ ਮਾਲਵੇ 'ਚ ਮੈਚ ਹੁੰਦੇ ਸੀ ਠੀਕ ਆ ਨਾ ਇੱਧਰੋਂ ਤੁਸੀਂ ਫਿਰੋਜ਼ਪੁਰ ਡਿਸਟ੍ਰਿਕਟ ਤੋਂ ਲੈ ਕੇ ਅਤੇ ਉੱਧਰ ਉਦੋਂ ਲੁਧਿਆਣੇ 'ਚ ਵੀ ਵਧੀਆ ਹੁੰਦੇ ਸੀ ਟੀਮ ਕਾਕੇ ਘੁੱਦੇ ਹੋਣੀ ਉਦੋਂ ਜਿੱਦਾਂ ਥੋੜ੍ਹੇ ਜਿਹੇ ਹਟਮੇ ਹੋ ਗਏ ਸੀ ਹਾਂਜੀ ਫਿਰ ਸਾਨੂੰ ਸੀਗਾ ਯਾਰ ਵੀ ਅਸੀਂ ਕਾਕੇ ਘੁੱਦੇ ਹੋਣ ਦਾ ਨਾਂ ਸੁਣਿਆ ਹੋਇਆ ਸੀ ਥੋੜ੍ਹਾ ਜਿਹਾ ਉਹਨੂੰ ਖੇਡਦੇ ਵੀ ਦੇਖਿਆ ਸੀ ਫੱਲੇ ਵਾਲੀ ਗਏ ਫਿਰ ਉਹਨਾਂ ਦੇ ਵੀ ਅਸੀਂ ਪਿੰਡ ਜਿੱਦਾਂ ਉਹਨਾਂ ਟਾਈਮਾਂ 'ਚ ਖੇਡ ਕੇ ਆਏ ਹਾਂ ਸਾਨੂੰ ਸੀਗਾ ਯਾਰ ਵੀ ਅਸੀਂ ਉੱਥੇ ਵੀ ਸ਼ੋਅ ਹੋਈਏ ਠੀਕ ਆ ਕਿ ਨਹੀਂ ਕਿਉਂਕਿ ਟੀਮ ਵਧੀਆ ਸੀ ਸਾਡੀ ਅਤੇ ਅਸੀਂ ਸਾਰੇ ਹੀ ਮੇਰਾ ਨਹੀਂ ਖਿਆਲ ਅਸੀਂ ਕਿਤੇ ਵੀ ਹਾਰੇ ਸਾਰੇ ਉੱਧਰ ਗਲੋਟੀ ਦੀ ਟੀਮ ਬਹੁਤ ਵਧੀਆ ਹੁੰਦੀ ਸੀ ਉਸ ਟਾਈਮ 'ਚ ਠੀਕ ਆ ਨਾ ਫਿਰ ਇੱਧਰ ਇੱਧਰ ਆਪਣੇ ਇੱਧਰ ਉਰੇ ਨੂੰ ਆ ਜਾਓ ਅਤੇ ਜਨੇਤਪੁਰੇ ਦੀ ਟੀਮ ਵਧੀਆ ਹੁੰਦੀ ਸੀ ਕੈਲ ਹੋਣੀ ਹਾਂਜੀ ਅਤੇ ਤੁਹਾਡੇ ਕੋਈ ਸਪੈਸ਼ਲ ਮਾਨ ਸਨਮਾਨ ਜੀ ਜਿਵੇਂ ਕੋਈ ਰੇਟ ਦੇ ਉੱਤੇ ਪੈਸੇ ਤਾਂ ਤੁਸੀਂ ਦੱਸੀ ਹੈ ਵੀ ਮੈਨੂੰ ਕੋਈ ਯਾਦ ਨਹੀਂ ਲੱਗੇ ਹੋਣਗੇ ਬੜੇ ਪਰ ਕਿਸੇ ਰੇਟ ਦੇ ਉੱਤੇ ਜਾਂ ਕਿਸੇ ਪੁਆਇੰਟ ਦੇ ਉੱਪਰ ਕਿਸੇ ਸੱਜਣ ਦੇ ਵੱਲੋਂ ਕੋਈ ਸਪੈਸ਼ਲੀ ਮਾਨ ਸਨਮਾਨ ਜਿਹੜਾ ਆਪਣਾ ਮੇਨ ਜਿਹੜਾ ਮਾਨ ਸਨਮਾਨ ਧਰਮੇ ਵੀਰੇ ਮੈਂ ਸਮਝਦਾ ਹਾਂਜੀ ਪਹਿਲਾਂ ਤਾਂ ਇਹ ਆ ਵੀ ਅਸੀਂ ਨਾ ਆਪਣਾ ਇੱਕ ਵਾਰ ਖੇਡਣ ਗਏ ਉੱਥੇ ਕੋਟਪੂਰੀ ਤੋਂ ਅੱਗੇ ਜਾ ਕੇ ਪਿੰਡ ਆ ਖਾਰਾ ਅਤੇ ਉੱਥੇ ਜਿੱਦਾਂ ਸਾਰੀਆਂ ਟੀਮਾਂ ਉਦੋਂ ਟੀਮਾਂ ਸਾਰੀਆਂ ਵਧੀਆ ਸੀਗੀਆਂ ਕੱਲਾਂ ਦੀ ਟੀਮ ਵਧੀਆ ਸੀ ਸੰਤੂ ਵਾਲੇ ਦੀ ਸਾਡੀ ਹੋਰ ਟੀਮਾਂ ਸੀਗੀਆਂ ਕਾਫੀ ਆਈਆਂ ਹੋਈਆਂ ਅਤੇ ਉੱਥੇ ਜਿਹੜਾ ਮੈਚ ਹੋਇਆ ਸਾਡਾ ਸਾਡੇ ਸਾਡੀ ਟੀਮ 'ਚ ਤਾਂ ਪੂਰੀ ਨਹੀਂ ਸੀਗੀ ਅਤੇ ਮੈਂ ਸੀ ਬੰਤਾ ਸੀਗਾ ਅਤੇ ਪੱਪੂ ਸੀਗਾ ਅਤੇ ਇੱਕ ਰਾਜਾ ਸੀਗਾ ਇੱਕ ਰੇਸ਼ਮ ਸੀ ਹੈ ਨਾ ਜਿੱਦਾਂ ਉਹ ਛੋਟੀ ਟੀਮ ਵਾਲੇ ਸੀਗੇ ਅਤੇ ਉੱਥੇ ਕੀ ਹੋਇਆ ਜਿੱਦਾਂ ਅਸੀਂ ਉੱਥੇ ਕੱਲਾਂ ਵਾਲਿਆਂ ਨੂੰ ਵੀ ਸੰਤੂ ਵਾਲਿਆਂ ਨੂੰ ਸਾਰਿਆਂ ਨੂੰ ਜਿੱਤ ਉੱਥੇ ਕੁਦਰਤੀ ਐਕਸੀਡੈਂਟ ਸੀਗਾ ਟਵਾਣਾ ਉਸ ਟਾਈਮ 'ਚ ਹੁੰਦਾ ਉਹ ਉੱਥੇ ਇਨਾਮ ਵੰਡਣ ਆਇਆ ਅਤੇ ਉਹ ਇਨਾਮ ਵੰਡਣ ਆਇਆ ਅਤੇ ਉਹ ਜਦੋਂ ਪ੍ਰਾਈਜ਼ ਡਿਸਟ੍ਰੀਬਿਊਸ਼ਨ ਹੋ ਗਿਆ ਅਤੇ ਉਹਨੇ ਆਪਦਾ PA ਭੇਜਿਆ ਕਹਿੰਦਾ ਉਹਨਾਂ ਨੂੰ ਮੁੰਡਿਆਂ ਨੂੰ ਸੱਦ ਕੇ ਲਿਆ ਅਸੀਂ ਜਿੱਦਾਂ ਕੱਪੜੇ ਪਾਉਣ ਲੱਗੇ ਅਤੇ ਅਸੀਂ ਇਹ ਕੀ ਗੱਲ ਆ ਕਹਿੰਦਾ ਕਿ ਵੀ ਆਪਣਾ ਟਵਾਣਾ ਸਾਹਿਬ ਸੱਦਿਆ ਅਸੀਂ ਕਿਹਾ ਵੀ ਕੱਪੜੇ ਪਾ ਕੇ ਕਹਿੰਦਾ ਨਹੀਂ ਨਹੀਂ ਅਖੇ ਤੁਸੀਂ ਆਈ ਹਾਂ ਅਤੇ ਚਲੇ ਗਏ ਅਸੀਂ ਉੱਦਾਂ ਹੀ ਅਜੇ ਕੱਪੜੇ ਪਾਏ ਨਹੀਂ ਸੀ ਅਤੇ ਕਹਿੰਦਾ ਕਾਕਾ ਆਖੇ ਵੀ ਤੁਸੀਂ ਜੇ ਨਾ ਬਿਜਲੀ ਬੋਰਡ ਦੇ ਵਿੱਚ ਨੌਕਰੀ ਕਰਨੀ ਆ ਅਤੇ ਤੁਸੀਂ ਉੱਥੇ ਆ ਜਾਓ ਕਹਿੰਦਾ ਕੋਟਕਪੂਰ ਅਤੇ ਮੈਂ ਕਿਹਾ ਜੀ ਮੈਂ ਮੇਰੇ ਕੋਲ ਤਾਂ ਹੈਗੀ ਆ ਜੋਬ ਹੈ ਨਾ ਵੀ ਮੈਂ ਪੁਲਿਸ ਦੇ ਵਿੱਚ ਹਾਂ ਅਤੇ ਕਹਿੰਦਾ ਠੀਕ ਆ ਕਹਿੰਦਾ ਇਹ ਇਹ ਮੁੰਡੇ ਆ ਜਿਹੜੇ ਸਾਰੇ ਅਤੇ ਵੀ ਇਹਨਾਂ ਨੂੰ ਵੀ ਇਹ ਆ ਜਾਣ ਬੰਤਾ ਸੀ ਮੇਰੇ ਨਾਲ ਅਤੇ ਇੱਕ ਦੋ ਦੀਪਾ ਸੀਗਾ ਨਾਲ ਪੱਪੂ ਸੀ ਉਹ ਧਰਮੇ ਵੀਰੇ ਮੈਂ ਸਭ ਤੋਂ ਵੱਡੀ ਜਿਹੜੀ ਅਚੀਵਮੈਂਟ ਮੈਂ ਸਮਝਦਾ ਬਈ ਉੱਥੋਂ ਸਾਡੇ ਪਿੰਡ ਦੇ ਮੇਰਾ 3-4 ਬੰਦਿਆਂ ਨੂੰ ਬਿਜਲੀ ਬੋਰਡ ਦੇ ਵਿੱਚ ਜੋਬ ਮਿਲੀ ਜੀ ਵਾਹ ਜਿਹੜੀ ਜਿਹੜਾ ਮੈਂ ਸਮਝਦਾ ਵੀ ਜਿਹੜਾ ਮੇਰਾ ਮਾਨ ਸਨਮਾਨ ਆ ਉਹ ਹੋਇਆ ਅਸਲੀ ਠੀਕ ਹੈ ਨਾ ਅਤੇ ਉਹ ਹੁਣ ਉਹ ਬੰਦੇ ਕੁਛ ਕੁ ਰਿਟਾਇਰ ਹੋ ਗਏ ਆ ਅਤੇ ਕੁਛ ਕੁ ਜੇ ਜਿੱਦਾਂ ਜੋਬਾਂ ਕਰ ਰਹੇ ਆ ਇੱਕ ਦੋ ਮੁੰਡੇ ਜੇ ਕਰ ਰਹੇ ਆ ਅਤੇ ਅਸਲੀ ਉਹ ਜਿੱਦਾਂ ਮੇਰਾ ਮਾਨ ਸਨਮਾਨ ਮੈਂ ਸਮਝਦਾ ਜਿਹੜਾ ਹੈ ਨਾ ਅੰਦਰੋਂ ਜਿਹੜਾ ਯਾਰ ਵੀ ਬੰਦਿਆਂ ਦੀ ਰੋਜ਼ੀ ਰੋਟੀ ਮਿਲ ਜਾਂਦੀ ਠੀਕ ਹੈ ਨਾ ਹਾਂਜੀ ਅਤੇ ਤੁਹਾਨੂੰ ਜੇ ਆਪਾਂ ਗੱਲ ਕਰੀਏ ਜ਼ਿਆਦਾ ਜੇ ਜਿਹਨੂੰ ਪੰਜਾਬੀ 'ਚ ਕਹਿ ਲਈਏ ਜ਼ਿਆਦਾ ਜਿਹੜੀ ਤੁਹਾਡੀ ਪੜ੍ਹੰਤ ਹੈ ਉਹ ਕਿਹੜੇ ਜਾਫੀ ਨਾਲ ਹੋਈ ਹੈ ਉਦੋਂ ਜਿਹੜਾ ਉਦੋਂ ਜ਼ਿਆਦਾ ਤਾਂ ਆਪਾਂ ਕਹਿ ਸਕਦੇ ਹਾਂ ਵੀ ਡਿਸਟ੍ਰਿਕਾਂ ਦੇ ਵਿੱਚ ਵੀ ਸੀਗੇ ਹੈ ਨਾ ਪਰ ਉਦੋਂ ਜ਼ਿਆਦਾ ਸਾਡੇ ਅਰਜੀ ਵਾਲੇ ਦੀ ਟੀਮ ਬਹੁਤ ਵਧੀਆ ਸੀ ਹੈ ਨਾ ਜਾਫੀ ਕਿਹੜਾ ਸੀਗਾ ਜਿਹਨੇ ਤੁਹਾਨੂੰ ਜ਼ਿਆਦਾ ਪਰੇਸ਼ਾਨ ਕੀਤਾ ਹਾਂਜੀ ਉਦੋਂ ਇਹ ਅਰਜੀ ਵਾਲੇ ਦੀ ਟੀਮ ਵਧੀਆ ਸੀ ਬਿੰਦਰ ਸੀਗਾ ਅਤੇ ਇਹਨਾਂ ਦਾ ਇਹ ਜਾਫੀ ਵਧੀਆ ਸੀ ਇਹਦੇ ਨਾਲ ਹੋਰ ਮੁੰਡੇ ਹੁੰਦੇ ਸੀ ਅਤੇ ਜਾਂ ਘੱਲਾਂ ਦੀ ਟੀਮ ਵਧੀਆ ਸੀਗੀ ਅਤੇ ਉਹ ਉਦੋਂ ਕਰਮੇ ਹੋਣੀ ਹੁੰਦੇ ਸੀਗੇ ਠੀਕ ਆ ਬਾਕੀ ਜਨੇਤਪੁਰੇ ਦੀ ਟੀਮ ਸੀ ਉਦੋਂ ਵਧੀਆ ਬਹੁਤ ਵਧੀਆ ਟੀਮ ਸੀਗੀ ਕੈਲ ਹੋਣੀ ਸੀ ਮੁੰਡੇ ਵਧੀਆ
ਅਤੇ ਬੱਸੀਆਂ ਦੀ ਟੀਮ ਬਹੁਤ ਵਧੀਆ ਸੀਗੀ, ਦੀਸ਼ੇ ਹੁਣੀ ਹੁੰਦੇ ਸੀਗੇ ਅਤੇ ਮੇਰੇ ਪੁੱਛਣ ਦਾ ਮਤਲਬ ਇਹ, ਹਾਂਜੀ ਮੈਂ ਸਮਝ ਗਿਆ ਤੁਹਾਡੀ ਗੱਲ, ਪਰ ਅਸਲੀ ਮੈਂ ਤੁਹਾਨੂੰ ਸਹੀ ਦੱਸਾਂ ਮੇਰੀ ਬਹੁਤੀ ਨਹੀਂ ਕਿਸੇ ਨਾਲ ਜਿੱਦਾਂ ਜਿੱਦਾਂ ਫਾਈਟ ਹੋਈ, ਕਿਉਂਕਿ ਮੈਂ ਜਿੱਦਾਂ ਜਿੱਦਾਂ ਨਾ ਫਾਸਟ ਟੱਚ ਕਰਦਾ ਸੀ, ਹਾਂਜੀ ਠੀਕ ਹੈ ਨਾ, ਅਤੇ ਇਸ ਕਰਕੇ ਜਿਹੜਾ ਫਸਣ ਵਾਲਾ ਬੰਦਾ ਹੁੰਦਾ ਹੈ ਨਾ ਉਹ ਜ਼ਿਆਦਾ ਕਈ ਵਾਰੀ ਜਿੱਦਾਂ ਉਹ ਚਪੇੜੋ ਚਪੇੜੀ ਹੋਣ ਵਾਲੀ ਗੱਲ ਹੁੰਦੀ ਹੈ, ਅਤੇ ਇਸ ਕਰਕੇ ਜਿੱਦਾਂ ਵਧੀਆ ਸੀ ਜਿੱਦਾਂ ਸਾਰੇ ਹੀ, ਪਰ ਬਹੁਤਾ ਨਹੀਂ ਜਿੱਦਾਂ ਮੇਰੀ ਇਹਨਾਂ ਨਾਲ ਕਿਤੇ ਜਿੱਦਾਂ ਫਾਈਟ ਹੋਈ ਜੀ। ਅਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਤੁਹਾਡੀ ਜਿਹੜੀ ਰੇਡ ਹੈ ਬਹੁਤ ਫਾਸਟ ਸੀ, ਤੁਸੀਂ ਜਲਦੀ ਟੱਚ ਲਾ ਕੇ ਵਾਪਸ ਆਉਂਦੇ ਸੀ, ਇਹਦੇ ਵਾਸਤੇ ਤੁਸੀਂ ਮਿਹਨਤ ਕਿੰਨਾ ਕੁ ਟਾਈਮ ਕਰਦੇ ਹੋ? ਮਿਹਨਤ ਅਸਲੀ ਅਸੀਂ ਉਦੋਂ ਨਾ ਕਈ ਵਾਰ ਤਾਂ ਤਿੰਨ ਟਾਈਮ ਵੀ ਹੋ ਜਾਂਦੀ ਸੀ। ਕੀ ਕਰਦੇ ਕੀ ਹੁੰਦੇ? ਹਾਂਜੀ ਜਿਵੇਂ ਸਵੇਰੇ ਪਿੰਡ ਅਸੀਂ ਰਨਿੰਗ ਕਰਨੀ ਜਾ ਕੇ ਸਕੂਲ ਦੇ ਵਿੱਚ ਅਰਲੀ ਮੋਰਨਿੰਗ, ਸਪਰਿੰਟਾਂ ਲਾਉਣੀਆਂ, ਅਤੇ ਫਿਰ ਉੱਥੇ ਆਪਣਾ ਹੈਂਡਬਾਲ ਵੀ ਖੇਡਦੇ ਸੀ ਉਸ ਟਾਈਮ 'ਚ, ਅਤੇ ਨਾਲ ਹੀ ਫਿਰ ਉਦੋਂ ਰੱਸਾ ਬੰਨਿਆ ਹੁੰਦਾ ਸੀ ਸਾਡੇ, ਰੱਸਾ ਲੈ ਕੇ ਬੰਨਿਆ ਟਾਹਲੀ ਦੇ ਨਾਲ, ਹਾਂਜੀ, ਅਤੇ ਉਸ ਤੋਂ ਬਾਅਦ ਫਿਰ ਅਸੀਂ ਕਾਲਜ ਦੇ ਵਿੱਚ ਜਾ ਕੇ ਉੱਥੇ ਗੇਮ ਲਾਉਂਦੇ ਹੁੰਦੇ ਸੀ, ਉੱਥੇ ਗੇਮ ਲਾਉਣੀ, ਫਿਰ ਜੇ ਕਈ ਵਾਰੀ ਐਨਰਜੀ ਹੁੰਦੀ ਸੀਗੀ ਤਾਂ ਸ਼ਾਮ ਨੂੰ ਪਿੰਡ ਆ ਕੇ ਫਿਰ, ਕਿਉਂਕਿ ਸਾਡੇ ਮਾਹੌਲ ਹੀ ਇੱਦਾਂ ਦਾ ਸੀ, ਸਾਡੇ ਉਸ ਟਾਈਮ 'ਚ ਤੁਸੀਂ ਕਹਿ ਸਕਦੇ ਹਾਂ ਵੀ ਮਿੰਨੀ ਅਕੈਡਮੀ ਕਹਿ ਸਕਦੇ ਹਾਂ ਹੈ ਨਾ ਸਾਡੇ ਪਿੰਡ ਨੂੰ, ਵੀ ਇੰਨੇ ਇੱਥੇ ਪਲੇਅਰ ਸੀਗੇ, ਫਿਰ ਸ਼ਾਮ ਨੂੰ ਇੱਥੇ ਆ ਕੇ ਜੇ ਕਈ ਵਾਰੀ ਐਨਰਜੀ ਹੁੰਦੀ ਸੀਗੀ, ਨਹੀਂ ਤਾਂ ਕਈ ਵਾਰੀ ਜਿੱਦਾਂ ਦੋ ਟਾਈਮਾਂ 'ਚ ਇੰਨਾ ਥੱਕ ਜਾਂਦੇ ਸੀ, ਇਸ ਕਰਕੇ ਜਿੱਦਾਂ ਇਹ ਚੀਜ਼ ਨਹੀਂ ਸਾਨੂੰ ਜਿੱਦਾਂ ਇੰਨਾ ਪਰਫੈਕਟ ਕਰਤਾ, ਅਤੇ ਉਹ ਜਿੱਦਾਂ ਫਾਸਟ ਇੰਨੇ ਹੋ ਗਏ ਹੈ ਨਾ ਥੱਕਣੋਂ ਜਿੱਦਾਂ ਹਟ ਗਏ। ਕਰਾਉਂਦੇ ਕੌਣ ਸੀ ਮਿਹਨਤ ਤੁਹਾਨੂੰ, ਕੋਚ ਕਿਹਨੂੰ ਮੰਨਦੇ ਹੋ? ਉੱਥੇ ਜਿਹੜਾ ਕਾਲਜ ਦੇ ਵਿੱਚ ਸੀ ਤਾਂ ਉੱਥੇ ਤਾਂ ਸੀਗਾ ਗਰਿਆਲ ਹੁੰਦਾ ਸੀਗਾ ਜਾਂ ਫਿਰ ਹਾਂਜੀ, ਅਤੇ ਉੱਥੇ ਕਈ ਵਾਰੀ ਮੱਖਣ ਡੀਬੀ ਨੂੰ ਸੱਦ ਲੈਂਦੇ ਹੁੰਦੇ ਸੀਗੇ, ਅਤੇ ਪਿੰਡ ਫਿਰ ਅਸੀਂ ਜਿੱਦਾਂ ਖੁਦਾ ਆਪ ਹੀ ਸੀਗੇ ਕੋਚ ਕਹਿ ਲਓ ਤੁਸੀਂ, ਠੀਕ ਆ ਕਿ ਨਹੀਂ, ਜਦੋਂ ਮੁੰਡਾ ਬਾਹਰ ਕਾਲਜਾਂ 'ਚ ਗੇੜੇ ਗੂੜੇ ਕੱਢਿਆ ਹੋਵੇ ਤਾਂ ਉਹਨੂੰ ਥੋੜ੍ਹਾ ਜਿਹਾ ਪਤਾ ਲੱਗ ਜਾਂਦਾ ਹੁੰਦਾ, ਅਤੇ ਬਾਕੀ ਸੀਰਾ ਸੀਗਾ ਕੈਲਾ ਸੀਗਾ ਸਾਡੇ ਪਿੰਡ ਜਿਹੜੇ ਪਹਿਲਾਂ ਵਾਲੇ ਪਲੇਅਰ ਸੀ, ਅਸੀਂ ਇਹਨਾਂ ਨੂੰ ਦੇਖਦੇ ਰਹੇ ਹਾਂ, ਠੀਕ ਹੈ ਕਿ ਨਹੀਂ, ਚਰਨੇ ਉਹਨਾਂ ਨੂੰ, ਹੋਰ ਬਹੁਤ ਪਲੇਅਰ ਸੀਗੇ ਸਾਡੇ ਪਿੰਡ ਦੇ। ਅਤੇ ਖੁਰਾਕ ਦਾ ਕੀ ਸ਼ਡਿਊਲ ਹੁੰਦਾ ਤੁਹਾਡਾ? ਖੁਰਾਕ ਉਸ ਟਾਈਮ 'ਚ ਧਰਮੇ ਵੀਰੇ ਸਿੰਪਲ ਹੀ ਸੀ, ਜਿੱਦਾਂ ਘਰੇ ਦਾਲ ਰੋਟੀ ਹੈ ਨਾ, ਅਤੇ ਸਿਆਲ 'ਚ ਜਿਹੜਾ ਕੁਛ ਆਪਣੇ ਹੁੰਦਾ ਹੈ ਨਾ ਸਾਗ ਮੱਕੀ ਦੀਆਂ ਰੋਟੀਆਂ, ਅਤੇ ਫਿਰ ਹੌਲੀ ਹੌਲੀ ਜਦੋਂ ਸਾਡੀ ਫਾਈਨੈਂਸ਼ੀਅਲ ਹਾਲਤ ਠੀਕ ਹੋਈ ਫਿਰ ਜਿੱਦਾਂ ਮੀਟ ਮੱਛੀ ਹੈ ਨਾ, ਅਤੇ ਉਸ ਹਿਸਾਬ ਨਾਲ ਫਿਰ ਜਿੱਦਾਂ ਵੱਧਦੀ ਗਈ। ਮਤਲਬ ਸ਼ੁਰੂ ਦੇ ਵਿੱਚ ਕੋਈ ਇੰਨੇ ਵਧੀਆ ਹਾਲਾਤ ਨਹੀਂ ਸੀ ਕਰਦੇ? ਹਾਂਜੀ ਨਹੀਂ, ਉਹ ਆਮ ਜਿਵੇਂ ਘਰਾਂ 'ਚ ਜਿੱਦਾਂ ਸਿੰਪਲ ਹੁੰਦੇ ਆ। ਦੂਜੀ ਗੱਲ ਇੱਕ ਹੋਰ ਸੀ, ਮੈਨੂੰ ਘਰੋਂ ਬਹੁਤ ਸਪੋਰਟ ਸੀ ਜੀ, ਜਦੋਂ ਮੈਨੂੰ ਹਜੇ ਵੀ ਯਾਦ ਆ ਆਪਣਾ ਇੱਕ ਵਾਰ ਇੱਥੇ ਪੁੱਛਣ ਲੱਗੇ ਮੁੰਡੇ ਆ ਕੇ, ਮੇਰਾ ਬ੍ਰਦਰ ਇੱਥੇ ਬਾਹਰ ਖੜ੍ਹਾ ਸੀ, ਕਹਿੰਦਾ ਯਾਰ ਵੀ ਇਹਨੂੰ ਵੀ ਆ ਕੇ, ਕਹਿੰਦਾ ਵੀ ਇਹਨੂੰ ਯਾਰ ਖੁੱਲ੍ਹੀ ਛੁੱਟੀ ਆ ਹੈ ਨਾ, ਵੀ ਜਿਹੜਾ ਕੁਛ ਮਰਜ਼ੀ ਕਰ ਸਕਦਾ ਅਤੇ ਜਿਹੜਾ ਕੁਛ ਮਰਜ਼ੀ ਖਾ ਸਕਦਾ, ਅਤੇ ਸੀ ਵੀ ਐਵੇਂ ਆਪਣਾ ਧਰਮ ਵੀ ਮੇਥੋਂ ਕਦੇ ਘਰਦਿਆਂ ਨੇ, ਮੈਂ ਜਦੋਂ ਪੁਲੀਸ 'ਚ ਸਰਵਿਸ ਕਰਦਾ ਸੀ ਕਦੇ ਮੈਨੂੰ ਇਹ ਨਹੀਂ ਸੀ ਪੁੱਛਿਆ ਵੀ ਪੁੱਤ ਵੀ ਤੇਰੇ ਵੀ ਤੂੰ ਕਿੰਨੇ ਪੈਸੇ ਆ, ਅਤੇ ਤੂੰ ਕਦੇ ਘਰੇ ਨਹੀਂ ਦਿੱਤੇ ਪੈਸੇ, ਠੀਕ ਹੈ ਕਿ ਨਹੀਂ, ਅਤੇ ਬਾਕੀ ਆਪਣਾ ਬ੍ਰਦਰ ਮੇਰਾ ਜਿੱਦਾਂ ਚਾਹੀਦਾ ਜੇ ਕਿਤੇ ਚਾਹੀਦਾ ਹੁੰਦਾ ਸੀ ਤਾਂ ਉਹਨੇ ਨਹੀਂ ਸੀ ਕਦੇ ਪੁੱਛਿਆ ਖੁੱਲ੍ਹਾ ਖਰਚਾ। ਦੂਜੀ ਮੇਨ ਇੱਕ ਹੁੰਦੀ ਹੈ ਵੀ ਤੁਹਾਡੇ ਮਾਂ ਪਿਓ ਦੀ ਸਪੋਰਟ, ਠੀਕ ਹੈ ਕਿ ਨਹੀਂ, ਮਾਂ ਜਿਹੜੀ ਤੁਹਾਡੀ, ਤੁਹਾਡੇ ਨਾਲ ਚਾਰ ਬੰਦੇ ਆ ਗਏ ਆ ਹੈ ਨਾ, ਅਤੇ ਉਹੀ ਜੇ ਤੁਹਾਨੂੰ ਗਾਲਾਂ ਕੱਢਣ ਲੱਗ ਗਈ, ਠੀਕ ਆ, ਕਿਉਂਕਿ ਇਹ ਸਿਸਟਮ ਹੀ ਇੱਦਾਂ ਦਾ, ਤੁਹਾਡੇ ਨਾਲ ਬੰਦੇ ਤਾਂ ਆਉਣੇ ਹੀ ਹੁੰਦੇ ਆ, ਠੀਕ ਹੈ ਨਾ, ਅਤੇ ਬਿਲਕੁਲ ਜੀ ਬਿਲਕੁਲ, ਬਾਹਰ ਫੀਲਡ ਦੇ ਵਿੱਚ ਬੰਦਾ ਰਹਿੰਦਾ। ਹਾਂਜੀ, ਅਤੇ ਉਹ ਜਿੱਦਾਂ ਸਾਡੀ ਮਾਤਾ ਨੂੰ ਚਾਅ ਚੜ੍ਹ ਜਾਣ, ਇਸ ਕਰਕੇ ਜਿੱਦਾਂ ਉਹ ਉਸ ਟਾਈਮ ਦੀ ਜਿਹੜੀ ਉਹ ਖੁਰਾਕ ਸੀਗੀ ਹੈ ਨਾ, ਉਹ ਇੱਕ ਤੇਰਾ ਨਾ ਤੁਸੀਂ ਸਮਝ ਲਓ ਵੀ ਟੌਨ ਕੀ ਸੀਗਾ ਜਿੱਦਾਂ ਸਾਰੇ ਉਹ ਹੈ ਨਾ, ਹਰੇਕ ਚੀਜ਼ ਸੀ ਉਹਦੇ ਵਿੱਚ, ਠੀਕ ਹੈ ਨਾ, ਮੈਂਟਲੀ ਤੌਰ 'ਤੇ ਤੁਸੀਂ ਖੁਸ਼ ਰਹਿੰਦੇ ਹਾਂ, ਠੀਕ ਹੈ ਨਾ, ਅਤੇ ਆਟੋਮੈਟਿਕਲੀ ਤੁਸੀਂ ਜੇ ਤੁਹਾਨੂੰ ਸਧਾਰਨ ਰੋਟੀ ਵੀ ਖਾਧੀ ਆ, ਦਾਲ ਰੋਟੀ ਵੀ ਖਾਧੀ ਆ, ਅਤੇ ਉਹ ਜ਼ਿਆਦਾ ਵਰਕ ਕਰਦੀ। ਅਤੇ ਤੁਹਾਡੇ ਮਨਪਸੰਦ ਖਿਡਾਰੀ ਕਿਹੜੇ ਸੀ ਤੁਹਾਡੇ ਬੈਚ ਦੇ? ਜਿਹੜੇ ਮਨਪਸੰਦ ਸੀ ਉਸ ਟਾਈਮ ਦੇ ਵਿੱਚ ਉਦੋਂ ਸੀਗਾ ਆਪਣਾ ਸੀਰਾ ਸੀਗਾ ਵਧੀਆ ਸਾਡੇ ਪਿੰਡੋਂ, ਅਤੇ ਇਹ ਸੀਗਾ ਚਰਨਾ ਬਹੁਤ ਵਧੀਆ ਜਾਫੀ ਸੀਗਾ, ਜਾਂ ਉਦੋਂ ਘੱਲਾਂ ਵਾਲੇ ਸੀਗੇ ਸਾਡੇ ਤੋਂ ਪਹਿਲਾਂ ਜਿਹੜੇ ਥੋੜ੍ਹੇ ਜਿਹੇ ਮੈਂ ਦੇਖੇ ਆ, ਉਹ ਵਧੀਆ ਸੀਗੇ ਘੱਲਾਂ ਵਾਲੇ ਵਧੀਆ ਸੀਗੇ, ਅਤੇ ਨਹੀਂ ਕੁਛ ਕਿੱਦਾਂ ਦੇ ਹੁੰਦੇ ਨੇ ਜਿਹੜੇ ਆਪਾਂ ਨੂੰ ਜਿਹਨਾਂ ਤੋਂ ਆਪਾਂ ਪ੍ਰਭਾਵਿਤ ਹੁੰਦੇ ਹਾਂ, ਯਾਰ ਆਹ ਬੜਾ ਘੈਂਟ ਖਿਡਾਰੀ ਆ, ਜਾਫੀ ਦੇ ਰੇਡਰ, ਉਹਨਾਂ ਦੀ ਗੱਲ ਕਰ ਰਹੇ? ਹਾਂਜੀ, ਉਹੀ ਇਹ ਜਿਹੜਾ ਜਾਫੀ ਸੀਗਾ ਉਦੋਂ ਸਾਡੇ ਚਰਨਾ ਹੀ ਵਧੀਆ ਸੀ ਉਸ ਟਾਈਮ 'ਚ, ਅਤੇ ਇੱਕ ਉਦੋਂ ਕਾਕਾ ਅਤੇ ਘੁੱਦਾ ਉਸ ਟਾਈਮ 'ਚ
ਫੱਲੇ ਵਾਲੇ ਕਾਕਾ ਅਤੇ ਘੁੱਦਾ ਉਹਨਾਂ ਦੇ ਅਸੀਂ ਨਾਂ ਸੁਣੇ ਸੀ, ਥੋੜ੍ਹਾ ਜਿਹਾ ਅਸੀਂ ਦੇਖਿਆ ਵੀ ਉਹਨਾਂ ਨੂੰ, ਠੀਕ ਹੈ ਨਾ। ਅਤੇ ਫਿਰ ਘੱਲਾਂ ਵਾਲੇ ਸੀਗੇ ਆਪਣੇ ਬਲਤੇਜ ਹੋਣੀ, ਦੇਖੇ ਤਾਂ ਹੈ ਨਹੀਂ, ਅਸੀਂ ਸੁਣੇ ਹੀ ਹਾਂ ਮਾੜਾ ਜਿਹਾ ਜਿੱਦਾਂ ਅਸੀਂ ਦੇਖਿਆ। ਅਤੇ ਫਿਰ ਕੌਂਕੇ ਵਾਲਾ ਅਰਜਨ ਨੂੰ ਅਸੀਂ ਥੋੜ੍ਹਾ ਜਿਹਾ ਦੇਖਿਆ, ਠੀਕ ਆ। ਪਰ ਮੇਨ ਜਿਹੜਾ ਸੀਗਾ ਸਾਡੇ ਜਿੱਦਾਂ ਘਰ 'ਚ ਹੀ ਬਹੁਤ ਵੱਡੇ ਸਟਾਰ, ਬਹੁਤ ਵੱਡੇ ਸਟਾਰ ਸੀਗੇ, ਬੰਦ ਤਾਂ ਬਹੁਤ ਵਧੀਆ ਸੀਗਾ। ਬਿਲਕੁਲ ਜੀ ਬਿਲਕੁਲ। ਅੱਛਾ, ਜਿਸ ਤਰ੍ਹਾਂ ਤੁਹਾਡੇ ਵੇਲੇ ਕਬੱਡੀ ਦਾ ਕੁਛ ਹੋਰ ਮਾਹੌਲ ਸੀ, ਅੱਜ ਕਬੱਡੀ ਦਾ ਕਾਫੀ ਜ਼ਿਆਦਾ ਹੋਰ ਹੈ, ਪਰ ਕਿਉਂਕਿ ਨੈੱਟ ਤੁਹਾਡੇ ਵੇਲੇ ਤਾਂ ਫੋਟੋਆਂ ਵੀ ਬਹੁਤ ਘੱਟ ਹੁੰਦੀਆਂ ਸੀ। ਹਾਂਜੀ, ਉਵੇਂ ਕੋਈ ਜਾ ਕੇ ਦੂਰੋਂ ਲੈ ਆਉਂਦਾ, ਫੋਟੋਆਂ ਦਾ ਖਰਚਾ ਘੱਟ ਹੁੰਦਾ, ਬੱਸ ਦਾ ਕਿਰਾਇਆ ਵੱਧ ਹੁੰਦਾ। ਹਾਂਜੀ, ਅਤੇ ਹੁਣ ਨੈੱਟ ਦਾ ਯੁੱਗ ਹੈ। ਹਾਂਜੀ, ਅਤੇ ਫਿਰ ਤੁਹਾਨੂੰ ਨਹੀਂ ਲੱਗਦਾ ਕਿਤੇ ਕਿਤੇ ਵੀ ਯਾਰ ਜਿਵੇਂ ਹੁਣ ਅੱਜ ਕੱਲ੍ਹ ਕਲਿੱਪ ਕੱਟ ਕੇ ਪੈ ਜਾਂਦੇ ਨੇ ਵੀ ਜੇ ਸਾਡੀਆਂ ਵੀ ਇੱਦਾਂ ਦੀਆਂ ਯਾਦਾਂ ਬਣੀਆਂ ਹੁੰਦੀਆਂ? ਨਹੀਂ, ਇਹ ਤੁਹਾਡੀ ਹੈ ਕਿਤੇ ਨਾ ਕਿਤੇ, ਬੰਦਾ ਜਿੱਦਾਂ ਸੋਚਦਾ ਯਾਰ ਵੀ ਜੇ ਅਸੀਂ ਜਿਹੜੇ ਟਾਈਮ 'ਚ ਅਸੀਂ ਮੈਚ ਖੇਡਦੇ ਹੁੰਦੇ ਸੀ ਹਰ ਰੋਜ਼, ਠੀਕ ਆ, ਅਤੇ ਹਰ ਰੋਜ਼ ਜਿੱਦਾਂ ਅਸੀਂ ਜਿੱਤ ਕੇ ਹੀ ਆਉਂਦੇ ਸੀਗੇ, ਠੀਕ ਆ ਕਿ ਨਹੀਂ, ਅਤੇ ਵੀ ਜੇ ਉਹ ਯੁੱਗ ਹੁੰਦਾ, ਠੀਕ ਆ। ਅਤੇ ਹੁਣ ਜਿੱਦਾਂ ਅਸੀਂ ਕਈ ਵਾਰੀ, ਮੈਨੂੰ ਇੱਕ ਦਿਨ ਆਪਣਾ ਮੇਰਾ ਦੋਸਤ ਦੱਸੇ, ਕਹਿੰਦਾ ਯਾਰ ਵੀ ਮੈਂ ਉਹਨਾਂ ਨੂੰ ਪੁੱਛਿਆ ਵੀ ਆਪਣੇ ਪਿੰਡ ਦਾ ਮੁੰਡੇ ਨੂੰ ਜਾਣਦੇ, ਉਹ ਕਹਿੰਦੇ ਵੀ ਨਹੀਂ ਹੈਗੇ, ਹੈ ਨਾ। ਅਤੇ ਉਹ ਫਿਰ ਮੈਂ ਸੋਚਿਆ, ਮੈਂ ਕਿਹਾ ਯਾਰ ਵੀ ਜੇ ਉਸ ਟਾਈਮ 'ਚ ਇਹ ਚੀਜ਼ਾਂ ਹੁੰਦੀਆਂ, ਹਾਂ ਠੀਕ ਆ ਕਿ ਨਹੀਂ, ਬਿਲਕੁਲ ਬਿਲਕੁਲ, ਅਤੇ ਉਦੋਂ, ਪਰ ਉਦੋਂ ਹੁਣ ਤੁਸੀਂ ਦੇਖ ਲਓ ਵੀ ਇੰਨਾ ਉਹ ਇਹੀ ਮੈਂ ਜਿਹੜਾ ਤੁਹਾਨੂੰ ਅੱਗੇ ਪਿੱਛੇ ਦੱਸ ਕੇ ਹਟਿਆ ਵੀ ਅਸੀਂ, ਮੈਨੂੰ ਹਜੇ ਵੀ ਯਾਦ ਆ ਕਈ ਵਾਰੀ ਜੇ ਸਾਡੇ ਇੱਥੇ ਨੇੜੇ ਤੇੜੇ ਕਿਤੇ ਟੂਰਨਾਮੈਂਟ ਹੋਣਾ, ਅਤੇ ਹੋਰ ਸੇਮ ਡੇ ਹੋਰ ਕਿਤੇ ਹੋਣਾ ਟੂਰਨਾਮੈਂਟ, ਜਿੱਦਾਂ ਲੁਧਿਆਣੇ 'ਚ ਵਧੀਆ ਟੂਰਨਾਮੈਂਟ ਹੁੰਦੇ ਸੀ, ਅਤੇ ਮੈਂ ਉਹਨਾਂ ਨੂੰ ਉੱਥੇ ਲੈ ਕੇ ਜਾਣਾ। ਉਹਨਾਂ ਨੇ ਮੈਨੂੰ ਕਈ ਵਾਰ ਕਹਿਣਾ ਯਾਰ ਤੂੰ ਕਿੱਧਰ ਸਾਨੂੰ ਦੂਰ ਪਸਾਉਣ ਲੱਗਾ, ਇੱਥੇ ਵਧੀਆ ਆਪਾਂ ਲਾਗੇ ਇੱਥੇ ਕੁੱਟ ਕੇ ਆ ਜਾਣਾ ਸੀ। ਫਿਰ ਮੈਂ ਉਹਨਾਂ ਨੂੰ ਕਹਿਣਾ, ਮੈਂ ਕਿਹਾ ਯਾਰ ਵੀ ਤੁਸੀਂ ਇੱਥੇ ਤਾਂ ਸਾਰੇ ਜਾਣਦੇ ਹੀ ਹੋ ਤੁਹਾਨੂੰ, ਠੀਕ ਆ, ਵੀ ਬਾਹਰ ਵੀ ਦੱਸੋ ਜਾ ਕੇ ਵੀ ਅਸੀਂ ਹੈਗੇ ਹਾਂ, ਠੀਕ ਆ ਕਿ ਨਹੀਂ। ਅਤੇ ਹੁਣ ਜੇ ਤੁਸੀਂ ਇਹ ਕਹਿ ਲਓ ਵੀ ਜੇ ਉਹ ਇੰਟਰਨੈਟ ਦਾ ਯੁੱਗ ਹੁੰਦਾ, ਠੀਕ ਆ, ਅਤੇ ਇਹ ਗੱਲਾਂ ਤਾਂ ਹੈ ਹੀ ਨਹੀਂ ਸੀ। ਹੁਣ ਤਾਂ ਇੱਥੇ ਕੋਈ ਛਿੱਕ ਮਾਰੇ ਤੇ ਉਹ ਪਾ ਆਉਂਦਾ, ਤੇ ਬਿਲਕੁਲ ਜੀ ਵੀ ਬਿਲਕੁਲ ਜੀ। ਅਤੇ ਪੈਸੇ ਦਾ ਵੀ ਤੁਹਾਨੂੰ ਲੱਗਦਾ ਜੇ ਤੁਹਾਡੇ ਵੇਲੇ ਨਾ ਉਹ ਹੁੰਦਾ ਤੇ ਅੱਜ ਨੂੰ ਕੁਛ ਹੋਰ ਹੁੰਦਾ ਜੀ? ਨਹੀਂ, ਮੈਨੂੰ ਨਹੀਂ ਇਹ ਧਰਮ ਵੀਰੇ ਲੱਗਾ। ਕਈ ਪੈਸੇ ਇਹ ਕਹਿੰਦੇ ਆ, ਕਬੱਡੀ ਦੇ ਵਿੱਚ ਪੈਸਾ ਜਿਹੜਾ ਬਹੁਤ ਹੈ। ਹਾਂਜੀ, ਇਹ ਬਹੁਤ ਪਲੇਅਰ ਇਹ ਗੱਲ ਕਹਿੰਦੇ ਆ, ਹੈ ਨਾ। ਅਤੇ ਕਿਤੇ ਨਾ ਕਿਤੇ 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 ਮੈਨੂੰ ਵੀ ਜਿੱਦਾਂ ਮਾੜਾ ਮੋਟਾ ਆਉਂਦਾ, ਪਰ ਨਹੀਂ, ਮੈਂ ਮੇਰੇ ਨਹੀਂ ਕਿਤੇ, ਕਿਉਂਕਿ ਕਿਉਂਕਿ ਸਾਨੂੰ ਇਸ ਕਰਕੇ ਨਹੀਂ ਹੋਇਆ ਕਿਉਂਕਿ ਸਾਡੇ ਪਿੰਡ ਦੀ ਟੀਮ ਵਧੀਆ ਸੀ, ਅਸੀਂ ਕਿਤੇ ਹਾਰਦੇ ਹੀ ਨਹੀਂ ਸੀ, ਫਿਰ ਸਾਨੂੰ ਸ਼ੋਅ ਮੈਚ ਵੀ ਮਿਲਦੇ ਸੀਗੇ, ਠੀਕ ਹੈ ਨਹੀਂ। ਦੂਜੀ ਗੱਲ ਇਹ ਸੀ ਵੀ ਉਦੋਂ ਖਰਚੇ ਵੀ ਇੰਨੇ ਕੀ ਸੀ, ਠੀਕ ਆ, ਉਦੋਂ ਆਹ ਕੋਈ ਖਰਚਾ ਥੋੜ੍ਹਾ ਸੀ ਵੀ ਆਪਣਾ ਕਿੱਟ ਲਾਉਣੀ ਆ ਜਾਂ ਕੋਈ ਹੋਰ ਕੋਈ ਜਿੱਦਾਂ ਹੈ ਉਹ ਪਾਊਡਰ ਜਿਹਾ ਲੈ ਕੇ ਆਉਂਦੇ ਖਾਣ ਨੂੰ ਜਾਂ ਹੋਰ ਜਿਵੇਂ ਹੁਣ ਇੱਥੋਂ ਲੈ ਕੇ ਇੱਥੇ ਤੱਕ ਪੱਟੀਆਂ ਆਉਂਦੀਆਂ, ਤੁਹਾਡੇ ਵੇਲੇ ਤਾਂ ਉਹ ਵੀ ਨਹੀਂ ਸੀ ਨਾ ਜੀ? ਹਾਂਜੀ, ਫਿਰ ਇਹਦੇ ਬਾਰੇ ਤੁਹਾਨੂੰ ਕਿਵੇਂ ਲੱਗਦਾ ਜੀ? ਇਹਦੇ ਬਾਰੇ ਕਈ ਵਾਰੀ ਜਿੱਦਾਂ ਧਰਮ ਇਹ ਅਜੀਬ ਜਿਹਾ ਲੱਗਦਾ ਸਾਨੂੰ ਵੀ ਪਤਾ ਨਹੀਂ, ਹੈ ਨਾ, ਸਾਰਾ ਹੀ ਜਿੱਦਾਂ ਸਾਰੀ ਬੋਡੀ ਲਪੇਟੀ ਫਿਰਦੇ ਆ, ਹੈ ਨਾ। ਹੁਣ ਇਹਦੇ ਬਾਰੇ ਤਾਂ ਇਹੀ ਦੱਸ ਸਕਦੇ ਆ। ਅੱਛਾ, ਹੋਰ ਵੀ ਜਿੱਦਾਂ ਕਈ ਚੀਜ਼ਾਂ ਹੁਣ ਹਰੇਕ ਜਿੱਦਾਂ ਜਦੋਂ ਵੀ ਕੋਈ ਰੇਡਰ ਰੇਡ ਪਾਉਣ ਜਾਂਦਾ, ਪਹਿਲਾਂ ਹਰੇਕ ਵਾਰੀ ਮੱਥਾ ਟੇਕਦਾ, ਹੈ ਨਾ, ਜਿੱਦਾਂ ਕੋਈ ਨਹੀਂ ਬੰਦਾ ਡਰਿਆ ਹੁੰਦਾ, ਹੈ ਨਾ, ਜਾਂ ਕਈ ਬੰਦੇ ਗਲ 'ਚ ਤਵੀਤ ਪਾਈ ਫਿਰਦੇ ਆ ਕਿ ਡੋਲਿਆਂ 'ਤੇ ਤਵੀਤ ਬੰਨੀ ਫਿਰਦੇ ਆ, ਠੀਕ ਹੈ ਕਿ ਨਹੀਂ। ਇਹ ਤਾਂ ਇਹਦੇ ਬਾਰੇ ਤਾਂ ਉਹ ਹੀ ਦੱਸ ਸਕਦੇ ਆ। ਪਰ ਫਿਰ ਵੀ ਕਿਤੇ ਨਾ ਕਿਤੇ ਮਿਹਨਤ ਵਾਲਾ ਕਹਿ ਲਈਏ ਜਾਂ ਹੁਣ ਜਿਵੇਂ ਕਹਿੰਦੇ ਨੇ ਪਹਿਲਾਂ ਨਾਲੋਂ ਦਿਨੋਂ ਦਿਨ ਹਰ ਇੱਕ ਚੀਜ਼ ਦਾ ਜਿਵੇਂ ਫਰਕ ਪੈ ਜਾਂਦਾ। ਹਾਂਜੀ, ਹੈ ਇਹ ਤਾਂ ਜ਼ਮੀਨ ਸਮਾਨ ਦਾ ਫਰਕ ਕਹਿ ਸਕਦੇ ਹਾਂ ਜੀ ਆਪਾਂ, ਠੀਕ ਆ ਕਿ ਨਹੀਂ, ਉਸ ਟਾਈਮ ਦਾ ਅਤੇ ਅੱਜ ਦਾ। ਹਾਂਜੀ ਹਾਂਜੀ, ਜ਼ਮੀਨ ਸਮਾਨ ਦਾ ਫਰਕ ਆ, ਬਿਲਕੁਲ। ਚਲੋ ਆਪਾਂ ਇੱਕ ਗੱਲ ਕਰੀਏ ਇੱਥੇ ਕਿ ਜਿਸ ਤਰ੍ਹਾਂ ਹੁਣ ਪੂਰਾ ਰੌਲਾ ਪਿਆ ਹੋਇਆ ਵੀ ਕਬੱਡੀ ਦੇ ਵਿੱਚ ਡਰੱਗ ਹੈ, ਡਰੱਗ ਹੈ, ਚਲੋ ਉਹ ਆ ਗਿਆ ਕਿਵੇਂ ਵੀ ਹੈਗਾ, ਉਹ ਤਾਂ ਗੱਲਾਂ ਵੱਖਰੀਆਂ ਨੇ, ਆਪਾਂ ਨੂੰ ਉਸ ਮੁੱਦੇ 'ਤੇ ਬੋਲਣ ਦੀ ਜ਼ਿਆਦਾ ਉਹ ਨਹੀਂ, ਪਰ ਇਹ ਹੈ ਵੀ ਤੁਹਾਡੇ ਮੁਤਾਬਕ, ਤੁਹਾਡੇ ਖੇਡ ਤਜ਼ਰਬੇ ਦੇ ਮੁਤਾਬਕ ਇਹਦਾ ਹੱਲ ਦੱਸੋ ਵੀ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਵੀ ਕਿਸ ਤਰ੍ਹਾਂ ਇਹਦਾ ਹੱਲ ਹੋ ਸਕਦਾ? ਫੈਡਰੇਸ਼ਨ ਸਾਰੇ ਲੱਗੇ ਹੋਏ ਆ। ਹਾਂਜੀ, ਮੇਰੀ ਆਪਣਾ ਧਰਮ ਵੀਰੇ ਗੱਲ ਵੀ ਹੋਈ ਆ ਨਾ ਸਾਰੀਆਂ ਫੈਡਰੇਸ਼ਨਾਂ ਦਾ, ਜਿੱਦਾਂ ਤਕਰੀਬਨ ਇਹਨਾਂ ਨੂੰ ਮੋਹਤਬਰਾਂ ਨਾਲ ਆਪਣੇ ਜਿੱਦਾਂ ਸੁਰਜਣ ਅੰਕਲ ਤਾਂ ਚਲੋ ਆਪਣਾ ਉਹਦੇ ਨਾਲ ਤਾਂ ਹੁੰਦੀ ਹੀ ਰਹਿੰਦੀ ਆ, ਹੈ ਨਾ, ਅਤੇ ਦੂਜਿਆਂ ਨਾਲ ਵੀ ਟੋਨੀ ਹੋਣ ਵਾਲਾ ਹੀ ਫੈਡਰੇਸ਼ਨ ਨਾਲ ਚੈਨੇ ਹੋਣੇ ਨੇ, ਅਤੇ ਹੋਰ ਇੱਕ ਬਾਬੇ ਵਾਲੀ ਇੱਕ ਤੀਜੀ ਫੈਡਰੇਸ਼ਨ, ਉਹ ਸ਼ਾਇਦ ਉਹਨੂੰ ਪਤਾ ਨਹੀਂ ਸਰਕਾਰੀ ਫੈਡਰੇਸ਼ਨ ਉਹ ਕਹਿੰਦੇ। ਅਤੇ ਗੱਲਾਂ ਬਾਤਾਂ ਹੋਈਆਂ ਸਾਰਿਆਂ ਨਾਲ, ਸਭ ਤੋਂ ਪਹਿਲਾਂ ਤਾਂ ਚੱਕਰ ਇਹ ਆ ਵੀ ਮੈਨੂੰ ਵੀ ਮੈਂ ਕਿਸੇ 'ਤੇ ਕਿੰਤੂ ਪ੍ਰੰਤੂ ਕਰਨ ਨਾਲੋਂ ਸਭ ਤੋਂ ਪਹਿਲਾਂ ਮੈਨੂੰ ਇਹ ਚਾਹੀਦਾ ਵੀ ਮੈਂ ਆਪਦੇ ਅੰਦਰ ਝਾਤੀ ਮਾਰ, ਠੀਕ ਆ, ਮੈਨੂੰ ਆਪਦੇ ਤੌਰ 'ਤੇ ਅਸੀਂ ਕਹਿੰਦੇ ਹਾਂ ਵੀ ਭਗਤ ਸਿੰਘ ਜੰਮੇ ਪਰ ਜੰਮੇ ਗਵਾਂਢੀ, ਸਾਡੇ ਨਾਲ, ਅਤੇ ਇਸ ਕਰਕੇ ਸਭ ਤੋਂ ਪਹਿਲਾਂ ਤਾਂ ਸਾਨੂੰ ਆਪਦੇ ਆਪ ਨੂੰ ਹੀ ਝਾਤੀ ਮਾਰਨੀ ਚਾਹੀਦੀ ਵੀ ਯਾਰ ਮੈਂ ਕੋਈ ਨਾ ਕੋਈ ਉਪਰਾਲਾ ਕਰਾਂ ਜਿੰਨੀ ਯੋਗਾ ਵੀ ਹੈ, ਠੀਕ ਹੈ ਕਿ ਨਹੀਂ। ਅਤੇ ਤਾਂ ਇਹਦਾ ਹੱਲ ਆ, ਜੇ ਆਪਣਾ
ਕਿਸੇ ਨੂੰ ਅਸੀਂ ਬਲੇਮ ਦੇ ਜਾਈਏ, ਇਹ ਬਲੇਮ ਤਾਂ ਜੀ ਨੂੰ ਮਰਜ਼ੀ ਦੇ ਦਿਓ, ਠੀਕ ਹੈ, ਇਹ ਤਾਂ ਸਾਰੇ ਆਪੋ ਆਪਣੀ ਜ਼ਿੰਮੇਵਾਰੀ ਸਮਝਣਾ। ਹਾਂਜੀ, ਮੇਨ ਤਾਂ ਇਹ ਆ ਵੀ ਦੂਜੀ ਗੱਲ ਇਹ ਆ ਵੀ ਇਹ ਮੁੱਢ ਤੋਂ ਲੈ ਕੇ ਹੀ ਹੁਣ ਇਹ ਐਜੂਕੇਟ ਕਰਨ ਵਾਲੀ ਗੱਲ ਆ ਛੋਟਿਆਂ ਜਵਾਕਾਂ ਤੋਂ ਲੈ ਕੇ, ਠੀਕ ਹੈ ਕਿ ਨਹੀਂ, ਕਿਉਂਕਿ ਹੁਣ ਤੁਸੀਂ ਇਹ ਦੇਖ ਲਓ ਵੀ ਇਸ ਸਟੇਜ 'ਤੇ ਅਸੀਂ ਯਾਰ ਚਲੇ ਜਾਣਾ ਸਾਡੀ ਸਿੱਖ ਕੌਮ ਦੀ ਤਰਾਸ ਦੀ, ਬਈ ਕਬੱਡੀ ਵਾਲੇ ਭਲਵਾਨ ਹੋਣ, ਠੀਕ ਆ, ਅਤੇ ਉਹਨਾਂ ਦੇ ਸਪਰਮ ਹੀ ਖਤਮ ਹੋ ਜਾਣ, ਵੀ ਉਹ ਬੱਚਾ ਨਹੀਂ ਪੈਦਾ ਕਰ ਸਕਦੇ। ਇਦੋਂ ਹੋਰ ਸਾਡੇ ਵਾਸਤੇ ਕੀ ਤਰਾਸਦੀ ਹੋ, ਠੀਕ ਆ ਨਾ। ਅਤੇ ਹੁਣ ਤੁਸੀਂ ਇਹ ਦੇਖ ਲਓ ਵੀ ਇੱਕ ਸਪੋਰਟਸਮੈਨ ਹੋਵੇ, ਯੰਗ ਮੁੰਡਾ ਹੋਵੇ, ਠੀਕ ਆ ਕਿ ਨਹੀਂ, ਅਤੇ ਉਹਦੇ ਇਹ ਉਹ ਇੰਨੀਆਂ ਡੋਜ਼ਾਂ ਲੈ ਲਵੇ ਅਤੇ ਉਹਦੇ ਸਪਰਮ ਹੀ ਖਤਮ ਹੋ ਜਾਣ ਯਾਰ, ਠੀਕ ਆ ਕਿ ਨਹੀਂ। ਇਸ ਕਰਕੇ ਹੁਣ ਇਸ ਸਟੇਜ 'ਤੇ ਆ ਕੇ ਮੇਰਾ ਖਿਆਲ ਇਹਨਾਂ ਨੂੰ ਆਪ ਨੂੰ ਵੀ ਸੋਚਣ ਦੀ ਲੋੜ ਆ। ਲੱਗਦਾ ਵੀ ਹੈ ਥੋੜ੍ਹਾ ਜਿਹਾ ਮੈਨੂੰ ਵੀ ਸ਼ਾਇਦ ਪਿੱਛੇ ਮੁੜੇ ਆ ਨਾ ਲੱਗੇ ਬਹੁਤ ਫਰਕ ਪਿਆ। ਹਾਂਜੀ, ਕਿਉਂਕਿ ਮੈਂ ਇੱਥੇ ਨਿਆਲੇ ਵਾਲੇ ਹੋਇਆ ਸੀਗਾ ਕੱਪ, ਅਤੇ ਉੱਥੇ ਗਿਆ ਸੀ, ਉੱਥੇ ਆਪਣਾ ਵੈਸੇ ਤਾਂ ਅਸੀਂ ਬਹੁਤਾ ਜਾਂਦੇ ਹੀ ਨਹੀਂ ਹੈ ਨਾ, ਉਹ ਸਾਡਾ ਦੋਸਤ ਦਾ ਮੁੰਡਾ ਉੱਥੇ ਸਵਰਨਾ ਬਾਰੇ ਵਾਲ ਗਿਆ, ਉਹ ਵੀ ਇਸ ਦੇ ਵਿੱਚ ਇਨਵੋਲਵ ਸੀ, ਅਤੇ ਇਹ ਸਰਜਣ ਅੰਕਲ ਹੋਣਾ ਨੇ ਜਿੱਦਾਂ ਉਹਨਾਂ ਦੀਆਂ ਟੀਮਾਂ ਸੀ ਇੱਥੇ। ਹਾਂਜੀ, ਅਤੇ ਉੱਥੇ ਜਿੱਦਾਂ ਮੈਨੂੰ ਲੱਗਿਆ ਥੋੜ੍ਹਾ ਜਿਹਾ, ਫਿਰ ਮੈਂ ਅੰਕਲ ਨੂੰ ਕਿਹਾ, ਮੈਂ ਕਿਹਾ ਅੰਕਲ ਵੀ ਲੱਗਦਾ ਨਹੀਂ ਅੱਗੇ ਨਾਲੋਂ ਥੋੜ੍ਹੇ ਜਿਹੇ ਮੁੜੇ ਆ, ਅਤੇ ਕਹਿੰਦਾ ਹਾਂ ਪੁੱਤ, ਕਹਿੰਦਾ ਕਿ ਅੱਗੇ ਨਾਲੋਂ ਉਹਨਾਂ ਕਿ ਇਹਨਾਂ ਨੂੰ ਸਮਝ ਆਈ ਆ, ਅਤੇ ਲੱਗਦਾ ਤਾਂ ਹੈ ਨਾ, ਬਾਕੀ ਕੁਦਰਤ ਜਾਣਦੀ ਹੈ। ਪਰ ਮੇਨ ਧਾਰਮਿਕ ਵੀਰੇ ਗੱਲ ਇੱਥੇ ਆ ਕੇ ਖੜ੍ਹ ਜਾਂਦੀ ਹੈ ਵੀ ਫੈਡਰੇਸ਼ਨ ਵਾਲਿਆਂ ਨੂੰ ਵੀ ਅਤੇ ਅਸੀਂ ਵੀ ਹਾਂ ਜਿਹੜੇ, ਸਾਨੂੰ ਆਪਦੇ ਅੰਦਰ ਝਾਤੀ ਮਾਰਨ ਦੀ ਲੋੜ ਆ, ਅਸੀਂ ਆਪਦੇ ਤੌਰ 'ਤੇ ਜਿੰਨੀ ਜੋਗੇ ਹੈਗੇ ਹਾਂ ਉਹਨਾਂ ਕਰੀਏ, ਠੀਕ ਹੈ ਨਾ, ਅਸੀਂ ਵੀ ਜਿੰਨੀ ਜੋਗੇ ਹੈਗੇ ਅਸੀਂ ਕੋਈ ਨਾ ਕੋਈ ਉਹਦੇ 'ਚ ਇਨਪੁੱਟ ਪਾਈਏ, ਬਿਲਕੁਲ ਪਾਸੇ ਬੈਠੇ ਗੱਲਾਂ ਨਾ ਕਰੀ ਜਾਈਏ, ਬਿਲਕੁਲ ਠੀਕ ਹੈ ਕਿ ਨਹੀਂ। ਅਤੇ ਬਾਕੀ ਅਸੀਂ ਜਿੰਨੀ ਕੁ ਜੋਗੇ ਹੈਗੇ ਅਸੀਂ ਉੱਥੇ ਬਾਹਰ ਜ਼ਬਰ ਲਾ ਵੀ ਰਹੇ ਹਾਂ, ਜਿੰਨੀ ਕੁ ਆਪਣਾ ਐਫਰਟ ਚਾਹੀਦਾ। ਅਤੇ ਤੁਸੀਂ ਕਬੱਡੀ ਪ੍ਰਮੋਟ ਵੀ ਕੀਤੀ ਹੈ, ਅਤੇ ਕਿਹੜੀਆਂ ਕਿਹੜੀਆਂ ਟੀਮਾਂ ਬਣਾਈਆਂ, ਕਿਹੜੇ ਖਿਡਾਰੀਆਂ ਲੈ ਕੇ ਗਏ ਹੁਣ ਤੱਕ? ਅਸਲੀ ਉਦੋਂ ਜਿਹੜੀ ਪ੍ਰਮੋਟ ਵਾਲੀ ਗੱਲ ਆ ਸੀ ਧਰਮੇ ਵੀਰੇ, ਸਭ ਤੋਂ ਪਹਿਲਾਂ ਤਾਂ ਅਸੀਂ ਨਾ ਜਿੱਦਾਂ ਜਿੰਨੇ ਵੀ ਸਾਡੇ ਨਾਲ ਦੇ ਪਲੇਅਰ ਸੀ, ਅੱਛਾ ਇਹਦੇ ਨਾਲ ਮੈਂ ਕਿ ਹੋਰ ਪਹਿਲਾਂ ਇੱਕ ਐਡ ਕਰਦੇ ਹਾਂ ਪ੍ਰਮੋਟ ਤੋਂ ਪਹਿਲਾਂ, ਅੱਛਾ ਅਸੀਂ ਜਿੰਨਾ ਚਿਰ ਇੱਥੇ ਖੇਡੇ ਹਾਂ ਅਤੇ ਜਿੰਨੇ ਵੀ ਸਾਨੂੰ ਉਦੋਂ ਜਿਹੜਾ ਇਨਾਮ ਮਿਲਦਾ ਹੁੰਦਾ ਸੀ, ਅਤੇ ਅਸੀਂ ਸਾਰਿਆਂ ਪਲੇਅਰਾਂ ਨੂੰ, ਹੁਣ ਸਾਰੇ ਪਲੇਅਰ ਇੱਕੋ ਜਿਹੇ ਤਾਂ ਹੁੰਦੇ ਨਹੀਂ, ਠੀਕ ਆ, ਅਤੇ ਸਾਰਿਆਂ ਪਲੇਅਰਾਂ ਨੂੰ ਅਸੀਂ ਇੱਕੋ ਜਿਹੇ ਜਿੱਦਾਂ ਅਸੀਂ ਪ੍ਰਾਈਜ਼ ਦਿੰਦੇ ਰਹੇ, ਸਾਰਿਆਂ ਨੂੰ ਇੱਕੋ ਜਿਹੇ ਪੈਸੇ ਦਿੰਦੇ ਰਹੇ ਉਸ ਟਾਈਮ 'ਚ। ਅਤੇ ਮੇਰੇ ਬਾਅਦ 'ਚ ਫਿਰ ਮੈਂ ਜਦੋਂ ਜਿੱਦਾਂ 95-96 ਛੱਡ ਗਿਆ ਸੀ, ਹੈ ਨਾ, ਫਿਰ ਤਾਂ ਪਤਾ ਨਹੀਂ ਇਹ ਜਿੱਦਾਂ ਕਿੱਦਾਂ ਕਰਦੇ ਰਹੇ ਆ, ਅਤੇ ਸਾਡੇ ਪਿੰਡ ਦੀ ਟੀਮ 'ਚ ਵੀ ਅਤੇ ਸਾਡੇ ਬਾਕੀ ਜਿਹੜੇ ਸ਼ੋਅ ਮੈਚ ਵੀ ਹੁੰਦੇ ਸੀ, ਅਸੀਂ ਸਾਰਿਆਂ ਨੂੰ ਕੋਈ ਪਲੇਅਰ ਚੰਗਾ ਕੋਈ ਪਲੇਅਰ ਮਾੜਾ ਉਹਨਾਂ ਨੂੰ ਜਿੱਦਾਂ ਸਾਰਿਆਂ ਜਿੱਦਾਂ ਇੱਕੋ ਜਿਹੇ ਪੈਸੇ ਵੰਡਦੇ ਰਹੇ ਹਾਂ। ਅੱਛਾ, ਫਿਰ ਜਦੋਂ ਅਸੀਂ ਉੱਥੇ ਚਲੇ ਗਏ ਹਾਂ, ਉੱਥੇ ਜਾ ਕੇ ਵੀ ਅਸੀਂ ਜਿੱਦਾਂ ਆਪਣਾ ਟਰਾਈ ਕੀਤੀ ਆ ਵੀ ਯਾਰ ਜੇ ਕੋਈ ਮੁੰਡਾ ਰਹਿ ਗਿਆ, ਠੀਕ ਆ ਨਾ, ਅਤੇ ਉਹਨੂੰ ਸੱਦਿਆ ਜਾਣਾ ਚਾਹੀਦਾ ਬਾਹਰ। ਅਤੇ ਅਸੀਂ ਆਪਦੇ ਤੌਰ 'ਤੇ ਤਕਰੀਬਨ ਉਦੋਂ ਜਦੋਂ ਅਸੀਂ ਗਏ ਹਾਂ, ਹਾਲਾਂਕਿ ਅਸੀਂ ਨਵੇਂ ਸੀਗੇ, ਅਤੇ ਉੱਥੇ ਜਾ ਕੇ ਸਾਡੇ ਦੋਸਤਾਂ ਨੇ ਪਹਿਲਾਂ ਹੀ ਫੈਡਰੇਸ਼ਨ ਬਣਾਈ ਹੋਈ ਸੀ, ਸੋਰੀ ਕਲੱਬ ਬਣਾਈ ਫੈਡਰੇਸ਼ਨ, ਅਤੇ ਉਦੋਂ ਫਿਰ ਇੱਥੋਂ ਮੁੰਡੇ ਜਿੱਦਾਂ ਕਾਫੀ ਜਿੱਦਾਂ ਉਹ ਸਾਦੇ ਰਹੇ ਨਵੇਂ, ਜਿੱਦਾਂ ਆਪਣਾ ਗੁੱਸੇ ਤੋਂ ਮੁੰਡੇ ਗਏ ਆ, ਠੀਕ ਆ ਨਾ, ਗੁਰਮੀਤ ਅਤੇ ਦੂਜਾ ਨਾਲ ਸੀ ਉਹਦੇ ਕੋਮਲ, ਫਿਰ ਨੀਲੋ ਵਾਲਾ ਮੁੰਡਾ ਅਤੇ ਹੋਰ ਬਲਜਿੰਦਰ, ਹਾਂਜੀ, ਅਤੇ ਇਹਨਾਂ ਨੂੰ ਕਨੇਡਾ ਉਦੋਂ ਜਿੱਦਾਂ ਕਲੱਬ ਵੱਲ ਸੱਲਿਆ, ਹੋਰ ਵੀ ਜਿੱਦਾਂ ਕਾਫੀ ਉਦੋਂ ਮੁੰਡੇ ਜਿੰਨੀ ਜੋਗੇ ਸੀਗੇ ਸਾਦੇ ਰਹੇ। ਫਿਰ ਬਲਜੀਤ ਦਾ ਤਾਂ ਚਲੋ ਉੱਥੇ ਰਿਸ਼ਤਾ ਹੋ ਗਿਆ ਸੀ, ਬਲਜੀਤ ਦਾ ਭਰਾ ਸੀਗਾ, ਹੋਰ ਉਦੋਂ ਪਹਿਲਾਂ ਦੋ ਤਿੰਨ ਮੁੰਡੇ ਸੱਦੇ, ਬਲਜੀਤ ਆਪਣਾ ਸਿੱਧੂ ਵਾਲਾ, ਹਾਂਜੀ, ਇਦੋਂ ਪਹਿਲਾਂ ਇਹਦਾ ਭਰਾ ਗਿਆ ਸੀਗਾ, ਅਤੇ ਉਦੋਂ ਚੜਕ ਵਾਲਾ ਡੀ ਪੀ ਲੈ ਕੇ ਗਿਆ ਸੀਗਾ ਦੋ ਤਿੰਨ ਮੁੰਡੇ, ਅਤੇ ਉਦੋਂ ਜਿੱਦਾਂ ਅਸੀਂ ਸਾਦੇ ਰਹੇ ਹਾਂ ਕਾਫੀ ਜਿੰਨੀ ਜੋਗੇ ਅਸੀਂ ਸੀਗੇ। ਅਤੇ ਬਾਕੀ ਹਜੇ ਸਟਲ ਲੱਗੇ ਹੋਏ ਹਾਂ, ਜਿਵੇਂ ਜੇ ਕੋਈ ਬੰਦਾ ਆਪਣਾ ਕੋਈ ਵਧੀਆ ਮੁੰਡਾ ਉਹਦੀ ਸਪੋਰਟ ਵੀ ਕਰਦੇ ਹਾਂ ਅਸੀਂ, ਜੀ ਜੀ, ਠੀਕ ਹੈ। ਸੋ ਅੱਜ ਕੱਲ੍ਹ ਆਪਣੀ ਗੱਲ ਰਹੀ ਗਈ ਸੀ ਜਿਸ ਤਰ੍ਹਾਂ ਹੁਣ ਤੁਸੀਂ ਕਬੱਡੀ ਪ੍ਰਮੋਟ ਕਰ ਰਹੇ ਹੋ, ਅਤੇ ਹੁਣ ਤੁਹਾਨੂੰ ਜਿਹੜੇ ਖਿਡਾਰੀ ਨੇ ਉਹ ਵਧੀਆ ਕਿਹੜੇ ਲੱਗਦੇ? ਮਨਪਸੰਦ ਦੀ ਗੱਲ ਕਰੀਏ ਅੱਜ ਦੀ। ਅਸਲੀ ਆਪਣਾ ਕਾਫੀ ਹੁਣ ਇੱਕ ਪਲੇਅਰ ਨਹੀਂ ਵਧੀਆ, ਜੇ ਆਪਾਂ ਦੇਖੀਏ ਤਾਂ ਸਾਰੀ ਵਧੀਆ, ਹੁਣ ਸਾਰੀ ਹੁਣ ਤੁਸੀਂ ਇਹ ਦੇਖ ਲਓ ਬਈ, ਜੇ ਤੁਸੀਂ ਅੱਜ ਇਸ ਫੈਡਰੇਸ਼ਨ ਦੇ ਮੈਚ ਆ, ਕੱਲ੍ਹ ਨੂੰ ਦੂਜੀ ਫੈਡਰੇਸ਼ਨ ਦੇ ਮੈਚ ਦੇਖਣ ਚਲੇ ਜਾਓ, ਠੀਕ ਆ, ਅਤੇ ਸਾਰਿਆਂ 'ਚ ਸਟਾਰ ਹੀ ਖੇਡਦੇ, ਠੀਕ ਆ ਕਿ ਨਹੀਂ, ਇਸ ਕਰਕੇ ਸਾਰੇ ਵਧੀਆ ਹੀ ਆ, ਹੈ ਨਾ, ਮੈਨੂੰ ਤਾਂ ਸਾਰੇ ਵਧੀਆ ਹੀ ਲੱਗਦੇ ਆ, ਹੈ ਨਾ। ਅਤੇ ਅਸਲੀ ਵਧੀਆ ਆਪਾਂ ਤਾਂ ਕਹਿ ਸਕਦੇ ਹਾਂ ਵੀ ਜੇ ਕੋਈ ਮੁੰਡਾ
ਬਾਂਹ ਖੜੀ ਕਰਕੇ ਕਿ ਵੀ ਮੈਂ ਯਾਰ ਵੀ ਕੋਈ ਨਸ਼ਾ ਨਹੀਂ ਕਰਦਾ, ਠੀਕ ਆ, ਮੇਰਾ ਡੋਪ ਟੈਸਟ ਜਿੱਥੇ ਮਰਜ਼ੀ ਕਰਾ ਲਓ, ਠੀਕ ਆ। ਅਸਲੀ ਉਹਨੂੰ ਤੁਸੀਂ ਹੁਣ ਮੁੰਡੇ ਤਾਂ ਬਹੁਤ ਖੇਡੀ ਜਾਂਦੇ, ਠੀਕ ਆ ਕਿ ਕਹਿ ਵੀ ਰਹੇ ਆ ਜੀ ਬੜੇ ਖਿਡਾਰੀ ਆ, ਹਾਂਜੀ ਹਾਂਜੀ ਬਾਂਹ ਕੱਢ ਕੇ ਕਹਿ ਰਹੇ ਆ, ਹਾਂਜੀ ਹਾਂਜੀ ਤੇ ਹੈ ਵੀ ਵਧੀਆ ਮੁੰਡੇ। ਹੁਣ ਜੇ ਮੈਂ ਕਹਾਂ ਨਹੀਂ ਯਾਰ ਵੀ ਹਨਾ ਮੁੰਡੇ ਜਾਫੀ ਵਧੀਆ ਰੇਡਰ ਵਧੀਆ ਹਨਾ, ਪਰ ਗੱਲ ਉੱਥੇ ਆ ਕੇ ਰੁਕ ਜਾਂਦੀ ਆ ਵੀ ਇੰਨਿਆਂ 'ਚ ਉੱਠੋ ਕੋਈ ਸੂਰਮਾ, ਠੀਕ ਆ, ਕੋਈ ਬੰਦਾ ਇਹ ਨਹੀਂ ਕਹਾ। ਹੁਣ ਜਦੋਂ ਇੱਥੇ ਪਿੱਛੇ ਜੇ ਆਹ ਟੈਸਟ ਦਾ ਰੌਲੇ ਪਏ ਆ, ਠੀਕ ਆ, ਹੁਣ ਇਹਦੇ 'ਤੇ ਤੁਸੀਂ ਦੇਖ ਲਓ ਵੀ ਇਹਦੇ 'ਚੋਂ ਕਿੰਨੇ ਬੰਦੇ ਭੱਜ ਗਏ ਆ, ਠੀਕ ਆ। ਫਿਰ ਉੱਥੇ ਬਾਹਰ ਜਾਣ ਦੀ ਜਦੋਂ ਗੱਲ ਹੋਈ ਆ ਪਿਛਲੇ ਸਾਲ, ਅਤੇ ਉਹ ਕਹਿੰਦੇ ਵੀ ਤੁਸੀਂ ਡਰੱਗ ਟੈਸਟ ਕਰਾਓ, ਠੀਕ ਆ ਨਾ, ਅਤੇ ਕੋਈ ਬੰਦਾ ਡਰੱਗ ਟੈਸਟ ਨਹੀਂ ਕਰਾਉਣ ਜਾ ਰਿਹਾ, ਠੀਕ ਆ ਨਾ। ਇਸ ਕਰਕੇ ਹੈ ਵਧੀਆ, ਪਰ ਵਧੀਆ ਤਾਂ ਆਪਾਂ ਤਾਂ ਮੰਨੀਏ, ਠੀਕ ਆ ਨਾ, ਜੇ ਉਹ ਕੋਈ ਬੰਦਾ ਕਵੇ ਤਾਂ ਸਹੀ ਯਾਰ ਵੀ ਮੇਰਾ ਟੈਸਟ ਕਰਾਓ, ਫੋਲੋ ਕਰਨ ਉਹਨਾਂ ਗੱਲਾਂ, ਹਾਂਜੀ, ਜੇ ਆਪਾਂ ਸੁਧਾਰ ਕਰਨਾ ਚਾਹੁੰਦੇ ਹਾਂ ਉਹਨਾਂ ਚੀਜ਼ਾਂ ਨੂੰ, ਮਤਲਬ ਕਿ ਕਹਿਣ ਵੀ ਹਾਂਜੀ ਕਰੋ ਜੀ, ਹਾਂਜੀ ਤਿਆਰ ਹਾਂ ਅਸੀਂ ਬਿਲਕੁਲ ਜੀ। ਇਸ ਕਰਕੇ ਜਿੱਦਾਂ ਮੈਨੂੰ ਤਾਂ ਵਧੀਆ ਹੀ ਲੱਗਦੇ ਆ ਸਰ। ਹਾਂਜੀ, ਸੋ ਜਦੋਂ ਤੁਸੀਂ ਕੈਨੇਡਾ ਦੇ ਵਿੱਚ ਗਏ ਹੋ ਜੀ ਪੱਕੇ ਤੌਰ 'ਤੇ, ਹਾਂਜੀ, ਅਤੇ ਉੱਥੇ ਕਿੰਨਾ ਕੁ ਤੁਹਾਨੂੰ ਸੰਘਰਸ਼ ਕਰਨਾ ਪਿਆ ਅਤੇ ਕੀ ਕੰਮ ਕਰ ਰਿਹਾ ਅੱਜ ਕੱਲ੍ਹ ਉੱਥੇ? ਉਦੋਂ ਸੰਘਰਸ਼ ਬਹੁਤਾ ਨਹੀਂ ਧਰਮੇ ਵੀਰੇ ਮੈਨੂੰ ਕਰਨਾ ਪਿਆ, ਉਹਦਾ ਰੀਜ਼ਨ ਇਹ ਸੀਗਾ ਵੀ ਇੱਕ ਤਾਂ ਜਿੱਦਾਂ ਅਸੀਂ ਪਹਿਲਾਂ ਉੱਥੇ ਸਾਰਾ ਕੁਛ ਦੇਖ ਆਏ ਸੀ, ਹਾਂਜੀ, ਘੁੰਮ ਫਿਰ ਆਏ, ਜਿੱਦਾਂ ਵਾਈਫ ਮੇਰੇ ਨਾਲ ਜਾਂਦੀ ਰਹੀ ਆ, ਠੀਕ ਆ, 93 'ਚ ਉੱਥੇ ਬੇਬੀ ਬੋਰਨ ਹੋਇਆ, ਗੱਗੂ ਜਿਹੜਾ ਸੈਕਿੰਡ ਆ ਮੁੰਡਾ ਘੁਲਦਾ ਜਿਹੜਾ, ਉੱਥੋਂ ਉਦੋਂ ਬੋਰਨ ਹੋਇਆ ਸੀ, ਫਿਰ ਉਹ ਵੀਕ ਬਾਅਦ ਜਿੱਦਾਂ ਫਿਰ ਅਸੀਂ ਆ ਗਏ ਸੀਗੇ। ਇਸ ਕਰਕੇ ਜਿੱਦਾਂ ਉਹ ਤੁਹਾਡੇ ਹੌਲੀ ਹੌਲੀ ਤੁਹਾਨੂੰ ਚਾਹੁਣ ਵਾਲੇ ਫਿਰ ਤੁਹਾਡੇ ਲਿੰਕ ਬਣ ਜਾਂਦੇ ਆ। ਦੂਜੀ ਗੱਲ ਇਹ ਹੋਈ ਵੀ ਜਿੰਨੇ ਅਸੀਂ ਸਾਰੇ ਇੱਥੇ ਸੀਗੇ ਟੀਮ ਵਾਲੇ ਕਲਾਸਮੇਟ ਕਾਲਜ ਦੇ, ਉਹ ਮੇਰੇਥੋਂ ਪਹਿਲਾਂ ਉੱਥੇ ਜਿੱਦਾਂ ਸੈੱਟ ਹੋ ਗਏ ਸੀਗੇ, ਠੀਕ ਆ ਨਾ। ਫਿਰ ਜਿਹੜੇ ਨਹੀਂ ਵੀ ਕਬੱਡੀ ਖੇਡਦੇ ਸੀਗੇ ਉੱਥੇ ਬੰਦੇ, ਉਹ ਵੀ ਉੱਥੇ ਹੀ ਆ, ਜਿੱਦਾਂ ਸੁੱਖਾ ਸੁਖਪਾਲ ਘੁੱਟੋ ਆਪਣਾ ਬਾਅਦ 'ਚ ਸਾਡਾ ਫਰੈਂਡ ਬਣਿਆ, ਠੀਕ ਆ, ਅਤੇ ਉਹ ਹੋਰ ਸੀਗੇ ਬੰਦੇ, ਉਹ ਪਹਿਲੇ ਉੱਥੇ, ਹਾਂਜੀ, ਪਿੰਡ ਹੀ ਬਣ ਗਿਆ। ਅਤੇ ਇਸ ਕਰਕੇ ਸਾਨੂੰ ਮੈਨੂੰ ਨਹੀਂ ਉੱਥੇ ਕੋਈ ਬਹੁਤੀ ਨਹੀਂ ਦਿੱਕਤ ਆਈ, ਜੇ ਕਿਤੇ ਲੋੜ ਪਈ ਵੀ ਆ ਨਾ ਕੋਈ ਪੈਸਿਆਂ ਪੂਸਿਆਂ ਦੀ, ਅਤੇ ਕਿਤੇ ਉਹਨਾਂ ਨੇ ਜਿੱਦਾਂ ਮੈਨੂੰ ਲੋੜ ਹੀ ਨਹੀਂ, ਕਿਤੇ ਉਹਨਾਂ ਨੇ ਵੀ ਨਹੀਂ ਕੋਈ ਸਮਝਿਆ ਹੈ ਨਾ, ਅਤੇ ਕਿਤੇ ਮੈਨੂੰ ਨਹੀਂ ਪ੍ਰੋਬਲਮ ਆਈ। ਅਤੇ ਇਸ ਕਰਕੇ ਉਦੋਂ ਬਾਅਦ ਫਿਰ ਜਿੱਦਾਂ ਬੰਦਾ ਆਪ ਹੀ ਆਪਦੇ ਪੈਰਾਂ 'ਤੇ ਖੜਾ ਹੋ ਜਾਂਦਾ, ਫਿਰ ਤੁਹਾਡੇ ਜਵਾਕ ਵੱਡੇ ਹੋ ਗਏ, ਠੀਕ ਹੈ। ਕਿੰਨੇ ਬੱਚੇ ਅੱਜ ਕੱਲ੍ਹ ਪਰਿਵਾਰ ਦੇ ਵਿੱਚ ਕੌਣ ਕੌਣ? ਅਸੀਂ ਆਪਣੇ 3 ਬੇਟੇ ਆ ਜੀ ਅਤੇ 1 ਬੇਟੀ ਆ, ਅਤੇ ਆਪਣੇ ਸੈਕਿੰਡ ਵਾਲਾ ਸੀਗਾ ਜਿਹੜਾ ਗਗਨਦੀਪ, ਸਭ ਸਾਰਿਆਂ ਤੋਂ ਵੱਡਾ ਅਰਸ਼ਦੀਪ, ਅਤੇ ਉਦੋਂ ਸੈਕਿੰਡ 'ਤੇ ਗਗਨਦੀਪ ਆ ਗੱਗੂ, ਅਤੇ ਉਦੋਂ ਛੋਟੇ ਇਹ ਟਵਿੰਸ ਬੋਰਨ ਹੋਏ ਸੀ ਆਪਣਾ ਬੇਟਾ ਅਤੇ ਬੇਟੀ, ਅਤੇ ਆਪਣਾ ਰਮਨਦੀਪ ਆ ਅਤੇ ਇਹ ਹਰਮਨ ਜਿਹੜਾ ਹੁਣ ਇੱਥੇ ਆਇਆ ਹੋਇਆ ਜੀ। ਅਤੇ ਕਬੱਡੀ ਵੱਲ ਨਹੀਂ ਪਾਇਆ ਫਿਰ ਇਹਨਾਂ ਨੂੰ ਤੁਸੀਂ? ਇਹਨਾਂ ਨੂੰ ਪਾਇਆ ਆਪਣਾ ਧਰਮ ਵੀਰੇ। ਦੂਜਾ ਜਿਹੜਾ ਆਪਣਾ ਤੁਸੀਂ ਪੁੱਛਿਆ ਸੀਗਾ ਵੀ ਹੁਣ ਕੀ ਕਰ ਰਹੇ ਹਾਂ, ਹਾਂਜੀ, ਠੀਕ ਹੈ ਨਾ, ਅਤੇ ਹੁਣ ਅਸੀਂ ਆਪਣਾ ਜਿੱਦਾਂ ਸਾਡੀ ਆਪਣੀ ਛੋਟੀ ਜਿਹੀ ਕੰਪਨੀ ਹੈ ਕੰਸਟਰਕਸ਼ਨ ਦੀ, ਅਤੇ ਉਹ ਰਨ ਕਰ ਰਹੇ ਹਾਂ ਅਸੀਂ, ਅਤੇ ਬਾਕੀ ਹੁਣ ਇਹ ਮੁੰਡੇ ਵੱਡੇ ਹੋ ਗਏ ਆ, ਇਹੀ ਮੂਹਰੇ ਆ ਗਏ ਆ, ਅਤੇ ਵਧੀਆ ਸਾਡਾ ਜਿੱਦਾਂ ਵਧੀਆ ਚੱਲੀ ਜਾਂਦਾ। ਅਤੇ ਬਾਕੀ ਜਿਹੜੀ ਕਬੱਡੀ ਦੀ ਗੱਲ ਤੁਸੀਂ ਕੀਤੀ ਆ, ਜਿਹੜੀ ਉੱਥੇ ਜਿਵੇਂ ਸਾਨੂੰ ਜਨੂੰਨ ਸੀਗਾ ਮੈਨੂੰ ਹੈ ਨਾ ਇਸ ਚੀਜ਼ ਦਾ, ਅਤੇ ਉਹ ਕੁਦਰਤੀ ਆ ਵੀ ਹਰੇਕ ਹੀ ਬੰਦਾ ਚਾਹੁੰਦਾ ਵੀ ਯਾਰ ਸਾਡੇ ਜਵਾਕ ਵੀ ਸਟਾਰ ਬਣਨ, ਅਤੇ ਉੱਥੇ ਫਿਰ ਅਸੀਂ ਜਿੱਦਾਂ ਇਹਨਾਂ ਦਾ ਸ਼ੁਰੂ ਕੀਤਾ ਜਵਾਕਾਂ ਦਾ ਕੰਮ। ਅਤੇ ਇੱਕ ਸਬੱਬ ਇਹ ਬਣਿਆ ਵੀ ਜਿੰਨੇ ਅਸੀਂ ਇੱਥੇ ਸੀਗੇ, ਪੱਪੀ ਸਵਰਨਾ ਪਾਰੇ ਵਾਲੀ ਆ, ਅਤੇ ਬਿੰਦਰ ਰੱਜੀ ਵਾਲੇ ਵਾਲਾ, ਅਤੇ ਪਿੰਦਰ ਤਾਂ ਉਹ ਤਾਂ ਉੱਥੇ ਆਪਣਾ ਹੈਗਾ ਅਮੈਰੀਕਾ ਦੇ ਵਿੱਚ ਉਹ ਸੈੱਟ ਹੋ ਗਿਆ, ਅਤੇ ਅਮੇਜਰ ਹੁਣ ਬਾਅਦ 'ਚ ਚਲਿਆ ਗਿਆ, ਸਾਡੇ 'ਚੋਂ ਇਕੱਲਾ ਚੈਨ ਆਈ ਇੱਥੇ, ਬਾਕੀ ਸਾਰੇ ਅਸੀਂ ਉੱਥੇ ਹਾਂ। ਅਤੇ ਉਹ ਸਾਰਿਆਂ ਦੇ ਜਵਾਕ ਤਕਰੀਬਨ ਸਾਡੇ ਫੈਮਿਲੀ ਰਿਲੇਸ਼ਨ ਆ ਉਸ ਵਿੱਚ, ਅਤੇ ਉਹ ਜਵਾਕ ਵੀ ਤਕਰੀਬਨ ਸਾਰੇ ਸੇਮ ਜੀ ਏਜ ਦੇ ਹੀ ਆ, ਅਤੇ ਅਸੀਂ ਫਿਰ ਉੱਥੇ ਸ਼ੁਰੂ ਕੀਤੀ ਇਹਨਾਂ ਨੂੰ ਜਿੱਦਾਂ ਹੌਲੀ ਹੌਲੀ ਕਬੱਡੀ ਸਿਖਾਉਣੀ, ਅਤੇ ਫਿਰ ਉਹ ਕਬੱਡੀ ਸਿਖਾਉਂਦਿਆਂ ਸਿਖਾਉਂਦਿਆਂ ਫਿਰ ਜਿੱਦਾਂ ਮੇਰੇ ਦਿਮਾਗ 'ਚ ਮੈਂ ਕਿਹਾ ਯਾਰ ਵੀ ਜੇ ਕਿਤੇ ਨਾਲ ਰੈਸਲਿੰਗ ਸ਼ੁਰੂ ਕਰਨ ਘੁਲਣ ਹੋਰ ਵਧੀਆ ਹੋ ਸਕਦੇ ਆ, ਅਤੇ ਉਹ ਫਿਰ ਕੁਦਰਤੀ ਸਬੱਬ ਬਣਿਆ ਸਾਨੂੰ, ਅਤੇ ਉੱਥੇ ਸਕੂਲ ਦੇ ਵਿੱਚ ਹੀ ਰੈਸਲਿੰਗ ਦਾ ਕਲੱਬ ਸੀਗਾ, ਅਤੇ ਉੱਥੇ ਉਸੇ ਸਕੂਲ 'ਚ ਹੀ ਪੜ੍ਹਦੇ ਸੀਗੇ, ਉੱਥੇ ਹੀ ਫਿਰ ਇਹ ਜਿੱਦਾਂ ਕਲੱਬ ਸੀਗਾ, ਟ੍ਰੇਨਿੰਗ ਹੁੰਦੀ ਸੀ ਸ਼ਾਮ ਨੂੰ, ਮਤਲਬ ਰੈਸਲਿੰਗ ਕਰਦੇ ਆ, ਹਾਂਜੀ, ਅਤੇ ਉਹ ਫਿਰ ਕਬੱਡੀ ਦੇ ਨਾਲ ਨਾਲ ਫਿਰ ਰੈਸਲਿੰਗ ਵੀ ਕਰ ਲਾ ਗਏ ਜੀ, ਅਤੇ ਉਹ ਫਿਰ ਦੋਨੇ ਹੀ ਚੀਜ਼ਾਂ ਜਿੱਦਾਂ ਅਸੀਂ ਚਲਾਈਆਂ ਉੱਥੇ, ਅਤੇ ਉਹਦੇ ਨਾਲ ਜਿੱਦਾਂ ਕਾਫੀ ਬੂਸਟ ਮਿਲਿਆ ਉੱਥੇ, ਸਾਰੇ ਹੋਰ ਵੀ ਜਿਹੜੇ ਜਵਾਕ ਸੀਗੇ ਹੋਰ ਟੀਮਾਂ ਉੱਥੇ ਬਣੀਆਂ, ਅਤੇ
ਉਹ ਫਿਰ ਉਹਦਾ ਹੀ ਉਸੇ ਚੀਜ਼ ਦਾ ਹੀ ਨਤੀਜਾ ਸੀਗਾ। ਫਿਰ ਹੌਲੀ ਹੌਲੀ ਕਰਦਿਆਂ ਕਰਦਿਆਂ ਅਸੀਂ 2014 ਦੇ ਵਿੱਚ ਇੱਥੇ ਕਨੇਡਾ ਕੱਪ 'ਤੇ ਟੀਮ ਵੀ ਲੈ ਕੇ ਆਏ ਸੀ ਸਾਰੇ ਨਵੇਂ ਮੁੰਡਿਆਂ ਦੀ, ਅਤੇ ਉਹਦੇ 'ਚ ਸਾਰੇ ਯੰਗ ਮੁੰਡੇ ਸੀ ਨਵੇਂ, ਅਤੇ ਉਹਨਾਂ 'ਚ ਇੱਕੋ ਆਪਣਾ ਕਿੰਦੂ ਬਿਹਾਰੀ ਪੁਰੀਆ ਸੀਗਾ ਪੁਰਾਣਾ, ਅਤੇ ਜਾਂ ਇੱਕ ਦੋ ਬੰਦੇ ਹੋਰ ਹੋਣੇ ਆ ਮੇਰਾ ਖਿਆਲ। ਅਤੇ ਉਹ ਫਿਰ ਜਿੱਦਾਂ ਸਾਰਾ ਕੁਛ ਚੱਲਦਾ ਚੱਲਦਾ ਅਤੇ ਫਿਰ ਅਸੀਂ ਲਾਇਆ ਜ਼ੋਰ ਅਸੀਂ ਇਹਨਾਂ 'ਤੇ ਸਾਰਿਆਂ 'ਤੇ ਜੀ, ਅਤੇ ਉਹ ਫਿਰ ਇੱਦਾਂ ਹੀ ਚੱਲੀ ਜਾਂਦਾ ਜੀ। ਸੋ ਬੜਾ ਵਧੀਆ ਲੱਗ ਰਿਹਾ ਜੀ ਤੁਹਾਡੇ ਨਾਲ ਗੱਲਬਾਤ ਕਰਕੇ, ਤੁਸੀਂ ਬੜਾ ਵਧੀਆ ਵਿਸਥਾਰ ਦੇ ਨਾਲ ਸਾਰੀਆਂ ਗੱਲਾਂ ਬਾਤਾਂ ਸਾਡੇ ਦਰਸ਼ਕਾਂ ਦੇ ਨਾਲ ਸਾਂਝੀਆਂ ਕਰ ਰਹੇ ਹੋ। ਸੋ ਹੁਣ ਲਾਸਟ ਦੇ ਵਿੱਚ, ਵੈਸੇ ਤਾਂ ਪਹਿਲਾਂ ਵੀ ਤੁਹਾਡੀ ਹਰ ਗੱਲ ਦੇ ਵਿੱਚ ਮੈਸੇਜ ਹੈ, ਹਰ ਗੱਲ ਦੇ ਵਿੱਚ ਤੁਸੀਂ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ, ਪਰ ਫਿਰ ਵੀ ਲਾਸਟ ਦੇ ਵਿੱਚ ਤੁਸੀਂ ਹੋਰ ਆਪਣੇ ਵੱਲੋਂ ਕੀ ਕਹਿਣਾ ਚਾਹੁੰਦੇ? ਮੇਰਾ ਖਿਆਲ ਧਰਮੇ ਵੀਰੇ ਲਾਸਟ ਦੇ ਵਿੱਚ ਹੁਣ ਕੁਛ ਰਹਿ ਨਹੀਂ ਗਈ ਕਹਿਣ ਵਾਲੀ ਗੱਲ, ਕਿਉਂਕਿ ਆਪਣੇ ਸਾਹਮਣੇ ਹੀ ਆ ਸਾਰਾ ਕੁਛ ਜਿਹੜਾ ਮੈਂ ਤੈਨੂੰ ਦੱਸ ਕੇ ਹਟਿਆ। ਹਾਂਜੀ, ਠੀਕ ਹੈ ਕਿ ਨਹੀਂ? ਅਤੇ ਮੇਨ ਤਾਂ ਇਹੀ ਆ ਵੀ ਅਸੀਂ ਆਪਦੇ ਅੰਦਰ ਹੀ ਯਾਰ ਝਾਤੀ ਮਾਰੀਏ, ਠੀਕ ਆ, ਆਪਦੇ ਘਰ ਤੋਂ ਹੀ ਸ਼ੁਰੂ ਕਰੀਏ ਜੇ ਕੁਛ ਕਰਨਾ, ਠੀਕ ਆ, ਕਿਸੇ ਨੂੰ ਨਾ ਕਹੀਏ ਜਾ ਕੇ ਵੀ ਤੁਸੀਂ ਯਾਰ ਆਹ ਕਰੀ ਜਾਂਦੇ ਹੋ, ਤੁਸੀਂ ਯਾਰ ਆਹ ਕਰੀ ਜਾਂਦੇ ਹੋ, ਠੀਕ ਆ, ਹੋ ਸਕਦਾ ਕੁਛ ਸਾਨੂੰ ਵੇਖ ਕੇ, ਅਤੇ ਉਹ ਵੀ ਇਸੇ ਕਰਕੇ ਅਸੀਂ ਉੱਥੇ ਸਾਰਾ ਕੁਛ ਇਹ ਆਪਣੇ ਸ਼ੁਰੂ ਕੀਤਾ ਹੈ ਨਾ ਰੈਸਲਿੰਗ ਦਾ, ਅਤੇ ਵਧੀਆ ਭਲਵਾਨ ਵੀ ਬਣ ਗਏ ਸੀ, ਕਬੱਡੀ ਵਧੀਆ ਖੇਡਣ ਲੱਗ ਗਏ ਸੀ, ਅਤੇ ਪਰ ਹੋਇਆ ਕਿ ਉਹ ਸਾਡੇ ਤੋਂ ਫਿਰ ਡਰੱਗ ਵਾਲੇ ਚੌਧਰੀ ਭਾਰੂ ਹੋ ਗਏ, ਅਤੇ ਇਸ ਕਰਕੇ ਵੀ ਸਾਨੂੰ ਪਿੱਛੇ ਹਟਣਾ ਪਿਆ, ਠੀਕ ਹੈ ਕਿ ਨਹੀਂ? ਅਤੇ ਫਿਰ ਵੀ ਸਟਿਲ ਵੀ ਆਰ ਗੋਇੰਗ ਔਨ, ਠੀਕ ਹੈ ਕਿ ਨਹੀਂ, ਹਜੇ ਵੀ ਸਟਰਗਲ ਸਾਡੀ ਚੱਲ ਹੀ ਰਹੀ ਹੈ, ਹੈ ਨਾ, ਵੀ ਯਾਰ ਹੋਪ ਤਾਂ ਛੱਡਣੀ ਨਹੀਂ ਚਾਹੀਦੀ, ਠੀਕ ਹੈ, ਅੱਜ ਨਹੀਂ ਤਾਂ ਕੱਲ੍ਹ ਨੂੰ, ਕੱਲ੍ਹ ਨੂੰ ਤਾਂ ਪਰਸੋਂ ਨੂੰ, ਠੀਕ ਹੈ ਕਿ ਨਹੀਂ, ਵੀ ਯਾਰ ਇਹ ਚੀਜ਼ ਬੰਦ ਹੋ ਗਈ। ਅਤੇ ਇਹੀ ਮੇਨ ਤਾਂ ਇਹੀ ਆ ਆਪਣਾ ਧਰਮ ਵੀਰੇ ਸਾਡਾ ਮੈਸੇਜ ਜੀ, ਠੀਕ ਹੈ ਨਾ, ਵੀ ਸਾਨੂੰ ਆਸ ਨਹੀਂ ਛੱਡਣੀ ਚਾਹੀਦੀ, ਪਰ ਆਸ ਦੇ ਨਾਲ, ਆਸ ਦੇ ਨਾਲ ਨਾਲ ਜਿੱਦਾਂ ਸਟਰਗਲ ਵੀ ਜਿੱਦਾਂ ਸਾਨੂੰ ਜਾਰੀ ਰੱਖਣੀ ਚਾਹੀਦੀ, ਸਾਥ ਨਾਲ ਚਾਹੀਦਾ। ਹਾਂਜੀ ਸਰ, ਹਾਂਜੀ, ਬਿਲਕੁਲ। ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਤੁਸੀਂ ਸਾਡੇ ਚੋਂ ਸਮਾਂ ਕੱਢਿਆ ਅਤੇ ਆਪਣੀ ਜ਼ਿੰਦਗੀ ਦੀਆਂ ਬੇਸਕੀਮਤੀ ਗੱਲਾਂ ਨੇ ਜੋ ਉਹ ਸਾਡੇ ਦਰਸ਼ਕਾਂ ਦੇ ਨਾਲ ਸਾਂਝੀਆਂ ਕੀਤੀਆਂ। ਥੈਂਕ ਯੂ ਧਰਮੇ ਵੀਰੇ ਤੁਹਾਡਾ, ਅਤੇ ਤੁਸੀਂ ਸਪੈਸ਼ਲ ਚੱਲ ਕੇ ਆਏ ਹੈ ਨਾ, ਟਾਈਮ ਕੱਢਿਆ, ਅਤੇ ਕਬੱਡੀ ਦੀਆਂ ਗੱਲਾਂ ਤਾਂ ਮੌਕੀ ਨਹੀਂ ਸਕਦੀਆਂ ਮੇਰਾ ਖਿਆਲ, ਵੀ ਜਿੰਨਾ ਚਿਰ ਅਸੀਂ ਵੀ ਉੱਥੇ ਕਈ ਵਾਰੀ ਬਹਿ ਜਾਈਏ ਅਤੇ ਭਾਵੇਂ ਦੀ 2 ਘੰਟੇ ਕਰੀ ਜਾਈਏ, 3 ਘੰਟੇ ਤਾਂ ਮੌਕੀ ਨਹੀਂ ਸਕਦੀਆਂ, ਹੈ ਨਾ, ਪਰ ਫਿਰ ਵੀ ਜਿਹੜੀਆਂ ਆਪਾਂ ਕੋਈ ਜਿਹੜੀਆਂ ਕੋਈ ਖਾਸ ਗੱਲਾਂ ਸੀ, ਹੈ ਨਾ, ਫਿਰ ਵੀ ਆਪਾਂ ਸਾਂਝੀਆਂ ਕੀਤੀਆਂ। ਅੱਛਾ, ਦੂਜਾ ਆਪਾਂ ਕਈ ਵਾਰੀ ਆਪਦੀ ਸਿਫਤ ਕਰਦੇ ਹਾਂ, ਹੈ ਨਾ, ਅਤੇ ਕਿਸੇ ਦੇ ਖਿਲਾਫ ਜਾਂ ਆਪਾਂ ਕਿਸੇ ਦੇ ਕੋਈ ਮੇਥੋਂ ਸ਼ਬਦ ਉੱਚਾ ਨਹੀਂ ਮੈਂ ਨਿਕਲ ਗਿਆ ਹੋਵੇ, ਹੈ ਨਾ, ਅਤੇ ਉਹਦੇ ਵਾਸਤੇ ਮੈਂ ਖਿਮਾ ਦਾ ਜਾਚਕਾਂ। ਅਤੇ ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ, ਅਤੇ ਬਾਕੀ ਸਾਰੇ ਜੇ ਵੇਖਣ ਵਾਲਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਸੋ ਦੋਸਤੋ, ਇਹ ਸਾਨੂੰ ਸਰਦਾਰ ਅੰਗਰੇਜ਼ ਸਿੰਘ ਜੀ ਉਰਫ ਬਿੱਲਾ ਪਿੰਡ, ਆਪਾਂ ਨੇ ਅੱਜ ਗੱਲਬਾਤ ਕੀਤੀ ਉਹਨਾਂ ਦੀ ਜ਼ਿੰਦਗੀ ਦੀ। ਸੋ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ, ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ, ਅਤੇ ਨਾਲ ਹੀ ਸਾਡਾ ਫੇਸਬੁੱਕ ਪੇਜ ਅਰੰਗ ਪੰਜਾਬ 'ਤੇ, ਉਹਨੂੰ ਵੀ ਜ਼ਰੂਰ ਫੋਲੋ ਕਰੋ। ਸੋ ਅਗਲੀ ਵਾਰੀ ਅਸੀਂ ਤੁਹਾਨੂੰ ਕਿਸੇ ਹੋਰ ਪ੍ਰਸਿੱਧ ਕਬੱਡੀ ਖਿਡਾਰੀ ਦੇ ਜਾਂ ਕਿਸੇ ਹੋਰ ਸ਼ਖਸੀਅਤ ਦੇ ਰੂਬਰੂ ਕਰਵਾਵਾਂਗੇ। ਉਦੋਂ ਤੱਕ ਮੈਨੂੰ ਦਿਓ ਆਗਿਆ, ਸਤਿ ਸ੍ਰੀ ਅਕਾਲ।